ਸਮੇਂ ਤੇ ਇਹਦੇ 'ਤੇ ਹੋਏ ਹੈ, ਪਰ ਇਹ ਬਾਣੀ ਦੀ ਗੁਰਬਾਣੀ ਦੀ ਇੰਨੀ ਕਿਰਪਾ ਹੈ, ਗੁਰੂਆਂ ਪੀਰਾਂ ਦੀ ਇੰਨੀ ਕਿਰਪਾ ਹੈ, ਫਿਰ ਵੱਸਦਾ ਹੈ। ਇੱਕ ਉਦਾਹਰਨ ਹੈ, ਪੰਜਾਬ ਇੱਕ ਇੱਦਾਂ ਦਾ ਸੂਬਾ ਹੈ ਜਿਹੜਾ ਅਣਗਿਣਤ ਵਾਰ ਉੱਜੜਿਆ ਅਤੇ ਫਿਰ ਵੱਸਿਆ ਹੈ। ਇਹ ਬੰਦਿਆਂ ਦੇ ਵੱਸ ਦੀ ਗੱਲ ਨਹੀਂ ਫਿਰ ਵਸਾ ਲੈਣਾ, ਇਹ ਗੁਰੂ ਘਰ ਦੀ ਬਾਣੀ 'ਚ ਇੰਨੀ ਤਾਕਤ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੰਨੀ ਤਾਕਤ ਹੈ, ਜਿਹੜੀਆਂ ਪਾਤਸ਼ੀਆਂ ਸਾਡੀਆਂ ਹੋਈਆਂ ਉਹਨਾਂ ਦੇ ਵਿੱਚ ਇੰਨੀ ਤਾਕਤ ਹੈ ਵੀ ਪੰਜਾਬ ਉੱਜੜਦਾ ਅਤੇ ਫਿਰ ਵੱਸ ਜਾਂਦਾ। ਮਾਲਕ ਵੀਰਾ ਕਰੇ, ਤੁਹਾਨੂੰ ਸਾਰਿਆਂ ਨੂੰ ਪਤਾ ਹੈ 47 ਦੀ ਵੰਡ ਜਿਹੜੀ ਹੈ, ਮੁੱਖ ਧੁਰਾ ਪੰਜਾਬ ਸੀ, ਉੱਧਰਲੇ ਇੱਧਰ ਆਏ ਅਤੇ ਇੱਧਰ ਵਾਲੇ ਉੱਧਰ ਗਏ, ਇਹੀ ਬੈਲਟ ਤੁਹਾਨੂੰ ਪਤਾ ਹੈ। ਜੇ ਜੰਗਾਂ ਦੀ ਗੱਲ ਕਰੀਏ ਤਾਂ ਜਿਹੜੀਆਂ 71 ਦੀਆਂ ਜੰਗਾਂ ਲੰਘੀਆਂ ਜਾਂ ਕਿੱਧਰ ਵੀ 84, ਸਾਰਿਆਂ ਨੂੰ ਪਤਾ ਹੈ ਗੱਲ, ਡਿਟੇਲ 'ਚ ਲੈ ਜਾਈਏ ਤਾਂ ਸਾਰਾ ਸਮਾਂ ਇਹਦੇ 'ਚ ਹੀ ਲੰਘ ਜਾਣਾ ਹੈ। ਅੱਜ ਮਾਂ ਖੇਡ ਕਬੱਡੀ ਦੀਆਂ ਗੱਲਾਂ ਹੋਣੀਆਂ ਹੈ, ਪਰ ਇਹ ਪੰਜਾਬ ਬੜਾ ਭਾਗਾਂ ਵਾਲਾ ਅਤੇ ਪੰਜਾਬ ਨੇ ਬਚਣਾ ਇੱਕੋ ਢੰਗ ਤਰੀਕੇ ਦੇ ਨਾਲ ਹੈ। ਆਪਾਂ ਇੱਕ ਦੂਜੇ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲਾਂਗੇ, ਆਪਸੀ ਪਿਆਰ ਸੂਕ ਇਤਫਾਕ ਬਣਾ ਕੇ ਰੱਖਾਂਗੇ ਅਤੇ ਸਾਡੀ ਫੇਰ ਹੀ ਜੈ ਹੋਣੀ ਹੈ। ਮਾਲਕ ਤੁਹਾਨੂੰ ਚੜ੍ਹਦੀ ਕਲਾ ਰੱਖੇ, ਤੁਹਾਡਾ ਪਿਆਰ ਬਣਿਆ ਰਹੇ, ਨਗਰ ਵਾਲਿਆਂ ਦਾ ਚੜ੍ਹਦੀ ਕਲਾ ਰਹੇ, ਅਤੇ ਇਸੇ ਤਰ੍ਹਾਂ ਗੁਰੂ ਘਰਾਂ ਦੇ ਦਰਾਂ ਦੇ ਨਾਲ ਜੁੜੇ ਰਹੋ, ਸੇਵਾ ਕਰਦੇ ਰਹੋ ਅਤੇ ਉਹਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੋ। ਸੰਗਤ ਨੂੰ ਬੇਨਤੀ ਹੈ ਕਿ ਵੱਡੇ ਖੇਡ ਮੇਲੇ ਦੇ ਨਾਲ ਜੁੜੀਏ, ਤਾਂ ਜੋ ਅੱਜ ਵੱਡੇ ਵੱਡੇ ਮਲਮਾਂ ਖੇਡ ਕਬੱਡੀ ਦੇ ਜਿਹੜੇ ਪੁੱਜੇ, ਆਪਾਂ ਉਹਨਾਂ ਦਾ ਵੱਡਾ ਮੁਕਾਬਲਾ ਵੇਖ ਸਕੀਏ। ਸਾਰੇ ਮੁਰਾਦਪੁਰੇ ਦੀ ਸੰਗਤ ਦਾ ਸਤਿਕਾਰ ਅਤੇ ਧੰਨਵਾਦ ਹੈ, ਜਿਨ੍ਹਾਂ ਭਰਾਵਾਂ ਨੇ ਰਲ ਮਿਲ ਕੇ ਤਨ ਮਨ ਧਨ ਦੇ ਨਾਲ ਇਸ ਵੱਡੇ ਖੇਡ ਮੇਲੇ ਦੀ ਸ਼ੁਰੂਆਤ ਕੀਤੀ ਹੈ। ਔਰ ਅੱਜ ਮਲ ਵੀ ਵੱਡੇ ਪੱਧਰ 'ਤੇ ਵੱਡੇ ਵੱਡੇ ਪੁੱਜੇ ਹੈ, ਜਿਨ੍ਹਾਂ ਦੇ ਦੁਨੀਆ ਭਰ ਦੇ ਵਿੱਚ ਵੱਡੇ ਰਿਕਾਰਡ ਹੈ। ਮਾਲਕ ਮੇਰਾ ਕਰੇ ਗੱਲਾਂ ਹੋਣੀਆਂ, ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਅਤੇ ਨਾਲ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਮਾਝਾ, ਟੱਕਰ ਹੋਣੀ ਹੈ ਮਾਝੇ ਅਤੇ ਮਾਲਵੇ ਦੇ ਦਰਮਿਆਨ, ਇੱਕ ਤੋਤਾ ਸਿੰਘ ਵਾਲਾ ਨਗਰ ਹੈ, ਮੋਗੇ ਦੀ ਧਰਤੀ ਹੈ। ਗੁਰਬਖਸ਼ੀ ਸਿੰਘ ਜੀ ਡੀਪੀ ਸਾਹਿਬ ਟੀਮ ਲੈ ਕੇ ਆਉਂਦੇ, ਜਿਨ੍ਹਾਂ ਦੀ ਮਾਝੇ ਦੇ ਵਿੱਚ ਜਿਨ੍ਹਾਂ ਦੀਆਂ ਟੀਮਾਂ ਹਰ ਰੋਜ਼ ਦੋ ਦੋ ਤਿੰਨ ਤਿੰਨ ਖੇਡਦੀਆਂ, ਉਹਨਾਂ ਨੂੰ ਮਾਣ ਹੈ। ਮਲਕ ਚੜ੍ਹਦੀ ਕਲਾ ਦੇ ਵਿੱਚ ਰੱਖੇ, ਅਤੇ ਦੂਜੇ ਪਾਸੇ ਜ਼ਿਲ੍ਹੇ ਗੁਰਦਾਸਪੁਰ ਦੀ ਮਾਣਮੱਤੀ ਟੀਮ ਹੈ, ਜਿਹੜੀ ਬਾਕੀ ਨੰਬਰਾਂ 'ਤੇ ਖੇਡਦੀ ਹੈ ਮੇਰੇ ਮਿੱਤਰੋ। ਹੈਲੋ, ਸੋ ਸੱਚੇ ਪਾਤਸ਼ਾਹ ਮੇਰਾ ਕਰੇ, ਮੇਰੇ ਨਾਲ ਵੱਡਾ ਭਰਾ ਹੈ ਸਾਡਾ ਸਰਬਜੀਤ ਸਿੰਘ ਜੀ ਪ੍ਰਾਚਾ ਸਾਹਿਬ, ਉਹ ਬੋਲਾਂ ਦੀ ਸਾਂਝ ਪਾਉਣਗੇ। ਮਾਝਾ ਕਬੱਡੀ ਟੀਵੀ ਦੇ ਉੱਤੇ ਇਹ ਵੱਡਾ ਖੇਡ ਮੇਲਾ ਲਾਈਵ ਕਾਇਆ ਜਾ ਰਿਹਾ, ਬੰਦੇਸ਼ਾ ਬੈਰੀ ਗੇਟ ਦਾ ਧੰਨਵਾਦ ਸਤਿਕਾਰ ਹੈ। ਵੱਡੇ ਵੀਰ ਜੀ, ਦਈਏ ਆਪਾਂ ਆਵਾਜ਼ ਕਬੱਡੀ ਦੇ ਖਿਡਾਰੀਆਂ ਨੂੰ, ਅਤੇ ਨਾਲ ਦਰਸ਼ਕ ਵੀਰਾਂ ਨੂੰ ਵੀ ਆਪਾਂ ਬੇਨਤੀ ਕਰੀਏ ਕਿ ਜਲਦੀ ਨਾਲ ਖੇਡ ਗਰਾਊਂਡ ਦੇ ਨਾਲ ਜੁੜਨ, ਤਾਂ ਜੋ ਆਪਾਂ ਵੱਡੇ ਮੁਕਾਬਲੇ ਦੀ ਸ਼ੁਰੂਆਤ ਕਰ ਸਕੀਏ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਧੰਨਵਾਦ ਉਸ ਪਰਮਾਤਮਾ ਦਾ ਜਿਹਨੇ ਮਿੱਟੀ ਦੇ ਜਿਸਮ ਨੂੰ ਜਾਣ ਬਖਸ਼ੀ, ਕੁਝ ਸੋਚਣ ਦੇ ਲਈ ਦਿਮਾਗ ਦਿੱਤਾ ਅਤੇ ਕੁਝ ਬੋਲਣ ਦੇ ਲਈ ਜ਼ਬਾਨ ਬਖਸ਼ੀ। ਇੱਕ ਵਤਨ ਸਾਨੂੰ ਪੰਜਾਬ ਦਿੱਤਾ ਹੈ, ਉਹ ਤੋਂ ਵੱਖਰੀ ਸਾਨੂੰ ਜਾਣ ਪਹਿਚਾਣ ਬਖਸ਼ੀ, ਜਿੱਥੇ ਜਾਈਦਾ ਲੋਕ ਸਤਿਕਾਰ ਕਰਦੇ, ਬਾਬੇ ਨਾਨਕ ਨੇ ਨੀ ਜਾਣ ਪਹਿਚਾਣ ਬਖਸ਼ੀ। ਦਸਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਜਾਂ ਵਾਲੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਚਲੇ ਜਾਣ ਤੋਂ ਬਾਅਦ ਸਿੱਖਾਂ ਨੂੰ ਇੱਕ ਉਪਦੇਸ਼ ਦੇ ਗਏ ਨੇ, ਕਹਿ ਗਏ ਨੇ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਣਿਓ ਗ੍ਰੰਥ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਓਟ ਆਸਰਾ ਲੈਂਦੇ ਹੋਏ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦੀ ਗੱਲ ਕਰਨ ਜਾ ਰਹੇ ਹਾਂ, ਪੰਜਾਬੀਆਂ ਦੀ ਮਾਂਮੱਤੀ ਮਾਂ ਖੇਡ ਕਬੱਡੀ ਦੀ ਗੱਲ ਕਰਨ ਜਾ ਰਹੇ ਹਾਂ। ਬੜੇ ਕਰਮਾਂ ਭਾਗਾਂ ਵਾਲੇ ਲੋਕ ਜੇ ਤੁਸੀਂ ਮੁਰਾਦਪੁਰ ਦੀ ਧਰਤੀ ਵਾਲੇ ਹੋ, ਜਿਹੜੇ ਸੰਤਾਂ ਮਹਾਂਪੁਰਖਾਂ ਦੀ ਗੋਦ ਦੇ ਵਿੱਚ ਬੈਠੇ ਜੇ, ਔਰ
ਬੜੇ ਕਰਮਾਂ ਭਾਗਾਂ ਵਾਲੇ ਲੋਕ ਜੇ ਕਿ ਜੰਗਲਾਂ ਵਿੱਚ ਮੰਗਲ ਕਰ ਦਿੰਦੇ, ਜਿੱਥੇ ਹੋਵੇ ਬਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਹੈ। ਕੀਤਾ ਅਰਦਾਸਾ ਸੰਤਾਂ ਦਾ ਕਿ ਰੱਬ ਨੂੰ ਵੀ ਮੰਨਣਾ ਪੈਂਦਾ ਹੈ। ਕੀਤਾ ਅਰਦਾਸਾ ਸੰਤਾਂ ਦਾ ਧੰਨ ਧੰਨ ਬਾਬਾ ਸਵੀਲ ਵਾਲਿਆਂ ਦੀ ਸੱਚੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਹਰ ਸਾਲ ਜਿਹੜਾ ਸਲਾਨਾ ਜੋੜ ਮੇਲਾ ਸਮੂਹ ਨਗਰ ਲਾਕਾ ਨਿਵਾਸੀ ਵੀਰ ਅਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾਂਦਾ ਹੈ। ਬੜੀ ਪਾਰ ਕਿਰਪਾ ਸੱਚੇ ਪਾਤਸ਼ਾਹ ਦੀ ਕਿ ਬੜੀ ਦੂਰੋਂ ਦੂਰੋਂ ਸੰਗਤ ਜਿਹੜੀ ਹੈ ਹਰ ਸਾਲ ਦੇਸਾਂ ਵਿਦੇਸਾਂ ਦੀ ਧਰਤੀ ਤੋਂ ਇਸ ਸਲਾਨਾ ਜੋੜ ਮੇਲੇ ਦੇ ਵਿੱਚ ਹਿੱਸਾ ਲੈਂਦੀ ਹੈ। ਮੈਂ ਦਿਲੋਂ ਧੰਨਵਾਦ ਕਰਾਂਗਾ ਸਮੂਹ ਨਗਰ ਲਾਕਾ ਨਿਵਾਸੀ ਵੀਰ ਅਤੇ ਐਨ ਆਰ ਆਈ ਭਰਾਵਾਂ ਦਾ, ਸਾਡੇ ਮੁੱਖ ਸੇਵਾਦਾਰ ਬਾਬਾ ਰਾਮ ਸਿੰਘ ਜੀ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਹਰ ਸਾਲ ਜਿਹੜਾ ਹੈ ਸਲਾਨਾ ਜੋੜ ਮੇਲਾ ਅਤੇ ਦੁਨੀਆ ਦੇ ਸੁਪਰ ਸਟਾਰ ਖਿਡਾਰੀ ਇਸ ਗਰਾਊਂਡ ਦਾ ਸੰਗਾਰ ਬਣਦੇ ਹੈ। ਕੱਪਾਹ ਦੀਆਂ ਬੂਟੀਆਂ ਵਰਗੀ ਨਿੱਕੀ ਨਿੱਕੀ ਧੁੱਪ ਚੋਲਦੇ ਹੋਏ ਰੰਗ ਬਿਰੰਗੇ ਝੰਡੇ ਸਾਰੀ ਸੰਗਤ ਨੂੰ ਖੇਡ ਕਬੱਡੀ ਦੀ ਤਰਫੋਂ ਆਪਾਂ ਵੈਲਕਮ ਜੀ ਐ ਆਖਾਂਗੇ। ਜਿੰਨੇ ਵੀ ਗੁਰੂ ਪਿਆਰੀ ਸਾਧ ਸੰਗਤ ਪਹੁੰਚੀ ਹੈ, ਆ ਜਿੰਨੇ ਵੀ ਮੱਲ ਜਿੰਨੇ ਵੀ ਪਹਿਲਵਾਨ ਪਹੁੰਚੀ ਹੈ ਉਹਨਾਂ ਨੂੰ ਬੇਨਤੀ ਨਿਮਰਤਾ ਸਹਿਤ ਖਾੜਾ ਪਾਸੀ ਦੇ ਵਿੱਚ ਬੈਠੋ ਮੇਰੇ ਵੀਰ। ਕੁਸ਼ਤੀਆਂ ਜਿਹੜੀਆਂ ਹੁਣ ਜਿਹੜੇ ਪਹਿਲਵਾਨ ਆ ਗਏ ਆ ਆਪਾਂ ਜ਼ਰੂਰ ਕਰਾਵਾਂਗੇ, ਪਰ ਜੋ ਵੀ ਬਾਬਾ ਜੀ ਦੇਣਗੇ ਨਾ ਉਹਨੂੰ ਪ੍ਰਸਾਦ ਸਮਝ ਕੇ ਲੈ ਲਿਓ ਮੇਰੇ ਵੀਰੋ। ਬਾਅਦ ਦੇ ਵਿੱਚ ਤੁਸੀਂ ਮੇਲਾ ਪ੍ਰਬੰਧਕ ਕਮੇਟੀ ਨੂੰ ਕਿਸੇ ਵੀਰ ਨੂੰ ਵੀ ਜ਼ਿਆਦਾ ਡਿਸਟਰਬ ਨਹੀਂ ਕਰਨਾ, ਸਾਰੀਆਂ ਖੇਡਾਂ ਹੋਣਗੀਆਂ। ਆਪਾਂ ਨਹੀਂ ਚਾਹੁੰਦੇ ਕੋਈ ਬਾਬਾ ਜੀ ਸੰਤਾਂ ਮਹਾਂਪੁਰਖਾਂ ਦੇ ਦਰਬਾਰ ਤੋਂ ਕੋਈ ਨਿਰਾਸਾ ਜਾਵੇ। ਸੋ ਬੇਨਤੀ, ਇੱਧਰ ਬਿੱਲਾ ਸਿਆਟੇ ਵਾਲਾ ਜਿਹੜਾ ਹੈ ਉਹ ਡੰਡ ਮਾਰਿਆ ਹੈ, ਉੱਤੋਂ ਕੇਵਲ ਭਲਵਾਨ ਜਿਹੜੇ ਹੈ ਉਹ ਦੰਦਾਂ ਦੇ ਨਾਲ ਇੱਟਾਂ ਚੱਕ ਕੇ ਵਿਖਾ ਰਹੇ ਹੈ। ਜਿੰਨੇ ਵੀ ਮੱਲ ਜਿੰਨੇ ਵੀ ਪਹਿਲਵਾਨ, ਕਿਉਂਕਿ ਮਾਪੇ ਜਨਮ ਦਿੰਦੇ ਹੈ, ਕਰਮ ਰੱਬ ਦਿੰਦਾ ਹੈ, ਉੱਥੇ ਗੁਰੂ ਦਾ ਤੀਜਾ ਸਥਾਨ ਬਣਦਾ ਹੈ। ਮੇਰ ਰੱਬ ਦੀ ਹੋ ਜੇ ਮੇਰ ਦੀ ਨਾ, ਫਿਰ ਆ ਕੇ ਬੰਦਾ ਪਹਿਲਵਾਨ ਬਣਦਾ ਹੈ। ਜੇ ਉਸ ਮਾਲਕ ਦੀ ਕਿਰਪਾ ਹੋਵੇ ਨਾ ਤਾਂ ਬੰਦਾ ਪਹਿਲਵਾਨ ਬਣਦਾ ਹੈ, ਤਾਂ ਸੁਪਰ ਸਟਾਰ ਬਣਦਾ ਹੈ। ਵਸਾਲ ਇੱਕ ਵਾਰ ਆਪਾਂ ਕਰੀਏ ਜਿਗਰ ਫਿਰ ਮੇਲਾ ਪ੍ਰਬੰਧਕ ਕਮੇਟੀ ਦੇ ਵਲੰਟੀਅਰ ਵੀਰ ਤੇ ਸਾਰੀ ਸੰਗਤ ਦਾ ਦਿਲੋਂ ਧੰਨਵਾਦ। ਬਹੁਤ ਸਤਿਕਾਰ ਤੇ ਧੰਨਵਾਦ ਹੈ। ਵਾਹਿਗੁਰੂ ਚੜ੍ਹਦੀ ਕਲਾ ਦੇ ਵਿਚਾਰ ਰੱਖੇ ਜਿਹੜੇ ਖੇਡਾਂ ਵਾਲੇ ਭਰਾ ਨੇ, ਆਪੋ ਆਪਣੀਆਂ ਖੇਡਾਂ ਕਰਨ ਜਲਦੀ ਦੇ ਨਾਲ ਤਾਂ ਜੋ ਆਪਾਂ ਵੱਡੇ ਖੇਡ ਮੇਲੇ ਦੀ ਜਦੋਂ ਸ਼ੁਰੂਆਤ ਕਰੀਏ ਤੇ ਫਿਰ ਕਬੱਡੀ ਦੇ ਪਲੇਅਰ ਹੋਣ ਤੇ ਕਬੱਡੀ ਦੀ ਗੱਲ ਹੋਵੇ। ਆਹ ਮੁੰਡਾ ਗੁਰਪ੍ਰੀਤ ਸਿੰਘ ਉਦੋਂ ਕੇ ਪਿੰਡ ਹੈ, ਪਿਤਾ ਦਾ ਸਹਾਰਾ ਇਸ ਨੌਜਵਾਨ ਦੇ ਸਿਰ ਤੇ ਨਹੀਂ ਗਾ ਤੇ ਸਾਰਾ ਘਰ ਦਾ ਗੁਜ਼ਾਰਾ ਜਿਹੜਾ ਇਹਨਾਂ ਖੇਡ ਮੇਲਿਆਂ ਤੋਂ ਚੱਲਦਾ। ਤੁਸੀਂ ਜ਼ਰੂਰ ਇਸ ਭਰਾ ਦੀ ਮਦਦ ਕਰ ਸਕਦੇ ਹੋ। ਸੋ ਟੀਮਾਂ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਨੇੜੇ ਤੇੜੇ ਆ ਜਾਣ ਜੀ। ਟੀਮਾਂ ਵਾਲੇ ਭਰਾਵਾਂ ਨੂੰ ਬੇਨਤੀ ਆਪਾਂ ਕਰਦੇ ਹਾਂ, ਵੱਡਾ ਮੁਕਾਬਲਾ ਹੋਣਾ ਇੱਕ ਪਾਸੇ ਮਾਝੇ ਦੀ ਟੀਮ ਅਤੇ ਦੂਜੇ ਪਾਸੇ ਮਾਲਵੇ ਦੀ ਟੀਮ ਆਉਣੀ ਹੈ। ਵੱਡੇ ਵੱਡੇ ਮੱਲ ਦੋਨਾਂ ਟੀਮਾਂ ਦੇ ਵਿੱਚ ਖੇਡਣ ਦੇ ਵਾਸਤੇ ਪੁੱਜਣਾ ਹੈ। ਝੂਲਦੇ ਹੋਏ ਨਿਸ਼ਾਨ ਨੇ ਕਿ ਝੂਲ ਤੇ ਨਿਸ਼ਾਨ ਰਣ ਪੰਥ ਮਹਾਰਾਜ ਕੀ। ਇਹ ਬਾਕੀ ਭਰਾ ਮਿਲਿਓ, ਇਹ ਜਿਹੜੇ ਕੇਸਰੀ ਅਤੇ ਨੀਲੇ ਇਹ ਜਿਹੜੇ ਝੰਡੇ ਝੂਰ ਰਹੇ ਨੇ ਬੜੇ ਮੁਸ਼ਕਲ ਮਿਲੇ ਨੇ, ਇਹ ਕਿਤੇ ਕੱਪੜਾ ਲੈ ਕੇ ਐਂ ਥੋੜ੍ਹਾ ਬਣ ਗਏ ਨੇ। ਇਹ ਜਿਹੜੇ ਨਿਸ਼ਾਨ ਨੇ ਇਹਨਾਂ ਦੇ ਪਿੱਛੇ ਬੜੀਆਂ ਕੁਰਬਾਨੀਆਂ ਹੋਈਆਂ, ਇਹਨਾਂ ਦੇ ਪਿੱਛੇ ਕਿਤੇ ਇਤਿਹਾਸ ਪੜ੍ਹੋ ਫਿਰ ਪਤਾ ਲੱਗਣਾ ਹੈ ਵੀ ਇਹ ਜਿਹੜੇ ਨਿਸ਼ਾਨ ਅਤੇ ਸਿਰਾਂ ਅਤੇ ਦਸਤਾਰਾਂ ਇਹ ਸੌਖੀਆਂ ਨਹੀਂ ਮਿਲੀਆਂ, ਬੜੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਹੈ। ਅਤੇ ਫਿਰ ਜਾ ਕੇ ਭਰਾ ਮਿਰਿਓ, ਇਹ ਸਿਰਾਂ ਅਤੇ ਦਸਤਾਰਾਂ ਆਈਆਂ ਹੈ, ਅਤੇ ਜਿਹੜੇ ਸਿਰਾਂ ਅਤੇ ਦਸਤਾਰਾਂ ਆ ਜਾਂਦੀਆਂ ਭਰਾ ਮਿਰਿਓ, ਫਿਰ ਮਾਲਕ ਸੱਚੇ ਪਾਤਸ਼ਾਹ ਦੀ ਕਿਰਪਾ ਵੱਖਰੀ ਹੋ ਜਾਂਦੀ ਹੈ। ਪਰ
ਜਿਹੜੇ 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 ਜੀਵ ਇਹਦੀ ਕਦਰ ਜਾਣਦੇ ਹੈ ਉਹਨਾਂ ਨੂੰ ਹੀ ਪਤਾ ਇਹਨਾਂ ਗੱਲਾਂ ਦਾ। ਬਾਕੀ ਕਈ ਤਾਂ ਮੇਰੇ ਕੋਈ ਸ਼ੌਂਕ ਨਾ ਬਣ ਲੈਂਦੇ ਹੈ ਵੀ ਇੱਕ ਵਾਰੀ ਸ਼ੌਂਕ ਜਿਹਾ ਪੂਰਾ ਕਰ ਲਈਏ, ਫੋਟੋ ਸੋਹਣੀ ਆ ਜਾਵੇ, ਕਈ ਇਸ ਕਰਕੇ ਵੀ ਬਣ ਲੈਂਦੇ ਹੈ। ਪਰ ਜਿਹੜੇ ਨਿੱਜੀ ਤੌਰ 'ਤੇ ਜਿਹੜੇ ਚੰਗੀ ਤਰ੍ਹਾਂ ਜਾਣਦੇ ਉਹਨਾਂ ਨੂੰ ਪਤਾ ਹੈ ਇਹ ਦਸਤਾਰ ਇਹ ਸਿੱਖੀ ਬੜੀਆਂ ਕੁਰਬਾਨੀਆਂ ਦੇ ਵਿੱਚੋਂ ਭਰਾ ਮੇਰੇ ਨਿਕਲੀ ਹੈ। ਸੋ ਆਪਾਂ ਕਦਰ ਕਰੀਏ ਜ਼ਰੂਰ। ਕਬੱਡੀ ਦੇ ਭਲਵਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਜ਼ਰੂਰ ਆਪਾਂ ਖੇਡ ਗਰਾਊਂਡ ਦੇ ਨਾਲ ਜੁੜੀਏ। ਵੱਡਾ ਮੁਕਾਬਲਾ ਹੋਣਾ ਹੈ, ਪਲੇਅਰਾਂ ਨੂੰ ਮੈਂ ਬੇਨਤੀ ਕਰਦਾ, ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਨੜਾਂਵਾਲੀ ਜ਼ਿਲ੍ਹਾ ਗੁਰਦਾਸਪੁਰ, ਦੂਜੇ ਪਾਸੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲਾ, ਮੈਂ ਡੀ ਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਆਪਣੇ ਪਲੇਅਰਾਂ ਨੂੰ ਲੈ ਕੇ ਖੇਡ ਗਰਾਊਂਡ ਦੇ ਵੱਲ ਆ ਜਾਣ। ਪਿੰਦਰ ਦੀ ਸਾਊਂਡ ਲੱਗੀ ਹੈ ਭਰਾ ਸਾਡੇ ਦੀ, ਜਿਹਦਾ ਜ਼ਿਕਰ ਵੱਡੇ ਪੱਧਰ 'ਤੇ ਹੁੰਦਾ ਹੈ। ਮਾਝਾ ਕਬੱਡੀ ਟੀ ਵੀ ਵਾਲਿਆਂ ਨੇ ਬੜੀ ਮਿਹਨਤ ਦੇ ਨਾਲ ਇਸ ਕੰਪੀਟੀਸ਼ਨ ਦੇ ਯੁੱਗ ਦੇ ਵਿੱਚ ਆਪਣਾ ਇੱਕ ਵੱਖਰਾ ਵਧੀਆ ਮੁਕਾਮ ਬਣਾ ਲਿਆ। ਇਹ ਬਣਾਉਣੇ ਔਖੇ ਆ ਭਰਾ ਮੇਰੇ ਅੱਜ ਦੇ ਸਮੇਂ ਦੇ ਵਿੱਚ, ਅਤੇ ਜਿਹੜੇ ਮਿਹਨਤਾਂ ਕਰਕੇ ਨਿਖਰ ਗਏ ਹੈ ਉਹਨਾਂ ਦੀ ਚੜ੍ਹਦੀ ਕਲਾ ਹੈ। ਕਬੱਡੀ ਵਾਲੇ ਮਲਖੇੜ ਗਰਾਊਂਡ ਦੇ ਵੱਲ ਆ ਜਾਣ। ਉੱਧਰ ਧੰਤਨ ਬਾਬਾ ਸ਼ਬੀਰ ਵਾਲੇ ਉਹਨਾਂ ਦੀ ਵੱਡੀ ਯਾਦ ਹੈ, ਮਹਾਂਪੁਰਸ਼ ਮੁਖ ਸੇਵਾਦਾਰ ਬਾਬਾ ਰਾਮ ਜੀ ਉਹਨਾਂ ਦਾ ਵੀ ਸਤਿਕਾਰ ਆਪਾਂ ਕਰਾਂਗੇ, ਜਿਨ੍ਹਾਂ ਦੀਆਂ ਵੱਡੀਆਂ ਸੇਵਾਵਾਂ ਨੇ। ਗੁਰੂ ਘਰ ਦੇ ਵਜ਼ੀਰਾਂ ਦਾ ਧੰਨਵਾਦ ਅਤੇ ਸਤਿਕਾਰ ਹੈ, ਦਰਸ਼ਕ ਵੀਰਾਂ ਦਾ ਧੰਨਵਾਦ ਸਤਿਕਾਰ ਹੈ। ਬੇਨਤੀ ਕਰਦੀ ਹੈ ਕਬੱਡੀ ਦਾ ਜਿਹੜਾ ਮੈਚ ਹੈ ਉਹ ਸਪੈਸ਼ਲ ਹੈ ਮੇਰੇ ਵੀਰਿਓ। ਬਾਕੀ ਕਿਸੇ ਵੀ ਮੱਲ ਕਿਸੇ ਵੀ ਪਹਿਲਵਾਨ ਨੂੰ ਜਿਹੜਾ ਇਨਵਾਈਟ ਨਹੀਂ ਕੀਤਾ ਗਿਆ, ਜਿੰਨੇ ਵੀ ਕੋਈ ਯਾਰ ਦਿਖਾਉਣੇ ਕਰ ਦਿਖਾ ਸਕਦਾ ਸਾਡਾ ਵੀਰ, ਜਿੰਨੇ ਵੀ ਕਿਸੇ ਨੇ ਯਾਰ ਦਿਖਾਉਣੇ ਹੈ, ਬਾਕੀ ਜੋ ਵੀ ਬਾਬਾ ਜੀ ਦੇਣਗੇ ਤਿਲ ਫੁੱਲ ਉਹਨੂੰ ਪ੍ਰਸਾਦ ਸਮਝ ਕੇ ਲੈ ਲੈਣਾ। ਆਪਾਂ ਫਿਰ ਇੱਕ ਵਾਰੀ ਅਨਾਊਂਸਮੈਂਟ ਕਰ ਦਿੱਤੀ ਹੈ ਕਿ ਬਾਅਦ ਦੇ ਵਿੱਚ ਨਾ ਮੇਰੇ ਵੀਰ ਜਾ ਕੇ ਸੰਤਾਂ ਮਹਾਂਪੁਰਖਾਂ ਨੂੰ ਡਿਸਟਰਬ ਕਰੋ ਤੁਸੀਂ। ਬਹੁਤ ਤਗੜਾ ਮੈਚ ਕਬੱਡੀ ਦਾ। ਉੱਧਰ ਵਿਕਰਮਜੀਤ ਪੰਧੇਰ ਮਾਗੇ ਸਰਾਂ ਵਾਲਾ ਘੁੱਲਾ ਉਹ ਵੀ ਵੀਰ ਪਹੁੰਚ ਚੁੱਕੇ ਹੈ। ਵਿਸ਼ੇਸ਼ ਤੌਰ ਦੇ ਉੱਪਰ ਧੰਨਵਾਦ ਕਰਾਂਗੇ ਵਿਕਰਮਜੀਤ ਔਰ ਪੰਧੇਰ ਅਤੇ ਮਾਗੇ ਸਰਾਂ ਵਾਲਾ ਘੁੱਲਾ, ਵਿਸ਼ੇਸ਼ ਤੌਰ 'ਤੇ ਧੰਨਵਾਦ। ਬਹੁਤ ਵੱਡਾ ਧੰਨਵਾਦ ਹੈ। ਉੱਧਰ ਮੁੱਖ ਸੇਵਾਦਾਰ ਬਾਬਾ ਰਾਮ ਸਿੰਘ ਜੀ ਹੁਣਾਂ ਦਾ ਧੰਨਵਾਦ ਸਤਿਕਾਰ ਹੈ। ਮੈਂ ਬੇਨਤੀ ਕਰਦਾ ਦਰਸ਼ਕ ਵੀਰਾਂ ਨੂੰ ਕਿ ਖੇਡ ਗਰਾਊਂਡ ਦੇ ਨਾਲ ਜੁੜੀਏ ਆਪਾਂ। ਇਹ ਭਰਾਵਾਂ ਦਾ ਧੰਨਵਾਦ ਹੈ। ਉੱਧਰ ਰੈਫਰੀ ਸਾਹਿਬਾਨ ਭਰਾਵਾਂ ਦਾ ਵੀ ਧੰਨਵਾਦ ਹੈ। ਮਾਂਗੇ ਸਰਾਏ ਪਿੰਡ ਦਾ ਕੁੱਲਾ ਹੈ ਅਤੇ ਮੀਆਂ ਪੰਧੇਰ ਪਿੰਡ ਸਾਡੇ ਵਿਕਰਮਜੀਤ ਸਿੰਘ ਦਾ ਹੈ, ਯਾਰ ਯਾਰਾਂ ਦਾ ਹੈ। ਇਸ ਭਰਾ ਦਾ ਵੀ ਧੰਨਵਾਦ ਆਪਾਂ ਸਤਿਕਾਰ ਕਰਾਂਗੇ। ਕੱਲ੍ਹ ਦੀਆਂ ਮੁਬਾਰਕਾਂ ਦਾ ਵੀ ਘੁੱਲੇ ਵੀਰ, ਵੱਡੇ ਮਾਣ ਸਨਮਾਨ ਵੀ ਹੋਇਆ, ਮੇਲਾ ਸੋਹਣਾ ਹੋਇਆ ਹੈ, ਇਹ ਵਾਹਿਗੁਰੂ ਹੀ ਕਰਦਾ ਮੇਰੇ ਵੀਰੋ। ਬੇਨਤੀ ਹੈ ਦੋਵੇਂ ਟੀਮਾਂ ਖੇਡ ਗਰਾਊਂਡ ਦੇ ਵੱਲ ਆ ਜਾਣ। ਉੱਧਰ ਮੁੱਖ ਸੇਵਾਦਾਰ ਬਾਬਾ ਰਾਮ ਸਿੰਘ ਜੀ ਹੁਣਾਂ ਦਾ ਸਤਿਕਾਰ ਕਰਾਂਗੇ, ਉਹ ਵੀ ਸਾਡੇ ਦਰਮਿਆਨ ਹੋਣਗੇ। ਧੰਤਨ ਬਾਬਾ ਸ਼ਬੀਲ ਵਾਲਿਆਂ ਦੀ ਵੱਡੀ ਕਿਰਪਾ ਇਸ ਨਗਰ ਦੇ ਉੱਤੇ ਹੈ, ਇਸ ਦਰ ਘਰ ਦੇ ਸੇਵਾਦਾਰ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਸਤਿਕਾਰ। ਇੱਧਰ ਨਗਰ ਮੁਰਾਦਪੁਰੇ ਦਾ ਵਿਸਾਲ ਆ ਗਿਆ ਝਬਾਲ ਵਾਲਾ ਮੇਰੇ ਵੀਰਿਓ, ਤੇ ਨਾਲ ਵੇਖਾਂਗੇ ਗਗਨ ਮੇਰੇ ਵੀਰਿਓ ਇਸ ਵੇਲੇ ਖੜਾ ਪਾਸੀ ਦੇ ਵਿੱਚ। ਦੋ ਮੱਲ ਜਿਹੜੇ ਹੈ ਉਹ ਐਂਟਰੀ ਕਰ ਚੁੱਕੇ ਹੈ, ਕਿਉਂਕਿ ਟੁੱਟੇ ਹੋਏ ਕੰਨਾਂ ਤੋਂ ਪਤਾ ਲੱਗ ਜਾਂਦਾ ਬੰਦਾ ਭਲਵਾਨੀ ਕਰਦਾ, ਸਰੀਰ ਵੇਖ ਕੇ ਪਤਾ ਲੱਗ ਜਾਂਦਾ ਬੰਦਾ ਸੂਟਾਂ ਲਾਉਂਦਾ ਜਾਂ ਜਿਮ ਲਾਉਂਦਾ ਮੇਰੇ ਵੀਰਿਓ, ਇਹ ਸਰੀਰ ਤੋਂ ਪਤਾ ਲੱਗ ਜਾਂਦਾ ਹੈ। ਆਪਣੇ ਸਰੀਰ ਬਾਜੋ ਹਾਣੀਓ ਕਿਸੇ ਨਹੀਂ ਜੇ ਲੱਗੀਆਂ ਪਕਾਉਣੀਆਂ, ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਇਹ ਖਾਧੀਆਂ ਖੁਰਾਕਾਂ ਕੰਮ ਆਉਣੀਆਂ, ਸਰੀਰ ਵੇਖ ਕੇ ਪਤਾ ਲੱਗ ਜਾਂਦਾ। ਦੋ ਮੱਲ ਅਖਾੜਾ ਪਾਸੀ ਦੇ ਵਿੱਚ ਜ਼ੋਰ ਦੀ ਗੱਲ ਕਰਦੇ ਹੈ,
ਪਹਿਲੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜ਼ੋਰ ਦੀ ਗੱਲ ਕੀਤੀ ਹੈ ਕਿ ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਸੁੱਟੇ ਸੰਸਾਰ, ਕਿ ਆ ਜ਼ੋਰ ਅਖਾੜਾ ਪਾਸੀ ਦੇ ਵਿੱਚ ਲੱਗਿਆ ਪਿਆ, ਸਾਂਭਿਆ ਸਰੀਰ ਪਹਿਲਵਾਨੀ ਨੇ। ਮੇਰੇ ਵੀਰੇ ਮਾਣ ਵਾਲੀ ਗੱਲ ਹੈ, ਮਾਪੇ ਜਨਮ ਦਿੰਦੇ ਹੈ ਤੇ ਕਰਮ ਰੱਬ ਦਿੰਦਾ, ਉੱਥੇ ਗੁਰੂ ਦਾ ਤੀਜਾ ਸਥਾਨ ਬਣਦਾ। ਮੇਰ ਰੱਬ ਦੀ ਹੋ ਜੇ ਮੇਰ ਦੀ ਨਾ, ਫਿਰ ਆ ਕੇ ਬੰਦਾ ਪਹਿਲਵਾਨ ਬਣਦਾ ਹੈ। ਵਸਾਲ ਸਿਆ ਚੱਕ ਮੈਕ ਤੇ ਕਰਦੇ ਗੱਲ ਮੱਲਾਂ ਦੀ। ਗੱਲ ਸੱਚੀ ਭਰਾ ਨੇ ਆਖੀਏ ਕਿ ਮੇਰ ਦੀ ਨਾ, ਜੇ ਰੱਬ ਦੀ ਮੇਰ ਹੋ ਜੇ। ਗੱਲ ਕਿੱਡੀ ਵਧੀਆ ਭਰਾ ਮੇਰੇ, ਸੁਣਨ ਤੇ ਸਿੱਖਣ ਵਾਲੀ ਹੈ। ਮੇਰ ਦੀ ਨਾ, ਜੇ ਰੱਬ ਦੀ ਮੇਰ ਹੋ ਜੇ, ਬੰਦਾ ਫੇਰ ਆ ਕੇ ਭਲਵਾਨ ਬਣਦਾ। ਇਹ ਮੱਲ ਤਕੜੇ ਹੈ, ਮਿਹਨਤਾਂ ਕੀਤੀਆਂ, ਉਸਤਾਦਾਂ ਦੀਆਂ ਮਾਰਾਂ ਖਾਧੀਆਂ ਹੈ, ਫਿਰ ਜਾ ਕੇ ਸੰਸਾਰ ਦੇ ਵਿੱਚ ਨਾ ਬਣੇ। ਬਾਕੀ ਭਲਵਾਨ ਬਣਨਾ ਬੜਾ ਔਖਾ ਹੈ ਭਰਾ ਮੇਰੇ। ਟਰੱਕ ਖੁਰਾਕਾਂ ਦੇ ਖਾਣੇ ਪੈਂਦੇ ਹੈ, ਨੀਂਦਾਂ ਤਿਆਗਣੀਆਂ ਪੈਂਦੀਆਂ, ਸੁੱਖ ਆਰਾਮ ਤਿਆਗਣੇ ਪੈਂਦੇ ਹੈ, ਰਜਾਈਆਂ 'ਚ ਪੈ ਕੇ ਕਿਤੇ ਯੁੱਗ ਥੋੜ੍ਹਾ ਪਲਟੇ ਜਾਂਦੇ ਹੈ, ਇੱਥੇ ਘਰੋਂ ਨਿਕਲਣਾ ਪੈਂਦਾ ਹੈ, ਆਰਾਮ ਤਿਆਗਣੇ ਪੈਂਦੇ ਹੈ। ਲੋਕ ਫਿਰ ਹੀ ਸਰਨਾਵਾਂ ਪੁੱਛਦੇ ਆ ਭਰਾ ਮੇਰੇ, ਲੱਗਿਆਂ ਲਗਾਇਆਂ ਕੰਮਾਂ 'ਤੇ ਬਹਿ ਜਾਣਾ ਸੌਖਾ ਹੈ। ਭੁੱਲੇ ਵੀਰ ਆਪਣੇ ਰਾਹ ਆਪ ਬਣਾਉਣੇ, ਉਹਦਾ ਸਵਾਦ ਹੀ ਵੱਖਰਾ ਹੈ, ਅਤੇ ਕਰਦਾ ਮਾਲਕ ਵਾਹਿਗੁਰੂ ਆ ਜਿਨ੍ਹਾਂ ਦੇ ਸਿਰਾਂ 'ਤੇ ਉਹ ਤਾਜ ਸਜਾ ਦਿੰਦਾ ਭਰਾ ਮੇਰੇ, ਫਿਰ ਸਦਾ ਹੀ ਚੜ੍ਹਦੀ ਕਲਾ ਰਹਿੰਦੀ ਹੈ। ਸੋ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਣ, ਵੱਡਾ ਮੁਕਾਬਲਾ ਹੋਣਾ ਦੋਵਾਂ ਟੀਮਾਂ ਦੇ ਦਰਮਿਆਨ, ਮੱਲ ਚੋਟੀ ਦੇ ਪੁੱਜਣੇ ਆ ਮਿੱਤਰੋ। ਕਬੱਡੀ ਦੀਆਂ ਦੋਨੇ ਟੀਮਾਂ, ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਮੋਗਾ, ਇਹ ਮਾਲਵੇ ਦੀ ਟੀਮ ਆ ਮੇਰੇ ਵੀਰੋ, ਤੇ ਦੂਜੇ ਪਾਸੇ ਬ੍ਰਹਮ ਗਿਆਨੀ ਸੰਤ ਬਾਬਾ ਹਿਆਰਾ ਸਿੰਘ ਜੀ ਕਬੱਡੀ ਕਲੱਬ ਲੜਾਂ ਵਾਲੀ ਗੁਰਦਾਸਪੁਰ, ਇਹ ਮਾਝੇ ਦੀ ਟੀਮ ਆ ਮੇਰੇ ਵੀਰੋ। ਇੱਕ ਪਾਸੇ ਮਾਲਵਾ ਤੇ ਦੂਜੇ ਪਾਸੇ ਮਾਝਾ, ਜਿਵੇਂ ਕਹਿੰਦੇ ਮਾਲਵੇ ਤੇ ਮਾਝੇ ਦਾ ਮੈਚ ਮਿੱਤਰੋ, ਫਸ ਗਈਆਂ ਕੁੰਡੀਆਂ, ਬਾਹਰ ਬੈਠੇ ਲੋਕੀ ਇਹੀ ਗੱਲਾਂ ਕਰਦੇ, ਟੀਮਾਂ ਦੋਨੇ ਚੰਗੀਆਂ, ਕੌਣ ਖਿੱਚੂ ਗਿੱਟੇ, ਕੌਣ ਪਾਊ ਕੌਡੀ ਝੁੱਕ ਝੁੱਕ ਕੇ, ਜਿਹਦੀਆਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ, ਕਿ ਜਿਹਦੀਆਂ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ। ਅੱਜ ਕੌਣ ਜਿੱਤ ਕੇ ਜਾਂਦਾ, ਕੌਣ ਬਾਜੀ ਮਾਰਦਾ ਹੈ, ਕੌਣ ਮੇਰੇ ਵੀਰੋ ਬੱਲੇ ਬੱਲੇ ਕਰਾਵੇਗਾ। ਸੌਰਭ ਉਦੋ ਕੇ ਵਾਲਾ, ਅੰਮ੍ਰਿਤ ਉਦੋ ਕੇ ਵਾਲਾ, ਗੁਰਦੁਆਰਾ ਨਾਗੀਆਣਾ ਸਾਹਿਬ ਮੇਰੇ ਵੀਰੋ, ਪਹਿਲੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਸੋ ਪ੍ਰਾਪਤ ਧਰਤੀ ਹੈ, ਤੇ ਬੜੇ ਕਰਮਾਂ ਭਾਗਾਂ ਵਾਲੇ ਲੋਕ ਜੇ ਤੁਸੀਂ ਅੱਜ ਬਾਬਾ ਸ੍ਰੀ ਚੰਦ ਮਹਾਰਾਜ ਦੀ ਗੋਦ ਦੇ ਵਿੱਚ ਬੈਠੇ ਹੋਏ ਜੇ, ਮਾਣ ਵਾਲੀ ਗੱਲ ਹੈ। ਧੰਨ ਧੰਨ ਬਾਬਾ ਸਬੀਲ ਵਾਲਿਆਂ ਦੀ ਸੱਚੀ ਤੇ ਮਿੱਠੀ ਯਾਦ ਨੂੰ ਸਮਰਪਿਤ ਸ਼ਾਨਦਾਰ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ, ਕਿ ਸਾਧੂ ਰਹਿੰਦੇ ਜੱਗ 'ਚ ਬਗਾਨੇ ਬਣ ਕੇ, ਹੁੰਦੇ ਹੀਰਿਆਂ ਤੋਂ ਮਹਿੰਗੇ ਪਰ ਰਹਿੰਦੇ ਆਨੇ ਬਣ ਕੇ, ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ, ਜਿਹੜੇ ਮੂੰਹ 'ਚੋਂ ਬਾਕ ਨਿਕਲ ਗਏ ਉਹ ਬਿਰਥੇ ਨਹੀਂ ਜਾਣੇ, ਕਿ ਉਹ ਬਿਰਥੇ ਨਹੀਂ ਜਾਣੇ ਜਿਹੜੇ ਸੰਤਾਂ ਮਹਾਂਪੁਰਖਾਂ ਨੇ ਬਾਕ ਕੱਢਤੇ ਨਾ, ਫਿਰ ਉੱਥੇ ਫੁੱਲ ਚੜ ਜਾਂਦੇ ਹੈ। ਵਸਾਲ ਸਿਆਂ ਯੋਰ ਲੱਗਿਆ ਪਿਆ, ਯੋਰ ਲੱਗਿਆ ਪਿਆ, ਜ਼ੋਰ ਲੱਗਿਆ ਹੋਇਆ ਤੇ ਯੋਰ ਬਸ਼ਰਮ ਹੁੰਦਾ, ਆਪਣੀਆਂ ਕਹਾਣੀਆਂ ਆਪ ਲਿਖ ਜਾਂਦਾ ਹੈ। ਭਲਵਾਨੋ ਤਕੜੇ ਹੋਵੇ, ਇੱਕ ਪਾਸਾ ਕਰਨਾ ਪੈਣਾ ਹੈ, ਵਿੱਚ ਵਿਚਾਲੇ ਕੁਝ ਨਹੀਂ, ਕਿ ਆਪਾਂ ਵਿੱਚ ਵਿਚਾਲੇ ਵਾਲੇ ਨਹੀਂ, ਆਰ ਹੁੰਦੇ ਜਾਂ ਪਾਰ ਹੁੰਦੇ,
ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਆਪਾਂ ਜੀ ਦੇ ਯਾਰ ਹੁੰਦੇ ਹਾਂ। ਇਹ ਪੰਜਾਬੀਆਂ ਦੀ ਗੱਲ ਹੈ ਮੇਰੇ ਮਿੱਤਰੋ ਕਿ ਆਪਾਂ ਵਿੱਚ ਵਿਚਾਲੇ ਵਾਲੇ ਨਹੀਂ, ਆਰ ਹੁੰਦੇ ਜਾਂ ਪਾਰ ਹੁੰਦੇ ਹਾਂ, ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਆਪਾਂ ਜੀ ਦੇ ਯਾਰ ਹੁੰਦੇ ਹਾਂ। ਇਹ ਪੰਜਾਬੀਆਂ ਦੇ ਹਿੱਸੇ ਮਾਣ ਹੈ ਮੇਰੇ ਮਿੱਤਰੋ, ਯਾਰਾਂ ਦੇ ਯਾਰ ਵੱਜੇ ਮਾਲਕ ਚੜ੍ਹਦੀ ਕਲਾ ਦੇ ਵਿੱਚ ਰੱਖੇ, ਤਾਂ ਕਰਕੇ ਦੁਨੀਆ ਮਾਣ ਕਰਦੀ ਹੈ। ਪੰਜਾਬੀ ਜਿੱਥੇ ਜਿੱਥੇ ਵੀ ਬੈਠੇ ਹੈ ਉਹਨਾਂ ਦਾ ਵਾਕੇ ਮਾਣ ਦੇ ਨਾਲ ਸਿਰ ਉੱਚਾ ਹੁੰਦਾ ਹੈ, ਅਤੇ ਆਮ ਅਕਸਰ ਸੁਣਦੇ ਹਾਂ ਆਪਾਂ ਦੂਜਿਆਂ ਨੂੰ ਵੀ ਉਹ ਕਹਿ ਦਿੰਦੇ ਵੀ ਪੰਜਾਬੀ ਸਾਡੇ ਯਾਰ ਨੇ। ਬੜਾ ਪਿਆਰ ਜਿਹੜਾ ਜਿਸ ਧਰਤੀ 'ਤੇ ਦਿੱਤਾ ਜਾ ਰਿਹਾ ਹੈ। ਤੇਜਵੀਰ ਸਾਡਾ ਭਰਾ ਪਹਿਚਾਨਿਆ ਨਹੀਂ ਗਿਆ, ਬੜੀ ਪਾਰ ਕਿਰਪਾ ਸੱਚੇ ਪਾਤਸ਼ਾਹ ਦੇ, ਕਿਉਂਕਿ ਜਦੋਂ ਬੰਦਾ ਸਿੱਖੀ ਸਰੂਪ ਦੇ ਵਿੱਚ ਔਰ ਮੇਰੇ ਵੀਰਿਓ ਧਾਨ ਕਰਜੇ ਤਾਂ ਫਿਰ ਬੜੀ ਕਿਰਪਾ ਹੁੰਦੀ ਹੈ ਸੱਚੇ ਪਾਤਸ਼ਾਹ ਦੀ, ਕਿ ਭਰਾ ਕਹਿੰਦਾ ਮਾਲਕ ਦੀ ਕਿਰਪਾ ਹੋ ਗਈ ਅਤੇ ਦਸਵੇਂ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਅੰਮ੍ਰਿਤ ਦੀ ਦਾਤ ਆ ਨਾ ਉਹ ਵੀ ਦੇ ਦਿੱਤੀ, ਅਤੇ ਫਿਰ ਸੱਤੇ ਔਰ ਅਪਾਰ ਕਿਰਪਾ ਸੰਭਾਲਕ ਦੀ ਮੈਂ ਦਿਲੋਂ ਧੰਨਵਾਦ ਕਰਾਂਗਾ। ਵੱਡਾ ਮਾਣ ਵੱਡਾ ਪਿਆਰ 500 ਰੁਪਈਆ ਪੰਜਾਬੀ ਮਾਂ ਬੋਲੀ ਦਾ ਭਰਾ ਵੀਰ ਵੱਲੋਂ ਹੈ। ਰੇੜੀ ਅਸੀਂ ਇਹਨਾਂ ਵੀਰਾਂ ਦੇ, ਪਰ ਲੱਗਦਾ ਯੋਰ ਹਟਦਾ ਪਿੱਛੇ ਉਹ ਲਾਲੀ ਉੱਤਰੀ ਅੱਖਾਂ 'ਚ ਸਭ ਤੇਰੇ ਵੀਰਿਆਂ ਦੇ ਪਾਸੇ ਹਾਰ ਜਾ, ਚੜ੍ਹਾ ਦੂ ਜੱਟ ਕੁੱਤੀਆਂ ਘੀਰਿਆਂ 'ਤੇ। ਕੌਣ ਜਿੱਤਦਾ ਕੌਣ ਹਾਰਦਾ, ਕਦੇ ਮਾਝੇ ਦੀ ਧਰਤੀ 'ਤੇ ਪੱਟੀ ਵਾਲੇ ਜੱਸੇ ਦੀਆਂ ਗੱਲਾਂ ਹੁੰਦੀਆਂ, ਜੱਸੇ ਪੱਟੀ ਵਾਲੇ ਦੀਆਂ ਗੱਲਾਂ ਹੁੰਦੀਆਂ, ਕਦੇ ਮੇਰੇ ਵੀਰਿਓ ਪੰਮਾ ਡੇਰਾ ਬਾਬਾ ਨਾਨਕ ਦਾ ਨਾਂ ਹਵਾਵਾਂ ਵਿੱਚ ਗੂੰਜਦਾ ਹੈ। ਮਾਣ ਵਾਲੀ ਗੱਲ ਹੈ ਰਾਜੂ ਪਹਿਲਵਾਨ ਸਜਾਦੇ ਦੀ ਧਰਤੀ ਦਾ, ਜਿਹਨੇ ਕਨੀ ਕਈ ਮੱਲ ਤਿਆਰ ਕਰਕੇ ਵੱਖੋ ਵੱਖ ਅਖਾੜਿਆਂ ਨੂੰ ਦਿੱਤੀ ਹੈ। ਇਹ ਆ ਸਿੰਝ ਮੇਲਿਆਂ ਦੀ ਜਿੰਦ ਜਾਨ, ਦੋ ਮੱਲ ਚੋਟੀ ਦੇ ਪਰ ਨਹਿਰੀ ਸਾ ਆਪਣੇ ਸਰੀਰ ਬਾਜੋਹਾਣੀਓ ਕਿਸੇ ਨਹੀਂ ਜੇ ਲੱਗੀਆਂ ਪਕਾਉਣੀਆਂ। ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ, ਖਾਧੀਆਂ ਖੁਰਾਕਾਂ ਕੰਮ ਆਉਣੀਆਂ। ਦੋ ਉਂਗਲਾਂ ਦਾ ਇਸ਼ਾਰਾ ਕੀਤਾ ਭਲਵਾਨ ਨੇ ਕਿ ਮਿੰਟ ਦੋ ਰਹਿ ਗਏ ਹੈ, 120 ਸਕਿੰਟ ਰਹਿ ਗਏ ਹੈ। ਇਹ ਗੱਲਾਂ ਹੁਣ ਆਰ ਤੇ ਪਾਰ ਕਰਨੀਆਂ ਪੈਣੀਆਂ ਭਲਵਾਨੋ, ਪੀਣ ਗੱਲਾਂ ਜਾਣਾ ਪਈ, ਆਪਾਂ ਪਾਸਾ ਲਈਏ, ਬੜੀ ਔਖੀ ਹੈ ਭਲਵਾਨੀ ਭਰਾ ਮੇਰੇ। ਧੌਣ 'ਤੇ ਗੋਡਾ ਰੱਖਣਾ ਉਹ ਵੀ ਇੱਕ ਵੱਖਰਾ ਹੀ ਈਵੈਂਟ ਹੁੰਦਾ ਹੈ। ਹੁਣ ਵੇਖਾਂਗੇ ਸਾਹਮਣੇ ਮਾਲੇ ਚੋਟੀ ਦੇ ਨੇ, ਮਾਂ ਖੇਡ ਕਬੱਡੀ ਦੀਆਂ ਗੱਲਾਂ ਵੀ ਹੋਣਗੀਆਂ। ਮੈਂ ਬੇਨਤੀ ਕਰਦਾ ਕਿ ਜਲਦੀ ਦੇ ਨਾਲ ਮਾਝਾ ਅਤੇ ਮਾਲਵਾ ਦੋਵੇਂ ਟੀਮਾਂ ਖੇਡ ਗਰਾਊਂਡ ਦੇ ਵੱਲ ਆ ਜਾਣ, ਵੱਡਾ ਮੁਕਾਬਲਾ ਵੇਖਣ ਦੇ ਲਈ ਮਿਲੇਗਾ। ਜਿੰਨੇ ਕੁ ਪਲੇਅਰਾਂ ਨੂੰ ਮੈਂ ਮਿਲ ਕੇ ਆਇਆ ਗਰਾਊਂਡ 'ਚ ਆਉਣ ਤੋਂ ਪਹਿਲਾਂ, ਰੂਹ ਖੁਸ਼ ਹੋ ਜਾਣੀ ਆ ਭਰਾ ਮੇਰਿਓ। ਮੇਲਾ ਵੇਖਣ ਵਾਲਾ ਹੋਣਾ ਹੈ, ਆਇਆਂ ਦਾ ਮੁੱਲ ਮੁੜਨਾ ਹੈ। ਪੰਜਾਬੀ 'ਚ ਕਹਿੰਦੇ ਹੁੰਦੇ ਨਾ ਕਿ ਆਏ ਦਾ ਮੁੱਲ ਮੁੜ ਗਿਆ ਹੈ, ਉਹ ਮੁੱਲ ਮੋੜਨ ਵਾਲਾ ਹੋਣਾ ਹੈ। ਜਿਹੜੇ ਭਰਾ ਦੇ ਪੱਠੇ ਪੁੱਠੇ ਪਾ ਕੇ ਆਏ ਹੈ ਬੇਫਿਕਰੇ ਹੋ ਕੇ ਬਹਿ ਜਾਓ, ਅਤੇ ਜਿੰਨਾ ਜੇ ਮੇਰਿਆਂ ਭਰਾਵਾਂ ਨੇ ਪਾਉਣੇ ਹੈ ਮੇਲਾ ਵੇਖ ਕੇ ਜਾਇਓ, ਤੁਸੀਂ ਖੁਸ਼ ਹੋ ਕੇ ਜਾਣਾ ਹੈ, ਗੱਲਾਂ ਵੱਖਰੀਆਂ ਹੋ ਜਾਣੀਆਂ। ਲਓ ਸਾਹਮਣੇ ਮਤਲਬ ਚੋਟੀ ਦੇ ਨੇ ਤਕੜੇ ਨੇ, ਗੱਲਾਂ ਇਹਨਾਂ ਦੀਆਂ ਹੋਣੀਆਂ, ਕਿਉਂਕਿ ਜਿੰਨਾਂ ਮਿਹਨਤਾਂ ਕੀਤੀਆਂ ਮਿਣਤਾਂ ਨਹੀਂ, ਰਾਤ ਹੀ ਲੰਘੀ ਦਿਣਤਾ ਨਹੀਂ, ਸੋਚ ਸਿੱਕੇ ਲੋਂ ਵੱਡੀ ਹੈ। ਬਾਕੀ ਗੱਲ ਬਾਬੇ 'ਤੇ ਛੱਡੀ ਹੈ, ਜਿਹਨਾਂ ਬਾਬੇ 'ਤੇ ਛੱਡਦੀਆਂ ਮੇਰੇ ਮਿੱਤਰੋ ਉਹ ਆਪੇ ਸਾਂਭ ਲੈਂਦਾ ਹੈ। ਮੈਂ ਬੇਨਤੀ ਕਰਦਾ ਮਾਝਾ ਅਤੇ ਮਾਲਵਾ ਦੋਵੇਂ ਟੀਮਾਂ ਖੇਡ ਗਰਾਊਂਡ ਦੇ ਵੱਲ ਆ ਜਾਣ। ਮਾਝਾ ਵਰਸੀ ਜੇ ਮਾਲਵਾ ਦੋਨੇ ਟੀਮਾਂ ਤਿਆਰ ਬਰ ਤਿਆਰ ਹੋ ਜਾਣਾ, ਮਾਣ ਵਾਲੀ ਗੱਲ ਹੈ। ਪਹਿਲਵਾਨ ਇਹ ਮੇਰੇ ਵੀਰਿਓ ਬੜੇ ਕਰਮਾਂ ਭਾਗਾਂ ਵਾਲੇ ਲੋਕ ਹੁੰਦੇ ਹੈ। ਵੱਡੇ ਵੀਰ ਭਾਅ ਭੋਲਾ ਰਾਮਪੁਰ ਝੀਤੇ ਪਿੰਡ ਵਾਲਾ ਹੈ, 50 ਕਿਲੋ ਦਾ ਮੇਰਾ ਆਪਣਾ ਭਾਰ ਹੈ ਅਤੇ ਮੈਂ ਕੁਇੰਟਲ ਭਾਰ ਚੁੱਕਣਾ ਹੈ। ਹੁਣ ਇਹ ਭਾਰ ਕੁਇੰਟਲ ਹੈ ਕਿ ਨਹੀਂ ਲੋਕਾਂ ਨੂੰ ਪਤਾ ਲੱਗ ਜਾਣਾ ਹੈ। ਆਹ ਮੁੰਡੇ ਦੇ ਵਾਲ ਬੜੇ ਵਧੀਆ ਮੈਨੂੰ ਪਹਿਲਾਂ ਵੀ ਮਿਲਿਆ ਸੀ, ਆਹ ਸਾਹਮਣੇ ਖੜਾ ਮਲ ਪਛਾਣਦੇ ਮੁੰਡੇ ਸਹੀ ਹੈ।
ਬਹੁਤ ਵਧੀਆ ਵੱਡੇ ਪਿਆਰ ਸਤਿਕਾਰ ਜਿਹੜੇ ਅੱਜ ਇਸ ਧਰਤੀ 'ਤੇ ਦਿੱਤੇ ਜਾ ਰਹੇ ਨੇ। ਪੰਜਾਬ ਪੁਲਿਸ ਦੇ ਮੁਲਾਜ਼ਮ ਵੀਰਾਂ ਦਾ ਵੀ ਦਿਲੋਂ ਧੰਨਵਾਦ ਕਰਾਂਗੇ। ਵੱਡੀ ਜ਼ਿੰਮੇਵਾਰੀ ਹੈ ਅੱਜ ਇਹਨਾਂ ਵੀਰਾਂ ਦੀ। ਤੇਜ ਵੀਰ ਸਾਡੀ ਜ਼ਿੰਦਗੀ ਦੇ ਪਰ ਮਿੱਤਰਾਂ ਦੇ ਵਿੱਚੋਂ ਪਰ ਮਿੱਤਰ ਹੈ, ਵੱਡਾ ਨਾਮ ਹੈ। ਆ ਜਿੰਨੇ ਵੀ ਗੇਮਾਂ ਗੂਮਾਂ ਵਾਲੇ ਆ ਸਾਰੇ ਮੇਰੇ ਵੀਰ ਹੁਣੇ ਹੁਣੇ ਦੇ ਬਾਅਦ ਦੇ ਵਿੱਚ ਸਾਨੂੰ ਡਿਸਟਰਬ ਨਾ ਕਰਿਓ। ਜਦੋਂ ਮੈਚ ਚੱਲ ਗਿਆ ਓਨਲੀ ਮੈਚ ਦੀ ਗੱਲ ਹੋਵੇਗੀ, ਕਬੱਡੀ ਦੀ ਗੱਲ ਹੋਵੇਗੀ। ਬਲਜੀਤ ਕੌਰ ਪਿਤਾ ਨੂੰ ਅਟੈਕ ਹੋ ਗਿਆ, ਸਿਰ 'ਤੇ ਕਮਾਉਣ ਵਾਲਾ ਕੋਈ ਨਹੀਂ ਹੈ। ਔਰ 10 20 100 50 ਹਰ ਇੱਕ ਨੇ ਜ਼ਰੂਰ ਮਾਣ ਤਾਣ ਕਰਨਾ ਮੇਰੇ ਵੀਰੋ, ਔਰ ਤੁਹਾਡੀ ਕਚਹਿਰੀ ਦੇ ਵਿੱਚ ਆ ਕੇ ਚੱਕਰ ਲਾਵੇਗੇ। ਬਹੁਤ ਵੱਡੇ ਸਤਿਕਾਰ ਅੱਜ ਇਸ ਧਰਤੀ 'ਤੇ ਦਿੱਤੇ ਜਾ ਰਹੇ ਨੇ। ਇੱਕ ਬਾਬਾ ਜੀ ਆਏ ਹੈ, ਇਹ ਵੀ ਪੰਜਾਬ ਦੇ ਖੇਡ ਮੇਲਿਆਂ ਦੀ ਜਿੰਦ ਜਾਨ ਬਣਦੇ ਆ ਮੇਰੇ ਵੀਰੇ। ਉਹ ਜਦੋਂ ਵੀ ਕਿਤੇ ਮੇਲੇ 'ਤੇ ਜਾਈਦਾ ਸੀ, ਇਸ ਮੇਲੇ ਦਾ ਵੀ ਜ਼ਿਕਰ ਕਰਦੀ ਜਾ ਸੀ ਕਿ 1 ਅਪ੍ਰੈਲ ਨੂੰ ਮਰਾਦਪੁਰੇ ਦੀ ਧਰਤੀ 'ਤੇ ਰੌਣਕਾਂ ਲੱਗਣਗੀਆਂ। ਜਿੱਦਾਂ ਕੱਲ੍ਹ ਨੂੰ ਮੇਰੇ ਵੀਰਿਓ ਮੂੜ ਪਿੰਡ ਦੇ ਵਿੱਚ ਵੀ ਇਸੇ ਤਰ੍ਹਾਂ ਡਾਂਗ ਖੜਕਣੀ ਹੈ। ਰਵੀ ਭਾਮ ਵਾਲਾ ਸਾਦੇ ਦੇ ਰਿਹਾ ਹੈ, ਜਿੱਥੋਂ ਦਾ ਗੁਰਭੇਜ ਭੇਜਾ ਭਾਮ ਅੱਜ ਇਸ ਦੁਨੀਆ 'ਤੇ ਨਹੀਂ ਆ ਮੇਰੇ ਵੀਰਿਓ, ਉਸ ਭਰਾ ਨੂੰ ਵੀ ਯਾਦ ਕੀਤਾ ਜਾਂਦਾ ਹੈ। ਗੁਰਭੇਜ ਭੇਜੇ ਭਾਮ ਦੇ ਪਿੰਡ ਕੱਲ੍ਹ ਨੂੰ ਵੱਡਾ ਕਬੱਡੀ ਕੱਪ ਹੈ ਅਤੇ ਰਵੀ ਸਾਡਾ ਵੀਰ ਮੂੜ ਪਿੰਡ ਦੇ ਵਿੱਚ ਸੱਦੇ ਦੇ ਰਿਹਾ ਹੈ। ਔਰ ਉਸ ਵੀਰ ਦੇ ਪਿੰਡ ਵੀ ਕੱਲ੍ਹ ਇਸੇ ਤਰ੍ਹਾਂ ਡਾਂਗ ਖੜਕੋਗੇ। ਦੁਨੀਆ ਦੀ ਮੰਨੀ ਪ੍ਰਮੰਨੀ ਵੈਬਸਾਈਟ ਹੈ ਮਾਝਾ ਟੀਵੀ ਇੰਟਰਨੈਟ ਦੇ ਜ਼ਰੀਏ ਅੱਜ ਦਾ ਜਿਹੜਾ ਖੇਡ ਮੇਲਾ ਨਾ ਉਹ ਲਾਈਵ ਦਿਖਾਇਆ ਜਾ ਰਿਹਾ ਹੈ। ਢੋਲ ਵੀਰ ਢੋਲੀ ਵੀਰ ਨੂੰ ਬੇਨਤੀ ਹੈ, ਢੋਲ ਹੁਣ ਬੰਦ ਰੱਖੀ ਸਾਨੂੰ ਵਜਾ ਲੈਣ ਦੇ, ਜਦੋਂ ਅਸੀਂ ਆਪਣਾ ਢੋਲ ਬੰਦ ਕਰ ਲਾਂਗੇ ਫਿਰ ਤੁਸੀਂ ਵਜਾ ਲਿਓ। ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਮੈਂ ਚਾਹਾਂਗਾ ਕਿ ਬਿਨਾਂ ਕਿਸੇ ਦੇਰੀ ਦੇ ਕਬੱਡੀ ਦੀਆਂ ਦੋਨੇ ਟੀਮਾਂ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ, ਤੋਤਾ ਸਿੰਘ ਵਾਲਾ ਮੋਗਾ ਮਾਲਵੇ ਦੀ ਟੀਮ ਹੈ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਨਾੜਾਂ ਵਾਲੀ ਗੁਰਦਾਸਪੁਰ ਮਾਝੇ ਦੀ ਟੀਮ ਆ ਮੇਰੇ ਵੀਰਿਓ। ਮਸਾਣਿਆਂ ਵਾਲੇ ਮੰਨੂ ਦੀ ਯਾਦ ਦੇ ਵਿੱਚ ਅੱਜ ਦੁਨੀਆ ਦੇ ਚੋਟੀ ਦੇ ਸਟਾਰ ਜਿਹੜੇ ਹੈ ਖੇਡਣੀ ਹੈ। ਮਾਣ ਹੈ ਕਿ ਮੈਗੀਆਂ ਨਾਲ ਕਿੱਥੇ ਭਲਵਾਨ ਰੱਜਦੇ, ਆ ਮਿੱਤਰ ਜਹਾਜ਼ਾਂ ਨੂੰ ਨਹੀਂ ਆ ਰੋੜੇ ਵੱਜਦੇ, ਕਦੇ ਨਾ ਪੜਾਕੂ ਮੁੜੇੜੇ ਡਿਗਰੀ ਤੇ ਚੋਰਾਂ ਮੁੜੇ ਅਰਦੇ ਨਹੀਂ ਜਿੰਦੇ ਸੋਹਣਿਆ। ਮਾਵਾਂ ਦੀ ਜੋ ਸਾਥੀ ਵਿੱਚੋਂ ਮਿਲਦੀ ਦਲੇਰੀ ਤੇ ਪੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ, ਉਹ ਪੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ। ਕੌਣ ਜਿੱਤਦਾ, ਕੌਣ ਹਾਰਦਾ, ਕੌਣ ਬਾਜੀ ਮਾਰਦਾ, ਇਹ ਸੱਕ ਤਾਂ ਰਹਿਣੀ ਹੈ। ਮਰਾਦਪੁਰ ਦਾ ਕਬੱਡੀ ਕੱਪ ਹੈ, ਉਹ ਧੱਕ ਤਾਂ ਪੈਣੀ ਹੈ, ਧੱਕ ਤਾਂ ਪੈਣੀ ਆ। ਬਾਬਾ ਜੀ ਕਰ ਲਓ ਬਚਨ ਤੁਸੀਂ ਸਾਂਝੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਰੀ ਸੰਗਤ ਵੇਖ ਰਹੇ ਜੋ ਕਿ ਮੈਂ ਦੋਵਾਂ ਲੱਤਾਂ ਤੋਂ ਬਿਲਕੁਲ ਹੈਂਡੀਕੈਪਟਿਆਂ ਅਤੇ ਅੰਮ੍ਰਿਤਧਾਰੀ ਸਿੰਘ ਵੀ ਹਾਂ। ਗੁਰੂ ਪਿਆਰੀ ਸਾਹਿਬ ਸੰਗਤ ਦਾਸ ਨੂੰ ਇਹ ਗੇਮ ਕਰਨ ਦਾ ਸ਼ੌਂਕ ਨਹੀਂ ਗਾ, ਕੋਈ ਵੀ ਬੰਦਾ ਮੇਰੇ ਘਰ ਜਾ ਕੇ ਵੇਖ ਸਕਦਾ, ਜਿਹਦੀ ਮਜਬੂਰੀ ਖਾਤਰ ਇਹ ਮੈਂ ਗੇਮ ਕਰਦਾ, ਕਿਉਂਕਿ ਮੇਰੇ ਕੋਲ ਕੋਈ ਦਿਹਾੜੀ ਦਾ ਪਤਾ ਲੱਗਣਾ ਨਹੀਂ ਅਤੇ ਨਾ ਹੀ ਕਿਸੇ ਨੇ ਖੜਨਾ ਹੈ। ਮੇਰੇ ਸਤਿਕਾਰਯੋਗ ਜੋ ਪਿਤਾ ਜੀ ਦੀ ਡੈਥ ਹੋ ਗਈ ਹੈ ਅਤੇ ਮਾਤਾ ਜੀ ਦਾ ਇਲਾਜ ਇਸ ਗੇਮ ਦੇ ਸਿਰ ਤੋਂ ਚਲਾਉਣਾ। ਗੁਰੂ ਪਿਆਰੀ ਸਾਹਿਬ ਸੰਗਤ ਆਪਣੀ ਗੇਮ ਦਾ ਪ੍ਰਦਰਸ਼ਨ ਕਰਕੇ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਫੇਰੀ ਲਾਉਣੀ ਹੈ ਅਤੇ ਮੇਰੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ 10 20 100 50 ਨਾਲ ਗੁਰੂ ਪਿਆਰੀ ਸਾਹਿਬ ਸੰਗਤ ਕੋਈ ਫਰਕ ਨਹੀਂ ਪੈਣਾ,
ਤੇ ਵੱਧ ਤੋਂ ਵੱਧ ਮਾਣ ਸਨਮਾਨ ਕਰਨਾ। ਰੱਬ ਨੇ ਤੁਹਾਨੂੰ ਦੁੱਗਣਾ ਚੁੱਗਣਾ ਦੇਣਾ ਹੈ। ਗੁਰੂ ਪਿਆਰੀ ਸਾਖ ਸੰਗਤ ਤੁਹਾਡੇ ਸਾਹਮਣੇ ਦੋਵਾਂ ਲੱਤਾਂ ਤੋਂ ਬਿਲਕੁਲ ਹੈਂਡੀਕੈਪਟ ਆ, ਕਿਉਂਕਿ ਦਿਹਾੜੀ ਦਾ ਪਰ ਨਹੀਂ ਜਾ ਸਕਦਾ, ਮਾਤਾ ਵੀ ਘਰ ਠੀਕ ਨਹੀਂ ਗੇ। ਹੁਣ ਮੈਂ ਆਪਣੀ ਗੇਮ ਦਾ ਪ੍ਰਦਰਸ਼ਨ ਕਰਕੇ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਫੇਰੀ ਲਾਉਣੀ ਹੈ। ਅਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕੋਈ ਵੀ ਦਰਸ਼ਕ, ਕੋਈ ਸੰਗਤ ਦਾ ਵਾਂਝਾ ਜੀਵ ਨਾ ਰਵੇ, ਜਿਹੜਾ 10, 20, 100, 50 ਜਿੰਨੀ ਵੀ ਸ਼ਰਧਾ ਗੁਰੂ ਪਿਆਰੀ ਸਾਖ ਸੰਗਤ ਵੱਧ ਤੋਂ ਵੱਧ ਮਾਣ ਸਨਮਾਨ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਲ ਦਿਸ਼ਾ ਬਈ ਟੀਮਾਂ ਜਲਦੀ ਨਾਲ ਆ ਜਾਣਾ ਤੇ ਬਾਬੇ ਦਾ ਮਾਣ ਸਨਮਾਨ ਵੀ ਜ਼ਰੂਰ ਕਰਿਓ। ਧੰਨਵਾਦ ਕਰਾਂਗੇ, ਸਤਿਕਾਰ ਕਰਾਂਗੇ, ਬਾਬਾ ਵੇਰਾ ਰੱਖੇ, ਕਿਉਂਕਿ ਸੰਗਤ ਆਪ ਜਾਣੀ ਜਾਣ ਹੈ। ਲੋੜਵੰਦ ਬੰਦੇ ਦਾ ਮਾਣ ਸਨਮਾਨ ਜ਼ਰੂਰ ਕਰਿਓ, ਤੁਹਾਡਾ ਧੰਨਵਾਦ ਸਤਿਕਾਰ ਹੈ। ਰਿਕੁਐਸਟ ਕਰਦੇ ਹਾਂ ਬਈ ਮਾਝਾ ਅਤੇ ਮਾਲਵਾ ਦੋਵੇਂ ਟੀਮਾਂ ਜਲਦੀ ਨਾਲ ਆ ਜਾਣ। ਇੱਕ ਪਾਸੇ ਮਾਝੇ ਦੀ ਵੱਡੀ ਟੀਮ ਹੈ, ਦੂਜੇ ਪਾਸੇ ਮਾਲਵੇ ਦੀ ਵੱਡੀ ਟੀਮ ਹੈ। ਮਲ ਚੋਟੀ ਦੇ ਹੈ, ਕੱਲ੍ਹ ਵੱਡਾ ਖੇਡ ਮੇਲਾ ਮਾਂਗੇਸਰਾਏ ਪਿੰਡ ਵੀ ਹੋਇਆ ਅਤੇ ਬੰਬੇ ਦੀ ਧਰਤੀ 'ਤੇ ਪੰਜਾਬ ਅਤੇ ਹਰਿਆਣੇ ਦੇ ਦਰਮਿਆਨ ਟੱਕਰ ਹੋਈ ਹੈ। ਉਹ 'ਚ ਪੰਜਾਬ ਜੀ ਦੂਰੀ ਹੈ। ਆਹ ਲੜਕੀ ਲਈ ਹਰ ਇੱਕ ਨੇ 10, 20, 100, 50 ਜਿਹੜੇ ਹੈ ਉਹ ਮਾਣ ਤਾਣ ਕਰਿਓ, ਕਿਉਂਕਿ ਪਾਪੀ ਪੇੜ ਦੀ ਖਾਤਰ ਬੰਦੇ ਨੂੰ ਬੜਾ ਕੁਝ ਕਰਨਾ ਪੈਂਦਾ ਹੈ। ਜਿਵੇਂ ਪੰਜਾਬ ਦਾ ਲੋਕ ਗਾਇਕ ਰਣਜੀਤ ਬਾਬਾ ਗੁਰਦਾਸ ਮਾਨ ਗਾਉਂਦਾ ਹੈ ਕਿ ਰੋਟੀ ਹੱਕ ਦੀ ਖਾਈਏ, ਭਾਵੇਂ ਬੂਟ ਪਾਲਸਾ ਕਰੀਏ, ਥੋੜ੍ਹਾ ਖਰਚ ਲਈਏ, ਥੋੜ੍ਹਾ ਪੁੰਨ ਦਾਨ ਵੀ ਕਰੀਏ। ਪਲਵਾਨ ਜੀ ਮਾਰੋ ਜ਼ੋਰ, ਜਿੰਨੇ ਵੀ ਕੁਸ਼ਤੀ ਕਰਨੀ ਹੈ 5-10 ਮਿੰਟ ਦੇ ਵਿੱਚ ਕਰ ਲਈਏ ਆਪਾਂ। ਬਾਅਦ ਦੇ ਵਿੱਚ ਕਬੱਡੀ ਦੀਆਂ ਟੀਮਾਂ ਆ ਗਈਆਂ ਤਾਂ ਅਸੀਂ ਗਰਾਊਂਡ ਬਿਲਕੁਲ ਕਲੀਅਰ ਲੈਣੀ ਹੈ, ਕਿਉਂਕਿ ਬਹੁਤ ਤਗੜਾ ਮੈਚ ਹੈ। ਲਗਭਗ ਜਿਹੜਾ ਕਬੱਡੀ ਦਾ ਮੈਚ ਹੈ ਨਾ ਉਹ 1.5 ਤੋਂ 2 ਲੱਖ ਦੇ ਵਿੱਚ ਹੋਣਾ ਮੇਰੇ ਵੀਰੋ, 1.5 ਤੋਂ 2 ਲੱਖ ਦੇ ਵਿੱਚ ਹੋਣਾ ਹੈ। ਦੁਨੀਆਂ ਦੀ ਕਰੀਮ ਖੇਡਣੀ ਹੈ, ਦੁਨੀਆਂ ਦੇ ਸੁਪਰ ਸਟਾਰ ਖੇਡਣੇ ਹੈ। ਇੱਕ ਟੀਮ ਮਾਝੇ ਦੀ ਹੈ ਤੇ ਦੂਜੀ ਟੀਮ ਮਾਲਵੇ ਦੀ ਹੈ। ਬੜੀ ਦੂਰ ਦੂਰ ਤੋਂ ਅੱਜ ਇਸ ਗਰਾਊਂਡ ਦਾ ਸ਼ਿੰਗਾਰ ਬਣਨੇ ਹੈ ਮੰਗਲ ਸਿੰਘ ਉਦੋਕੇ ਵਾਲਾ, ਦੰਦਾਂ ਦੇ ਨਾਲ ਸਾਈਕਲ ਚੁੱਕ ਰਿਹਾ ਹੈ। ਆਪਣੇ ਦੰਦ ਚੀਣ ਦੀ ਕੰਧ ਜਿਹੀ ਮਜ਼ਬੂਤੀ ਨੇ, ਦੁਨੀਆ ਭਰ ਦੇ ਵਿੱਚ ਚੀਣ ਦੀ ਕੰਧ ਬਹੁਤ ਮਸ਼ਹੂਰ ਹੈ। ਮੈਂ ਦੱਸ ਦੇਵਾਂ, ਕਿਉਂਕਿ 13 ਦੇਸ਼ਾਂ ਦੇ ਨਾਲ ਹੱਦਾਂ ਸਰਹੱਦਾਂ ਦੇ ਨਾਲ ਜਿਹੜੀ ਚੀਣ ਦੀ ਕੰਧ ਲੱਗਦੀ ਹੈ ਤੇ ਚੀਣ ਦੀ ਕੰਧ ਦੇ ਤੌਰ ਤੇ ਦੰਦ ਮੰਗਲ ਸਿੰਘ ਦੇ ਮਜ਼ਬੂਤ। ਔਰ ਤਾੜੀਆਂ ਮਾਰ ਦਿਓ ਵੀਰ ਦੇ ਲਈ ਇੱਕ ਵਾਰ, ਵੱਡੇ ਰੋਲ ਹੈ। ਮੈਂ ਚਾਹਾਂਗਾ ਵਿਸਾਲ ਸਿਆਂ ਦੇ ਸੱਡੇ ਟੀਮਾਂ ਨੂੰ। ਵੀਰੇ ਟੀਮਾਂ ਜਲਦੀ ਨਾਲ ਆ ਜਾਣ, ਬੇਨਤੀ ਕਰਦੇ। ਇੱਕ ਪਾਸੇ ਸੰਤ ਬਾਬਾ ਜਹਾਰਾ ਸਿੰਘ ਜੀ ਕਬੱਡੀ ਕਲੱਬ ਨੜਾਮਲੀ ਜ਼ਿਲ੍ਹੇ ਗੁਰਦਾਸਪੁਰ ਦੀ ਟੀਮ ਹੈ, ਦੂਜੇ ਪਾਸੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਮਾਲਵੇ ਦੀ ਟੀਮ ਹੈ, ਜ਼ਿਲ੍ਹੇ ਮੋਗੇ ਦੀ ਟੀਮ ਹੈ, ਗੁਰਬਖਸ਼ੀ ਸਿੰਘ ਜੀ ਡੀ ਪੀ ਸਾਹਿਬ ਦੀ ਟੀਮ ਹੈ। ਦੂਜੇ ਪਾਸੇ ਨੜਾਮਲੀ ਦੇ ਵੱਡੇ ਭਲਵਾਨ ਸ਼ਾਲੂ ਦੀ ਟੀਮ ਹੈ। ਮੈਂ ਭਲਵਾਨਾਂ ਨੂੰ ਬੇਨਤੀ ਕਰਦਾ ਹੈ, ਧੰਮੇ ਹੁਣਾਂ ਦੀ ਟੀਮ ਹੈ, ਭਲਵਾਨ ਸਾਡਿਆਂ ਦੀ ਭਰਾ ਬਣ ਕੇ ਬਿਨਾਂ ਕਿਸੇ ਦੇਰੀ ਦੇ ਖੇਡ ਗਰਾਊਂਡ ਦੇ ਵਿੱਚ ਆ ਜਾਓ, ਕਿਉਂਕਿ ਦਰਸ਼ਕ ਜਿਹੜੇ ਹੈ ਬੜੀ ਬੇਸਬਰੀ ਦੇ ਨਾਲ ਅਤੇ ਬੜੇ ਚਿਰ ਦੇ ਇੰਤਜ਼ਾਰ ਕਰ ਰਹੇ ਹੈ। ਵੱਡਾ ਖੇਡ ਮੇਲਾ ਹੋਣਾ, ਆਪਾਂ ਜਲਦੀ ਦੇ ਨਾਲ ਇਹ ਵੱਡੇ ਮੁਕਾਬਲੇ ਦੀ ਸ਼ੁਰੂਆਤ ਕਰੀਏ, ਕਿਉਂਕਿ ਦਰਸ਼ਕਾਂ ਦਾ ਇਕੱਠ ਵੇਖਣ ਯੋਗ ਹੈ। ਔਰ ਵਾਰ ਵਾਰ ਦਰਸ਼ਕਾਂ ਦੇ ਵਿੱਚੋਂ ਵੀ ਆਵਾਜ਼ ਆ ਰਹੀ ਹੈ ਕਿ ਪਲੇਅਰਾਂ ਨੂੰ ਸੱਦੋ, ਜਲਦੀ ਨਾਲ ਮੈਚ ਕਰਵਾਈਏ, ਅਤੇ ਮਾਲਕ ਮੇਰਾ ਕਰੇ, ਸੱਚੇ ਪਾਤਸ਼ਾਹ ਮੇਰਾ ਕਰੇ, ਵੱਡੇ ਮੱਲਾਂ ਦੀ ਟੱਕਰ ਹੋਣੀ ਹੈ। ਧੰਨ ਧੰਨ ਬਾਬਾ ਸ਼ਬੀਲ ਵਾਲੇ ਜਿਨ੍ਹਾਂ ਦੀ ਕਿਰਪਾ ਵੱਡੀ ਹੈ, ਮੁੱਖ ਸੇਵਾਦਾਰ ਬਾਬਾ ਰਾਮ ਸਿੰਘ ਜੀ ਹੁਣਾਂ ਦਾ ਸਤਿਕਾਰ ਹੈ, ਸਾਰੇ ਵਲੰਟੀਅਰ ਭਰਾਵਾਂ ਦਾ ਜਿਹੜੇ ਸੇਵਾਦਾਰ ਇਸ ਦਰ ਕਰਦੇ ਹੈ,
ਬਾਬਾ ਨਾਨਕ ਜੀ ਆਪ ਨਾ ਜਾਣਦੇ ਹੈ ਅਤੇ ਬਾਬਾ ਜੀ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਜਿਹੜੇ ਆਪਣੇ ਗੁਰੂ ਘਰ ਦੀਆਂ ਸੇਵਾਵਾਂ ਕਰ ਰਹੇ ਹੈ ਅਤੇ ਜਿਹੜੇ ਆਪਣੇ ਆਪ ਨੂੰ ਪਿੱਛੇ ਰੱਖ ਕੇ ਚੱਲਦੇ ਆ ਭਰਾ ਮੇਰਿਓ, ਰੱਬ ਆਪ ਅੱਗੇ ਲੈ ਕੇ ਜਾਂਦਾ ਹੈ ਉਹਨਾਂ ਨੂੰ, ਉਹਨਾਂ ਦੀਆਂ ਆਪ ਤਰੱਕੀਆਂ ਦੀ ਜ਼ਿੰਮੇਵਾਰੀ ਚੱਕ ਲੈਂਦਾ ਹੈ। ਸੋ ਬੇਨਤੀ ਕਰਦੇ ਹਾਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਣ, ਟੀਮਾਂ ਖੇਡ ਮੈਦਾਨ ਦੇ ਵਿੱਚ ਆ ਜਾਣੋ, ਮੱਲ ਸਾਂਭੇ ਹੋਏ ਸਰੀਰ, ਮਾਣ ਹੈ ਮੇਰੇ ਵੀਰੇ, ਉਹ ਅੱਖ ਵਿੱਚ ਪੈ ਜੇ ਵਾਲ ਤੰਗ ਕਰਦਾ ਹੈ, ਲੋਹੇ ਨੂੰ ਲੱਗ ਜੇ ਜੰਗਾਲ ਤੰਗ ਕਰਦਾ ਹੈ, ਗੁੱਜਰਾਂ ਦੀ ਮੁੱਕ ਜੇ ਪਰਾਲੀ ਤੇ ਸਿਆਲ ਤੰਗ ਕਰਦਾ ਹੈ, ਕਿਉਂਕਿ ਗੁੱਜਰ ਬਰਾਦਰੀ ਦੇ ਵੀ ਵੱਡੇ ਮੱਲ ਵੱਡੇ ਪਹਿਲਵਾਨ ਪੈਦਾ ਹੋਏ ਆ ਮੇਰੇ ਵੀਰੇ, ਉਹ ਜ਼ੋਰ ਦੀ ਗੱਲ ਹੈ। ਮੈਂ ਚਾਹਾਂਗਾ ਕਿ ਜਲਦੀ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਰਿਪੋਰਟ ਕਰ ਜਾਣਾ। ਅੱਜ ਪੰਜਾਬ ਦੀ ਜਵਾਨੀ ਸੂਟੇ ਲਾਉਂਦੀ ਹੈ, ਜਦੋਂ ਸੂਟੇ ਲਾਉਣ ਦੇ ਲਈ ਪੈਸੇ ਨਹੀਂ ਨਾ ਹੁੰਦੇ, ਫਿਰ ਰਾਤ ਨੂੰ ਲੋਕਾਂ ਦੀਆਂ ਮੋਟਰਾਂ ਲਾਉਂਦੀ ਹੈ। ਵੱਧ ਰਿਹਾ ਨਸ਼ਿਆਂ ਦਾ ਕਾਰਨ ਹੈ ਕਿ ਗਰੀਬ ਜੱਟ ਖੇਤ ਮਜ਼ਦੂਰਾਂ ਦੀ ਆਵਾਜ਼ ਨੂੰ ਉਠਾਉਣ ਵਾਲਾ ਕੋਈ ਨਾ, ਨਸ਼ਿਆਂ ਦੇ ਹੜ੍ਹ ਵਿੱਚ ਡੁੱਬ ਰਹੇ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਾ। ਸਾਂਭੀਏ ਪੰਜਾਬ ਦੀ ਜਵਾਨੀ ਨੂੰ ਮੇਰੇ ਵੀਰੇ, ਉਹ ਸਾਂਭਣ ਦੀ ਲੋੜ ਹੈ ਪੰਜਾਬ ਦੀ ਜਵਾਨੀ ਅਤੇ ਪੰਜਾਬ ਦੀ ਕਿਸਾਨੀ ਮੇਰੇ ਵੀਰੇ। ਅੱਜ ਪੰਜਾਬ ਦੀ ਕਿਸਾਨੀ ਅਤੇ ਪੰਜਾਬ ਦੀ ਜਵਾਨੀ ਨੂੰ ਸਾਂਭਣ ਦੀ ਲੋੜ ਹੈ। ਦੁਨੀਆ ਦੇ ਵੱਡੇ ਮੱਲ ਕਹਿੰਦੇ ਕਹਾਉਂਦੇ ਮੱਲ ਖਾੜਾ ਪਾਸੀ ਦੇ ਵਿੱਚ, ਭਲਵਾਨ ਜੀ ਮਾਰੋ ਜ਼ੋਰ, ਦੋ ਮੰਜੀਆਂ ਨੂੰ ਜੋੜ, ਸਪੀਕਰ ਲੱਗਣੇ ਨਹੀਂ, ਜਿਹੜੇ ਬਾਜੇ ਵੱਜ ਕੇ ਮੁੜ ਕੇ ਵੱਜਣੇ ਨਹੀਂ। ਮਾਣਕ ਹੱਦ ਮੁਕਾ ਗਿਆ, ਨਵੀਆਂ ਕਲੀਆਂ ਦੀ ਮੁੜ ਮੁੜ ਯਾਦ ਸਤਾਵੇ, ਪਿੰਡ ਦੀਆਂ ਗਲੀਆਂ ਦੀ, ਪਿੰਡ ਦੀਆਂ ਗਲੀਆਂ ਚੇਤੇ ਆਉਂਦੀਆਂ, ਜਿਹੜੇ ਬਾਹਰ ਬੈਠੇ ਹੈ ਇੱਥੋਂ ਵਾਲਿਆਂ ਨੂੰ ਉੱਥੋਂ ਜਾਣ ਦੀ ਕਾਹਲ ਹੈ, ਉਹਨਾਂ ਨੂੰ ਕਿਤੇ ਫੋਨ ਲਾ ਕੇ ਵੇਖਿਓ ਉਹਨਾਂ ਨੂੰ ਇੱਥੇ ਆਉਣ ਦੀ ਕਾਹਲ ਹੈ। ਇਹ ਵੀ ਭਰਾ ਵੀਰੋ ਸੱਚ ਹੈ ਬਈ, ਆਪਾਂ ਕਹਿ ਦਿੰਦੇ ਜਿਹੜੇ ਬਾਹਰ ਬੈਠੇ ਉਹ ਕਹਿ ਦਿੰਦੇ ਨਾ ਬਈ ਇੱਥੇ ਨਾ ਆਇਓ ਭਰਾਓ, ਕੋਈ ਹਾਲ ਨਹੀਂ, ਬਈ ਉਹ ਝੂਠ ਨਹੀਂ ਉਹ ਸੱਚ ਕਹਿੰਦੇ ਹੈ। ਕਿਉਂਕਿ ਅਕਸਰ ਹੁਣ ਕਬੱਡੀ ਕਰਕੇ ਬੜੇ ਭਰਾ ਮਿਲੇ ਹੈ, ਸੱਚੀ ਜਦੋਂ ਉਹਨਾਂ ਦੇ ਵਿੱਚ ਵੜ ਕੇ ਵੇਖਦੇ ਹਾਂ ਬੜੇ ਤੰਗ ਨੇ ਉਹ, ਬੜਾ ਔਖਾ ਹੈ, ਡਾਲਰ ਜਿਹੜੇ ਹੈ ਉਹ ਦਰਖਤਾਂ ਨੂੰ ਨਹੀਂ ਲੱਗਦੇ, ਬੜੇ ਔਖੇ ਮਿਲਦੇ ਹੈ। ਅਤੇ ਭਰਾ ਮੇਰੇ ਜਦੋਂ ਪੇ ਸਲਿੱਪ ਮਿਲਦੀ ਹੈ ਅਤੇ ਪੇ ਸਲਿੱਪ ਦੇ ਨਾਲ ਨਾਲੇ ਮੈਸੇਜ ਆਇਆ ਹੁੰਦਾ ਵੀ ਤੁਹਾਡੀ ਆਹ ਇੰਸਟਾਲਮੈਂਟ ਆ ਰਹਿੰਦੀ ਆ, ਕਿਸ਼ਤ ਤਾਰੋ ਅਤੇ ਫਿਰ ਤੁਹਾਨੂੰ ਪੈਸੇ ਮਿਲਣੇ ਹੈ। ਅਤੇ ਜਿੰਨੇ ਕੁ ਉਹਨਾਂ ਨੂੰ ਮਿਲਦੇ ਆ ਭਰਾ ਮੇਰੇ, 75-80% ਜਿਹੜੇ ਹੈ ਕਿਸ਼ਤਾਂ 'ਚ ਹੀ ਚਲੇ ਜਾਂਦੇ ਹੈ। ਅਤੇ ਆਪਾਂ ਕਹਿੰਦੇ ਵੀ ਐਤਕਾਂ ਕੁਝ ਪਾਇਆ ਨਹੀਂ ਤੂੰ, ਅਤੇ ਹੁਣ ਸਮਾਂ ਇੱਦਾਂ ਦਾ ਆ ਗਿਆ ਇੱਧਰੋਂ ਭੇਜਣੇ ਪੈ ਰਹੇ ਹੈ। ਇਸ ਸਮੇਂ ਦੀ ਭਰਾ ਮੇਰੇ ਉਹ ਵਾਕਿਆ ਤਰਾਸਦੀ ਹੈ, ਮਾਲਕ ਤੰਦਰੁਸਤੀਆਂ ਰੱਖੇ ਸਾਡੇ ਬਾਹਰ ਵਾਲੇ ਭਰਾਵਾਂ ਦੇ ਉੱਤੇ ਵੀ ਉਹ ਤੰਦਰੁਸਤ ਰਹਿਣ, ਆਪਣੇ ਦਿਮਾਗ 'ਤੇ ਡਿਪਰੈਸ਼ਨ ਨਾ ਲੈਣ, ਅਤੇ ਤੁਸੀਂ ਵੀ ਥੋੜ੍ਹਾ ਧਿਆਨ ਰੱਖਿਆ ਕਰੋ, ਉਹਨਾਂ ਨੂੰ ਹੱਲਾਸ਼ੇਰੀ ਦਿਆ ਕਰੋ, ਤਗੜਾ ਹੋ ਕੋਈ ਗੱਲ ਨਹੀਂ, ਪੈਸੇ ਨਾ ਭੇਜਾ ਆਪ ਤੰਦਰੁਸਤ ਰਹੇ। ਕਬੱਡੀ ਦੀਆਂ ਦੋਨੇ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਅੱਜ ਨੂੰ ਉਹਨਾਂ ਦਾ ਬਾਬਾ ਜੀ ਹੁਣਾਂ ਨੂੰ 2 ਮਿੰਟ ਵਾਸਤੇ, ਬਾਬਾ ਜੀ 2 ਮਿੰਟ ਤੋਂ ਵੱਧ ਸਮਾਂ ਨਾ ਲਿਓ, ਮਾਫੀ ਚਾਹਾਂਗੇ ਤੁਹਾਡੇ ਕੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ, ਨਿਗਾਹ ਹੋਏ ਇਸ ਵੱਲੀ, ਘਾਹ ਖਵਾਉਂਦਾ ਸ਼ੇਰਾਂ ਨੂੰ, ਉਹ ਬੰਦਿਆ ਲੱਭਦਾ ਕਿੱਧਰ ਫਿਰਦਾ। ਛਾਬੜੀ ਵਾਲੇ ਬੇਰਾਂ ਨੂੰ ਧੰਨ ਧੰਨ, ਬਾਬਾ ਸ਼ਬੀਲ ਵਾਲਾ ਨਗਰ ਮੁਰਾਦਪੁਰੇ ਦੀ ਚੜ੍ਹਦੀ ਕਲਾ ਹਰ ਸਾਲ ਦੀ ਤਰ੍ਹਾਂ ਇਹ ਸਮਾਗਮ ਕਰਾਉਂਦੇ ਆ। ਮਹਾਰਾਜ ਨਗਰ ਦੀ ਚੜ੍ਹਦੀ ਕਲਾ ਰੱਖੇ, ਨਾਮ ਕੇ ਨਾਮ ਚੜ੍ਹਦੀ ਕਲਾ, ਤੇਰੇ ਭਣੇ ਸਰਬੱਤ ਦਾ ਭਲਾ। ਬੋਲੇ ਸਤਿ ਸ੍ਰੀ ਅਕਾਲ।
ਬਾਜਾਂ ਵਾਲੇ ਗੁਰੂ ਨੂੰ ਲੱਖ ਲੱਖ ਨਮਸਕਾਰ, ਬਾਜਾਂ ਵਾਲੇ ਗੁਰੂ ਨੂੰ ਲੱਖ ਲੱਖ ਨਮਸਕਾਰ। ਹੁਕਮ ਦਾ ਮੈਂ ਚੱਲਿਆ ਬਣ ਕੇ ਪੈਰਦਾਰ, ਬਣ ਕੇ ਪੈਰਦਾਰ ਦੀ ਮੈਂ ਕਰਨੀ ਸੇਵਾ, ਸੇਵਾ ਕਰਨੀ ਸੇਵਾ ਦਾ, ਸੇਵਾ ਦਾ ਮੇਵਾ ਦਾਤਾ ਮੈਂ ਕਰਮ ਠਾਰੀ ਤੇਰੇ ਸੁਹਾਰੇ ਤੇ, ਦਾਤਾ ਮੈਂ ਕਰਮ ਠਾਰੀ ਤੇਰੇ ਸੁਹਾਰੇ ਤੇ। ਅਜਿਹਾ ਹਾਂ ਮੇਰ ਕਰ ਦਿਓ, ਅਜਿਹਾ ਹਾਂ ਮੇਰ ਕਰ ਦਿਓ ਕਰਮਾਂ ਦੇ ਮਾਰੇ ਤੇ। ਅੱਗੇ ਸੀ ਗੱਲਾਂ ਹੁਣ ਕਰੀਆਂ ਸੀ ਬੜੀਆਂ ਸੀ, ਅੱਗੇ ਸੀ ਗੱਲਾਂ ਹੁਣ ਉਹ ਕਰੀਆਂ ਸੀ ਬੜੀਆਂ ਸੀ, ਹੁਣ ਤਾਂ ਇਹ ਸੁਣੇ ਦੇਸ਼ ਵਿੱਚ ਲਾਈਆਂ ਤੂੰ ਝੜੀਆਂ ਸੀ। ਜੋਗੀ ਨਵਾਣਾ ਟਹਿ ਗਿਆ ਤੇਰੇ ਜ਼ਿੰਦਗਾਨੀ ਨੂੰ ਕਮੀਆਂ ਦੀ ਨਮਸਕਾਰ, ਉਹ ਪੁੱਤਰਾਂ ਦੇ ਦਾਨੀ ਨੂੰ ਭਾਰਤ ਤੋਂ ਲਾਰ ਵਾਰ ਤੇ। ਹੋ ਕੱਚੀਆਂ ਗਲੇਲਿਆਂ ਨਾਲ ਉਹ ਘੜੇ ਤੂੰ ਤੋੜੇ ਸੀ, ਉਹ ਕੱਚੀਆਂ ਗੁਲੇਲਿਆਂ ਨਾਲ ਘੜੇ ਤੂੰ ਤੋੜੇ ਸੀ, ਉਹ ਭੀਖ ਮਛਾ ਫਕਰਾਂ ਵਰਗੇ ਛਾਂਕੇ ਤੂੰ ਮੋੜੇ ਸੀ। ਉਹ ਕੱਚੀਆਂ ਗੁਲੇਲਿਆਂ ਨਾਲ ਉਹ ਘੜੇ ਤੂੰ ਤੋੜੇ ਸੀ, ਉਹ ਭੀਖ ਮਛਾ ਫਕਰਾਂ ਵਰਗੇ ਐਵੇਂ ਮੂੰਹ ਮੋੜੇ ਸੀ। ਜੋਗੀ ਨਮਾਣਾ ਟਹਿ ਗਿਆ, ਉਹ ਜੋਗੀ ਨਮਾਣਾ ਟਹਿ ਗਿਆ ਤੇਰੇ ਜ਼ਿੰਦਗਾਨੀ ਨੂੰ ਸ਼ਹਿਰਾਂ ਦੀ ਨਮਸਕਾਰ, ਉਹ ਪੁੱਤਰਾਂ ਦੇ ਦਾਨੀ ਨੂੰ ਭਾਰਤ ਤੋਂ ਲਾਲ ਵਾਰ ਤੇ। ਉਹ ਦਰਸ਼ਨ ਕਰ ਰਾਣੀ ਮੈਣੀ ਸ਼ੰਕੇ ਨਵਾਰੇ ਪੀ, ਉਹ ਦਰਸ਼ਨ ਕਰ ਰਾਣੀ ਮੈਣੀ ਸ਼ੰਕੇ ਨਵਾਰੇ ਪੀ। ਕਈਆਂ ਦੇ ਤਪਦੇ ਹਿਰਦੇ ਕੀਤੇ ਤੂੰ ਠਾਰੇ ਸੀ, ਪਹਿਲਾਂ ਤੋਂ ਸੀਸ ਕਟਾਇਆ ਦਿੱਲੀ ਕੁਰਬਾਨੀ ਨੂੰ, ਦੇਸ਼ ਦੀ ਰਾਖੀ ਕੀਤੀ ਉਹ ਪੁੱਤਰਾਂ ਦੇ ਦਾਨੀ ਨੂੰ ਭਾਰਤ ਤੋਂ ਲਾਲ ਵਾਰ ਤੇ। ਦਾਤਾ ਮੈਂ ਕਲਮ ਠਾਲੀ ਤੇਰੇ ਸੁਹਾਰੇ ਤੇ, ਅੱਜ ਹਾਂ ਮੇਰ ਕਰ ਦਿਓ ਕਰਮਾਂ ਦੇ ਮਾੜੇ ਤੇ। ਇਹ ਖਾਲਸਾ ਜੀ ਬਾਜਾਂ ਵਾਲੇ ਨੇ ਸਾਡੇ ਬਦਲੇ ਸਾਰਾ ਪਰਿਵਾਰ ਵਾਰ ਦਿੱਤਾ ਜੇ ਆਪ ਨੂੰ ਕੰਡਾ ਵਾਜੇ ਤੇ ਆਪਾਂ ਦੁੱਖ ਮਹਿਸੂਸ ਕਰਨੇ। ਇੰਨੀ ਕੁ ਨਵਾਣੇ ਦੀ ਹਾਜ਼ਰੀ ਪੁਰਾਣ ਕਰੀ ਨਾਮ ਕਨਾਮ ਚੜ੍ਹਦੀ ਕਲਾ ਤੇਰੇ ਭਣੇ ਸਰਬੱਤ ਦਾ ਭਲਾ। ਬੋਲੇ ਸੋ ਨਿਆਲ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਾਲ ਹੀ ਬੇਨਤੀ ਕਰਦੀ ਆਪਾਂ ਡੀਪੀ ਗੁਰਬਖਸ਼ੀਸ਼ ਸਿੰਘ ਜੀ ਤੋਤਾ ਸਿੰਘ ਵਾਲਾ ਮੋਗਾ, ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮੋਗੇ ਦੀ ਟੀਮ ਜਿਹੜੀ ਹੈ ਮਾਲਵੇ ਦੀ ਟੀਮ ਲੈ ਕੇ ਆਏ ਨੇ। ਕੋਚ ਸਾਹਿਬ ਨੂੰ ਬੇਨਤੀ, ਕੋਚ ਸਾਹਿਬ ਦਿੱਤਾ ਹੋਇਆ ਟਾਈਮ ਜਿਹੜਾ ਨਾ ਉਹ ਪੂਰਾ ਹੋ ਗਿਆ, 5:30 ਹੋ ਚੁੱਕੀ ਹੈ। ਇਹ ਟੀਮ ਬਿਨਾਂ ਕਿਸੇ ਦੇਰੀ ਦੇ ਗਰਾਊਂਡ ਦੇ ਵਿੱਚ ਰਿਪੋਰਟ ਕਰ ਜਾਵੇ। ਦੂਜੇ ਪਾਸੇ ਬ੍ਰਹਮ ਗਿਆਨੀ ਸੰਤ ਬਾਬਾ ਹਿਆਰਾ ਸਿੰਘ ਜੀ ਕਬੱਡੀ ਕਲੱਬ ਗੁਰਦਾਸਪੁਰ ਰਸਾਲ ਸਾਲੂ ਹੁਣਾਂ ਦੀ ਧੰਮਾ ਦੁੱਲਾ ਨੰਗਲ ਉਹਨਾਂ ਦੀ ਟੀਮ ਹੈ। ਸੋ ਬੇਨਤੀ ਹੈ
ਪ੍ਰਭ ਵੀਰ ਨੂੰ ਧੰਮੇ ਭਰਾ ਨੂੰ ਉਹ ਟੀਮਾਂ ਲੈ ਕੇ ਗਰਾਊਂਡ ਦੇ ਵਿੱਚ ਰਿਪੋਰਟ ਕਰ ਦੇਣ ਜਿੱਥੇ ਵੀ ਸਾਡੀ ਆਵਾਜ਼ ਨੂੰ ਸੁਣਦੇ ਹੈ। ਬਈ ਬਿਨਾਂ ਕਿਸੇ ਦੇਰੀ ਦੇ ਟੀਮਾਂ ਆ ਜਾਣ। ਵਿੱਕੀ ਅਜਨਾਲੇ ਵਾਲਾ ਭਰਾ ਸਾਡਾ ਆਇਆ, ਵੱਡਾ ਮੱਲ ਹੈ, ਵੱਡੀ ਡਿਮਾਂਡ ਇਹਦੀ ਜੰਮੂ ਕਸ਼ਮੀਰ ਤੱਕ ਵੀ ਹੋਈ ਹੈ। ਭਲਵਾਨ ਸਾਡੇ ਦੀ ਸਾਡੇ ਇਲਾਕੇ ਦਾ ਵੱਡਾ ਮੱਲ ਹੈ ਵਿੱਕੀ ਭਲਵਾਨ ਸਾਡਾ ਭਰਾ ਹੈ। ਬਾਬਾ ਮੇਰਾ ਰੱਖੇ ਜਿਉਂਦਾ ਵਾਦਾ ਰਹੇ। ਉੱਧਰ ਮੈਂ ਬੇਨਤੀ ਕਰਦਾ ਮਾਝਾ ਅਤੇ ਮਾਲਵਾ ਵੀਰਾ ਜੀ ਦੋਵੇਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵੱਲ ਆ ਜਾਣ। ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਜ਼ਿਲ੍ਹੇ ਗੁਰਦਾਸਪੁਰ ਦੀ ਟੀਮ ਹੈ, ਦੂਜੇ ਪਾਸੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲਾ, ਇਹ ਮਾਲਵੇ ਦੀਆਂ ਟੀਮਾਂ ਨੇ। ਮੈਂ ਬੇਨਤੀ ਕਰਦਾ ਕਿ ਮਾਝਾ ਅਤੇ ਮਾਲਵਾ ਟੱਕਰ ਵੱਡੀ ਹੋਣੀ ਹੈ, ਪੰਜਾਬ ਹੈ ਸਾਰੇ ਦਾ ਸਾਰਾ। ਇਹ ਵੰਡ ਭਾਸ਼ਾ ਦੇ ਆਧਾਰ 'ਤੇ ਹੈ, ਥੋੜ੍ਹਾ ਥੋੜ੍ਹਾ ਫਰਕ ਪੈ ਜਾਂਦਾ ਨਾ ਜਦੋਂ ਬੋਲੀ ਦਾ, ਉਸ ਹਿਸਾਬ ਨਾਲ ਗਾਂਹ ਦੀ ਗਾਂਹ ਇਹ ਵੰਡਾਂ ਉਸ ਹਿਸਾਬ ਨਾਲ ਬਣੀਆਂ ਵੀ ਮਾਝੇ ਵਾਲੇ ਹੈ, ਇਹ ਮਾਲਵੇ ਵਾਲੇ ਹੈ, ਦੁਆਬੇ ਵਾਲੇ ਹੈ। ਸੋ ਉਸੇ ਤਰ੍ਹਾਂ ਹੀ ਬੋਲਿਆ ਜਾਂਦਾ ਵੀ ਇਹ ਪੰਜਾਬ ਦੀਆਂ ਟੀਮਾਂ ਹੈ। ਬੇਨਤੀ ਕਰਦਾ ਜਿਹੜੇ ਮੋਗੇ ਦੀ ਟੀਮ ਅਤੇ ਜਿਹੜੇ ਗੁਰਦਾਸਪੁਰ ਦੀ ਟੀਮ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਆ ਜਾਵੇ। ਵੱਡਾ ਮੁਕਾਬਲਾ ਹੋਣਾ ਦੋਨਾਂ ਟੀਮਾਂ ਦੇ ਦਰਮਿਆਨ। ਮੱਲ ਸਾਰੇ ਚੋਟੀ ਦੇ ਪੁੱਜੇ। ਮੈਂ ਬੇਨਤੀ ਕਰਦਾ ਧੰਮੇ ਭਲਵਾਨ ਨੂੰ, ਸ਼ਾਲੂ ਭਲਵਾਨ ਸਾਡੇ ਨੂੰ, ਵੱਡੇ ਭਰਾ ਨੂੰ ਕਿ ਟੀਮਾਂ ਲੈ ਕੇ ਖੇਡ ਗਰਾਊਂਡ ਦੇ ਵਿੱਚ ਆ ਜਾਣ। ਅਤੇ ਤੋਤਾ ਸਿੰਘ ਵਾਲੇ ਕੋਚ ਸਾਹਿਬ ਉਸਤਾਦ ਲੋਕ ਨੇ, ਮੈਂ ਬੇਨਤੀ ਕਰਦਾ ਡੀ ਪੀ ਸਾਹਿਬ ਨੂੰ ਕਿ ਟੀਮ ਲੈ ਕੇ ਖੇਡ ਗਰਾਊਂਡ ਦੇ ਵੱਲ ਆ ਜਾਣ। ਵੱਡਾ ਮੁਕਾਬਲਾ ਹੋਣਾ ਦੋਨਾਂ ਟੀਮਾਂ ਦੇ ਦਰਮਿਆਨ। ਸੋ ਜਲਦੀ ਕਰੀਏ ਆਪਾਂ, ਟਾਈਮ ਨਾ ਲਈਏ ਮੇਰੇ ਭਰਾ ਬਣ ਕੇ, ਜਲਦੀ ਆ ਜਾਣ ਬਿਨਾਂ ਕਿਸੇ ਦੇਰੀ ਦੇ। ਸੰਮੀ ਸਾਹ ਸਾਡਾ ਭਰਾ ਅਤੇ ਨਾਲ ਤੇਜਵੀਰ ਵਿਸ਼ੇ ਤੌਰ 'ਤੇ ਧੰਨਵਾਦ ਕਰਾਂਗੇ। ਬੜੀ ਪਾਰ ਕਿਰਪਾ ਹੈ ਧੰਨ ਧੰਨ ਬਾਬਾ ਸਫੀਲ ਵਾਲਿਆਂ ਦੀ। ਮੇਰੇ ਵੀਰੇ ਉਹ ਹਰਜਿੰਦਰ ਫੌਜੀ ਸਾਡਾ ਵੀਰ, ਉਹ ਵੀ ਪਹੁੰਚਾ, ਮੈਂ ਵਿਸ਼ੇ ਤੌਰ 'ਤੇ ਧੰਨਵਾਦ ਕਰਾਂਗਾ। ਚੋਟੀ ਦਾ ਮੈਚ ਬਿਕਰਮਜੀਤ ਪੰਧੇਰ, ਮਾਗੇਸਰਾਂ ਵਾਲਾ ਕੁੱਲਾ ਅਤੇ ਪ੍ਰਜੀਤ ਸਾਡਾ ਵੀਰ, ਵੱਡੀ ਜ਼ਿੰਮੇਵਾਰੀ ਹੈ, ਹਾਫਿਸਲ ਹੋਣਗੇ ਅੱਜ ਦੇ ਖੇਡ ਮੇਲੇ ਦੇ। ਮੇਰੇ ਵੀਰੋ ਮੈਂ ਚਾਹਾਂਗਾ ਕਿ ਬਿਨਾਂ ਕਿਸੇ ਦੇਰੀ ਦੇ ਮਾਝਾ ਅਤੇ ਮਾਲਵਾ ਦੋਨੇ ਟੀਮਾਂ ਤਿਆਰ ਪਰ ਤਿਆਰ ਹੋ ਕੇ ਖੇਡ ਮੈਦਾਨ ਦੇ ਵਿੱਚ ਰਿਪੋਰਟ ਕਰ ਜਾਣੋ। ਇੱਧਰ ਕੁਸ਼ਤੀਆਂ ਮੇਰੇ ਵੀਰੋ, ਜੇ ਮਾਂ ਚਾਹੇ ਨਾ ਭਗਤ ਸਿੰਘ ਦੀ ਮਾਂ ਵਾਂਗੂ ਪੁੱਤ ਨੂੰ ਆਰ ਸੂਰਮਾ ਬਣਾ ਸਕਦੀ ਹੈ, ਜੇ ਮਾਂ ਚਾਹੇ ਨਾ ਗੁੰਗੇ ਪਹਿਲਵਾਨ ਵਾਂਗੂ ਪੁੱਤ ਨੂੰ ਪਹਿਲਵਾਨ ਬਣਾ ਸਕਦੀ ਹੈ ਮੇਰੇ ਵੀਰੋ, ਤੇ ਜੇ ਮਾਂ ਚਾਹੇ ਭਗਤ ਕਬੀਰ ਵਾਂਗੂ ਪੁੱਤ ਨੂੰ ਦੁਨੀਆ ਦੇ ਸਟਾਰਾਂ ਦੇ ਵਿੱਚ ਨਾ ਆ ਸਕਦਾ ਹੈ। ਬੜੀ ਪਾਰ ਕਿਰਪਾ। ਇੱਧਰ ਮੱਲ ਜ਼ੋਰ ਦੀ ਗੱਲ ਕਰਦੇ ਆ, ਜ਼ੋਰ ਦੀ ਗੱਲ ਬਾਬੇ ਨਾਨਕ ਨੇ ਗੁਰਬਾਣੀ ਦੇ ਵਿੱਚ ਜ਼ੋਰ ਦੀ ਗੱਲ ਕੀਤੀ ਹੈ, ਜ਼ੋਰ ਨਾਲ ਸੁਰਤੀ ਗਿਆਨ ਵਿਚਾਰ, ਜ਼ੋਰ ਨਾਲ ਜੁਗਤੀ ਸੁੱਟੇ ਸੰਸਾਰ, ਮਾਰੋ ਜ਼ੋਰ ਜਵਾਨੋ, ਜ਼ੋਰ ਜ਼ੋਰ ਲੱਗਿਆ ਪਿਆ। ਖਿਡਾਰੀਆਂ ਨੂੰ ਬੇਨਤੀ ਹੈ ਭਲਵਾਨ ਜੀ ਆ ਜਾਓ ਹੁਣ, ਅੱਖੀਆਂ ਉਡੀਕਦੀਆਂ, ਦਿਲ ਬਾਜਾ ਮਾਰਦਾ, ਆ ਜਾਓ ਮੇਰੇ ਵੀਰੋ, ਤੁਹਾਨੂੰ ਵਾਸਤਾ ਪਿਆਰ ਦਾ ਬਸਾ ਲਓ ਦੇ ਸੱਦੇ ਕਿ ਟੀਮਾਂ ਬਿਨਾਂ ਕਿਸੇ ਦੇਰੀ ਦੇ ਗਰਾਊਂਡ ਦੇ ਵਿੱਚ ਰਿਪੋਰਟ ਕਰ ਜਾਣੋ। ਵਧੀਆ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਕਿ ਦੋ ਮੰਜੀਆਂ ਨੂੰ ਜੋੜ ਸਪੀਕਰ ਲੱਗਣੇ ਨੇ, ਜਿਹੜੇ ਬਾਜੇ ਵੱਜ ਕੇ ਮੁੜ ਕੇ ਵੱਜਣੇ ਨੇ। ਮਾਣਕ ਹੱਦ ਮੁਕਾ ਗਿਆ, ਨਵੀਆਂ ਕਲੀਆਂ ਦੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ, ਕਿ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੇ। ਬੜੀ ਪਾਰ ਕਿਰਪਾ ਹੈ ਧੰਨ ਧੰਨ ਬਾਬਾ ਸਫੀਲ ਵਾਲਿਆਂ ਦੀ। ਮੇਰੇ ਵੀਰੋ ਮੈਂ ਦਿਲੋਂ ਧੰਨਵਾਦ ਕਰਾਂਗਾ ਸਮੂਹ ਨਗਰ
ਲਾਕਾ ਨਿਵਾਸੀ ਵੀਰ ਤਿੰਨ ਭਰਾਵਾਂ ਦਾ ਵੱਡਾ ਸਹਿਯੋਗ ਹੈ। ਵਾਹ ਮਾਰੋ ਜ਼ੋਰ ਜ਼ੋਰ, ਲੱਗਦਾ ਪੂਰਾ ਜ਼ੋਰ ਮੇਰੇ ਵੀਰੋ। ਕੱਤੀ ਮੋੜਦੇ ਹਾਂ ਯਾਰੋ ਅਸੀਂ ਕੀਆਂ ਦੇ ਨਾਲ, ਔਰ ਮਾਣ ਵਾਲੀ ਗੱਲ ਹੈ। ਰੱਖਿਆ ਧੌਣ ਤੇ ਗੋਡਾ, ਇਹ ਗੋਡੇ ਐਵੇਂ ਨਹੀਂ ਰੱਖੇ ਜਾਂਦੇ, ਮਾਣ ਹੈ। ਚਿੱਪ ਕੱਢ ਕੇ, ਕਿੱਲ ਕੱਢ ਕੇ, ਕੀਤੀ ਠੋਕੇ ਤਸੱਲੀ ਵਾਲੀ ਝੰਡ ਮਿੱਤਰੋ। ਰਾਜੇ ਖੇਲੇ ਅੱਤ ਦਾ ਵੀ ਸ਼ਿਰਾ ਹੋ ਗਿਆ ਤੇ ਝੜ ਗਈ ਸਰੀਰਾਂ ਵਾਲੀ ਕੰਢ ਮਿੱਤਰੋ। ਪੂਰਾ ਜ਼ੋਰ ਲੱਗਿਆ ਪਿਆ ਪਹਿਲਵਾਨੀ ਨੇ ਖੇਤਰ ਦੇ ਵਿੱਚ। ਮਾਣ ਮੱਲ ਨੇ ਪਸਾਣੇ ਜਾਂਦੇ ਟੁੱਟੇ ਹੋਏ ਕੰਨਾਂ ਤੋਂ, ਦਾਲਿਆਂ ਤੇ ਪੱਟਾਂ ਵਿੱਚ ਪੈਂਦੇ ਹੋਏ ਬੰਨਾਂ ਤੋਂ। ਮਾਲਕ ਕਰਦਾ ਮੱਲਾਂ ਨੂੰ ਹੱਥੀ ਸਾ, ਜੇ ਮਾਲਕ ਦੀ ਹੋਵੇ ਕਿਰਪਾ ਤੇ ਮੱਲ ਘੁਲਦੇ ਖਾੜਿਆਂ 'ਚ ਤਾਂ। ਜੇ ਉਸ ਮਾਲਕ ਦੀ ਕਿਰਪਾ ਹੋਵੇ ਨਾ ਤਾਂ ਮੱਲ ਸਿੰਝਾਂ ਦਾ, ਤਾਂ ਮੱਲ ਖਾੜਿਆਂ ਦਾ ਸ਼ਿੰਗਾਰ ਬਣਦੇ ਹੈ। ਜੇ ਉਸ ਮਾਲਕ ਦੀ ਅਪਾਰ ਕਿਰਪਾ ਹੋਵੇ। ਮਾਣ ਹੈ ਬਈ, ਟੀਮ ਵਾਲੇ ਭਰਾ ਕਿਉਂ ਨਹੀਂ ਆ ਰਹੇ? ਆਪਾਂ ਬਾਰ ਬਾਰ ਬੇਨਤੀਆਂ ਕਰ ਰਹੇ ਹਾਂ, ਪ੍ਰਬੰਧਕ ਵੀਰ ਬਾਰ ਬਾਰ ਕਹਿ ਰਿਹਾ। ਸੋ ਰਿਕੁਐਸਟ ਹੈ ਮੇਰੇ ਵੀਰ ਬਣ ਕੇ ਟਾਈਮ ਨਾ ਲਓ, ਆਪਾਂ ਦੋਵੇਂ ਟੀਮਾਂ ਮਾਝਾ ਅਤੇ ਮਾਲਵਾ, ਇੱਕ ਪਾਸੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਨੜਾਵਲੀ ਅਤੇ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲਾ, ਬਈ ਭਰਾ ਬਣ ਕੇ ਟੀਮਾਂ ਖੇਡ ਗਰਾਊਂਡ ਦੇ ਵਿੱਚ ਆ ਜਾਣ, ਬਾਰ ਬਾਰ ਬੇਨਤੀ ਕਰ ਰਹੇ ਹਾਂ ਆਪਾਂ। ਪ੍ਰਬੰਧਕ ਵੀਰ ਕਹਿ ਰਹੇ ਕਿ ਨਈਆਂ ਬਾਜ਼ਾਂ ਨਾ ਦਵਾਓ, ਆਪਾਂ ਸਮੇਂ ਦੇ ਨਾਲ ਮੈਚ ਸ਼ੁਰੂ ਕਰਵਾ ਦਈਏ। ਮੇਰਾ ਖਿਆਲ ਹੈ 5 ਵਜੇ ਤੋਂ ਭਰਾ ਬੇਨਤੀ ਕਰ ਰਹੇ ਹੈ, 6:45 ਦਾ ਟਾਈਮ ਹੋ ਗਿਆ। ਸਮਾਂ ਸਾਂਭੋ ਭਰਾ ਮੇਰੇ, ਸਮਾਂ ਸਾਂਭੋ, ਸਮਾਂ, ਸਮੇਂ ਦੀ ਕਦਰ ਕਰੀਏ। ਦੋਨਾਂ ਟੀਮਾਂ ਦੇ ਕੋਚਾਂ ਨੂੰ ਬੇਨਤੀ, ਕੈਪਟਨ ਨੂੰ ਬੇਨਤੀ ਹੈ, ਜਲਦੀ ਆ ਜਾਣ ਮੇਰੇ ਵੀਰ। ਉੱਧਰ ਬੱਲ ਪਿੰਡ ਤੋਂ ਸਾਡਾ ਵੀਰ ਬੱਲ ਵੀ ਹੈ, ਮੈਂ ਦਿਲੋਂ ਧੰਨਵਾਦ ਕਰਾਂਗਾ। ਸ਼੍ਰੀ ਗੁਰੂ ਰਾਮਦਾਸ ਹੋਸਪਿਟਲ ਅੰਮ੍ਰਿਤਸਰ ਜੋਬ ਕਰਦਾ ਹੈ ਹਮੇਸ਼ਾ, ਭਰਾ ਜਿਹੜਾ ਭਰਾ ਕਬੱਡੀ ਦੇ ਪਲੇਅਰਾਂ ਦੇ ਨਾਲ ਖੜਦਾ ਮੇਰੇ ਵੀਰੋ ਸੌਖੇ ਔਖੇ ਵੇਲੇ। ਮੈਂ ਰੇੜੀ ਉਸ ਵੀਰ ਦਾ, ਬੱਲ ਸਾਡਾ ਵੀਰ ਵੀ ਕਬੱਡੀ ਦੇਖਣ ਦੇ ਲਈ ਬੱਲ ਪਿੰਡ ਤੋਂ ਪਹੁੰਚਿਆ, ਦਿਲੋਂ ਧੰਨਵਾਦ ਹੈ ਵੀਰ ਦਾ। ਆ ਰੇੜੀ ਇਹਨਾਂ ਵੀਰਾਂ ਦੇ ਲਾ ਵੀ ਪਲੇਅਰਾਂ ਨੂੰ ਬੇਨਤੀ ਹੈ, ਖਿਡਾਰੀਓ 2 ਮਿੰਟ ਵੇਟ ਕੀਤੀ ਜਾਵੇਗੀ, ਜਿਹੜਾ ਫੜ ਤੇ ਸੈਂਗੜ ਪ੍ਰਾਈਜ਼ ਦੇਣਾ ਨਾ 5,000 ਕੱਟ ਕਰਕੇ ਦਿੱਤਾ ਜਾਵੇਗਾ। ਇਹ ਨੋਟ ਕਰ ਲੈਣਾ, ਦੋਨਾਂ ਟੀਮਾਂ ਦੇ ਕੋਚ, ਦੋਨਾਂ ਟੀਮਾਂ ਦੇ ਕੈਪਟਨ ਮੇਰੇ ਵੀਰਿਓ, ਕਿ ਬਿਨਾਂ ਕਿਸੇ ਦੇਰੀ ਦੇ ਗਰਾਊਂਡ ਦੇ ਵਿੱਚ ਰਿਪੋਰਟ ਕਰ ਜਾਣਾ। ਦੋਨੇ ਟੀਮਾਂ ਦੇ ਕੋਚ ਤੇ ਕੈਪਟਨਾਂ ਨੂੰ ਬੇਨਤੀ ਹੈ, ਟੀਮਾਂ ਲੈ ਕੇ ਜਲਦੀ ਆ ਜਾਣਾ। ਬਈ ਟੀਮਾਂ ਜਲਦੀ ਆਉਣ, ਭੈਣੇ ਬੱਚੇ ਨੂੰ ਫੜਦਾ, ਇਹ ਕਲੀ ਹੈ, ਕਲੀ ਹੱਥ ਉੱਤ ਨੂੰ ਨਾ ਲਾ ਲਏ, ਇਹ ਮੇਰੀ ਭੈਣ ਨੂੰ। ਬਈ ਆ ਢੇਰੀਆਂ ਜੀਆਂ ਬਣਾ ਦਈਏ ਆਪਾਂ, ਕਿੱਥੇ ਨੇ ਭਰਾ ਸਾਡੇ? ਬੇਨਤੀ ਹੈ ਟੀਮਾਂ ਜਲਦੀ ਆਉਣ ਜੀ, ਦੋਵੇਂ ਟੀਮਾਂ ਜਲਦੀ ਨਾਲ ਆਉਣ, ਵੱਡਾ ਮੁਕਾਬਲਾ ਹੋਣਾ ਹੈ। ਇੱਕ ਪਾਸੇ
ਮਾਂ ਪੁਰਸ਼ਾਂ ਦੇ ਨਾਂ ਤੇ ਬੜੀ ਟੀਮ ਹੈ, ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਨੜਾ ਵਾਲੀ ਹੈ, ਰਸਾਲ ਸਿੰਘ ਗਰਾਈ ਦੀ ਟੀਮ ਹੈ। ਮੈਂ ਵੱਡੇ ਭਰਾ ਨੂੰ ਬੇਨਤੀ ਕਰਦਾ ਹੈ ਵੀ ਬਾਈ ਟੀਮ ਲੈ ਕੇ ਆ ਜਾਓ। ਦੂਜੇ ਪਾਸੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲਾ, ਮੈਂ ਡੀ ਪੀ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਵੱਡੇ ਭਰਾ ਜੀ ਟੀਮ ਲੈ ਕੇ ਖੇਡ ਗਰਾਊਂਡ ਦੇ ਵਿੱਚ ਆ ਜਾਓ। ਅਤੇ ਮੈਨੂੰ ਲੱਗਦਾ ਕਿ ਸ਼ਾਲੂ ਭਲਵਾਨ ਵੱਡੇ ਭਰਾ ਨੇ ਬੇਨਤੀ ਸੁਣਨੀ ਹੈ। ਰਸਾਲ ਸਿੰਘ ਗਰਾਇਆ ਨਾਮ ਹੈ ਮੇਰੇ ਵੀਰੋ, ਦੁਨੀਆ ਭਰ ਦੇ ਵਿੱਚ ਆਪਣੀ ਖੇਡ ਦੇ ਨਾਲ ਦੁਨੀਆ ਨੂੰ ਮਨਾਇਆ ਅਤੇ ਹੁਣ ਇਹਦੇ ਤਰਾਸ਼ੇ ਮੱਲਾਂ ਦੇ ਵੀ ਚਰਚੇ ਹੈ ਵੀ ਭਲਵਾਨਾ ਇੱਕ ਵਾਰੀ ਕਰ ਫਤਿਹ ਸਾਂਝੀ, ਉਸਤਾਦ ਬੰਦਾ ਹੈ, ਦੁਨੀਆ ਭਰ ਦੇ ਵਿੱਚ ਨਾਂ ਵੱਡਾ ਹੈ, ਨਾਲ ਨਾਲ ਪਿੱਛੇ ਪਿੱਛੇ ਦੇ ਚੇਲੇ ਆ ਰਹੇ ਹੈ। ਹੁਸੈਨ ਗੁੱਜਰ ਬਰਾਦਰੀ ਦਾ ਪੁੱਤ ਹੈ, ਦੁਨੀਆ ਭਰ ਦੇ ਵਿੱਚ ਇਸ ਮੱਲ ਦੇ ਵੀ ਚਰਚੇ ਹੈ। ਬਾਬਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਵੱਡਿਆ ਵੀਰਾ, ਦੱਸ ਪਿੱਛੇ ਕੌਣ ਤੁਰਿਆ ਆਉਂਦਾ ਹੈ ਬੇਰਕੇ ਦੇ ਖੇਡ ਮੇਲੇ ਤੇ? ਲਓ ਸਾਹਮਣੇ ਵੇਖਦੇ ਆ, ਵਿੱਠਵਾਂ ਵਾਲਾ ਸੇਬੂ ਆ ਗਿਆ। ਇਹ ਸੀ ਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੇ ਨਾਲ ਚੱਲਦਾ, ਪੰਜਾਬ ਪੁਲਿਸ ਦਾ ਨੌਜਵਾਨ ਵਾ ਮੇਰੇ ਵੀਰੋ। ਵਿੱਠਵਾਂ ਵਾਲਾ ਸੇਬੂ ਖੇਡ ਮੈਦਾਨ ਦੇ ਵਿੱਚ ਐਂਟਰੀ ਕੀਤੀ ਹੈ। ਆ ਸਰਨ ਆ ਗਿਆ ਮੇਰੇ ਵੀਰੋ, ਦੁੱਲਾ ਨੰਗਲ ਦੇ ਧੰਮੇ ਦਾ ਵੀਰ ਹੈ ਇਹ ਸਰਨ ਆ ਮੇਰੇ ਵੀਰੋ। ਆ ਦੁੱਲਾ ਨੰਗਲ ਦੀ ਧਰਤੀ ਦੇ ਆ ਵਿੱਠਵਾਂ ਵਾਲਾ ਸੇਬੂ ਆ ਗਿਆ, ਪੰਜਾਬ ਪੁਲਿਸ ਦਾ ਨੌਜਵਾਨ ਨੌਜਵਾਨ ਹੈ ਵੱਡੇ ਵੀਰੋ। 26 ਤਰੀਕ ਨੂੰ ਮੇਲਾ ਹੋਇਆ ਵੇਰਕੇ, ਸਪਲੈਂਡਰ ਮੋਟਰਸਾਈਕਲ ਸੀ ਬੈਸਟਾਂ ਨੂੰ ਤੇ 7 ਜੱਫੇ ਲਾ ਕੇ ਬੈਸਟ ਬਣਿਆ ਬਿੱਠਾਂ ਵਾਲਾ ਸੇਬੂ। ਤੇ ਛੰਨਿਆ ਤਗੜਾ ਹੋ ਜਾ ਬਾਬਾ, ਤੰਦਰੁਸਤੀਆਂ ਰੱਖੇ ਮੈਨੂੰ ਮਿਛਾਣੇ ਦੀ ਯਾਦ ਵੱਡੀ ਹੈ ਭਰਾ ਸਾਡੀ, ਉਹਦੀ ਟੀਮ ਖੇਡਦੀ ਹੈ, ਰਹਿੰਦੇ ਪਲੇਅਰ ਜਲਦੀ ਨਾਲ ਆ ਜਾਣ। ਬਿੱਠਾਂ ਵਾਲੇ ਸੇਬੂ ਵੱਲੋਂ ਕੱਲ੍ਹ ਦੇ ਸੱਦੇ ਆਏ, ਧੰਨਵਾਦ ਹੈ ਬਾਬਾ ਮੇਰਾ ਰੱਖੇ। ਹੁਸੈਨ ਕਾਇਮ ਹੈ, ਚੜ੍ਹਦੀ ਕਲਾ ਰਵੇ ਤੁਹਾਡੀ। ਇਹਨਾਂ ਦੇ ਇਸ ਟੀਮ ਦੇ ਹਰ ਸਾਲ 4-5 ਪਲੇਅਰ ਇੱਦਾਂ ਦੇ ਹੁੰਦੇ ਜਿਹੜੇ ਬਾਹਰਲੇ ਮੁਲਕ 'ਚ ਭਰਾ ਮਿਰੇ, ਉਹ ਨਿਊਜ਼ੀਲੈਂਡ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਜਾ ਕੇ ਖੇਡਦੇ ਹੈ, ਉਹਨਾਂ ਦੇ ਵਿੱਚ ਜ਼ਿਕਰ ਸੰਨੀ ਸਾਡਾ ਵੀਰ ਖੇਡਣ ਗਿਆ ਨਿਊਜ਼ੀਲੈਂਡ ਦੀ ਧਰਤੀ 'ਤੇ, ਨਾਲ ਅਰਬਲ ਪਾਲਪੁਰ ਪਿੰਡ ਵਾਲਾ ਹੈ, ਨਾਲ ਮਲਕੀਤ ਨੜਾਵਲੀ ਪਿੰਡ ਵਾਲਾ ਹੈ। ਗੱਲਾਂ ਸਾਡੇ ਹਰ ਸ਼ਮੀਪੁਰ ਪਿੰਡ ਵਾਲੇ ਦੀਆਂ ਵੀ ਨੇ, ਥੋੜ੍ਹੀ ਇੰਜਰੀ ਦੇ ਕਰਕੇ ਭਰਾ ਸਾਡਾ ਖੇਡ ਗਰਾਊਂਡਾਂ ਤੋਂ ਬਾਹਰ ਹੈ। ਮਾਲਕ ਮੇਰਾ ਕਰੇ ਤੰਦਰੁਸਤੀਆਂ ਰੱਖੇ ਅਤੇ ਉਹ ਵੀ ਜਲਦੀ ਦੇ ਨਾਲ ਖੇਡ ਗਰਾਊਂਡ ਦੇ ਵਿੱਚ ਮੇਰਾ ਕਰੇ ਬਾਬਾ ਅਤੇ ਜਲਦੀ ਖੇਡ ਗਰਾਊਂਡਾਂ ਦੇ ਵਿੱਚ ਆਵੇ, ਇਹ ਆਪਾਂ ਬੇਨਤੀ ਕਰਦੇ ਹਾਂ। ਮਾਲਕ ਮੇਰਾ ਰੱਖੇ, ਟੀਮਾਂ ਰਹਿੰਦੇ ਪਰੇ ਰਹਿਣ, ਅਤੇ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲਾ, ਇਹ ਸਾਰੀ ਟੀਮ ਅਜੇ ਰਹਿੰਦੀ ਹੈ। ਉੱਧਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਘਵੀਰ ਸਿੰਘ ਜੀ ਰਾਜੂ ਮੁਰਾਦਪੁਰਾ ਅਤੇ ਨਾਲ ਸਰਦਾਰ ਓਕਾਰ ਸਿੰਘ ਜੀ ਪੱਟੀ, ਬਹੁਤ ਵੱਡੇ ਮਾਣ ਸਨਮਾਨ ਜਿਹੜੇ ਹੈ ਪੰਜਾਬੀ ਮਾਂ ਬੋਲੀ ਲਈ ਇਹਨਾਂ ਭਰਾਵਾਂ ਵੱਲੋਂ ਆਏ ਹੈ। ਮੈਂ ਦਿਲੋਂ ਧੰਨਵਾਦ ਕਰਾਂਗਾ ਸਰਦਾਰ ਓਕਾਰ ਸਿੰਘ ਜੀ ਪੱਟੀ, ਰਘਵੀਰ ਸਿੰਘ ਜੀ ਰਾਜੂ ਮੁਰਾਦਪੁਰਾ, ਵੱਡੇ ਪਿਆਰ ਵੱਡੇ ਸਤਿਕਾਰ ਅੱਜ ਇਸ ਧਰਤੀ ਦੇ ਖੇਡ ਮੈਦਾਨ ਦੇ ਵਿੱਚ। ਉੱਧਰ ਡੀ ਪੀ ਗੁਰਬਖਸ਼ੀਤ ਸਿੰਘ ਜੀ ਤੋਤਾ ਸਿੰਘ ਵਾਲਾ ਮੋਗੀ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਐਂਟਰੀ ਕਰ ਰਹੀ ਹੈ ਮੇਰੇ ਵੀਰਿਓ, ਦੁਨੀਆ ਦੇ ਸਟਾਰ ਆ ਰਹੇ ਹੈ ਖੇਡ ਮੈਦਾਨ ਦੇ ਵਿੱਚ। ਹਸੈਨ ਗੁੱਜਰ ਆ ਵੀ ਖੇਡ ਮੈਦਾਨ ਦੇ ਵਿੱਚ, ਵੱਡੇ ਥੇ ਦੀ ਧਰਤੀ ਦਾ ਮੇਰੇ ਵੀਰਿਓ ਹਸੈਨ ਗੁੱਜਰ, ਫਤਿਹਗੜ੍ਹ ਚੂੜੀਆਂ ਵਾਲਾ ਉਹ ਵੀ ਗਰਾਊਂਡ ਦੇ ਵਿੱਚ ਹੈ, ਮਾਣ ਹੈ। ਔਰ ਸਾਡੇ ਡੀ ਪੀ ਗੁਰਬਖਸ਼ੀਤ ਸਿੰਘ ਜੀ ਤੋਤਾ ਸਿੰਘ ਵਾਲਾ, ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਮੋਗਾ, ਤੋਤਾ ਸਿੰਘ ਵਾਲਾ ਜਿਹੜੇ ਮਾਲਵੇ ਦੀ ਟੀਮ ਲੈ ਕੇ ਪੁੱਜੇ ਨੇ, ਚੌਂਤਰੇ ਵਾਲਾ ਘੱਦਾ ਵੀ ਆ ਗਿਆ ਖੇਡ ਮੈਦਾਨ ਦੇ ਵਿੱਚ, ਚੌਂਤਰੇ ਵਾਲਾ ਘੱਦਾ ਵੀ ਹੈਗੇ। ਇੱਕ ਛੋਟੀ ਜਿਹੀ ਬੱਚੀ ਨੂਰਦੀਪ ਕੌਰ ਦੌੜ ਲਗਾਵੇਗੀ, ਪਿਤਾ ਦਾ ਸਹਾਰਾ ਸਿਰ 'ਤੇ ਨਹੀਂ ਹੈ, ਮਾਂ ਲੈ ਕੇ ਆਉਂਦੀ ਹੈ।
ਹਰ ਇੱਕ ਨੇ 10, 20, 100, 50 ਇਸ ਬੱਚੀ ਦੇ ਲਈ ਵੀ ਜਿਹੜੀ ਹੈ ਉਹ ਹੈਲਪ ਕਰਨੀ ਹੈ। ਚੋਟੀ ਦਾ ਮੈਚ ਖੇਡ ਮੈਦਾਨ ਦੇ ਵਿੱਚ ਤੇ ਟੀਮਾਂ ਤਿਆਰ ਬਰ ਤਿਆਰ ਨੇ ਖੇਡ ਗਰਾਊਂਡ ਦੇ ਵਿੱਚ ਆ ਰਹੀਆਂ। ਸ਼ਾਕਾ ਤਿਆਲਪੁਰੇ ਵਾਲਾ ਪੁੱਜ ਗਿਆ, ਧਰਮਿੰਦਰ ਕਹਿੰਦੇ ਪੁੱਜ ਗਿਆ ਮੇਰੇ ਮਿੱਤਰੋ ਤੋਤਾ ਸਿੰਘ ਵਾਲੇ ਪਿੰਡ ਦਾ, ਤੇ ਨਵਾਂ ਨਕੋਰਜਾ ਮੱਲ ਹੈ ਦੁਨੀਆਂ ਦੇ ਵਿੱਚ ਤਹਿਲਕਾ ਦੁਬਲੀ ਪਿੰਡ ਦੇ ਖੇਡ ਮੇਲੇ ਤੇ ਦੁੱਲਾ ਭੱਗੇ ਪਿੰਡ ਵਾਲਾ ਪੁੱਜਾ ਸੀਗਾ ਤੇ ਉਹ ਗਰਾਊਂਡ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਸੀਗੀ, ਦੁੱਲੇ ਨੇ ਕਬੱਡੀਆਂ 2 ਪਾਈਆਂ ਸੀਗੀਆਂ ਤੇ ਆਹ ਤੇਜਪਾਲ ਆਇਆ ਸੁਰ ਸਿੰਘ ਵਾਲਾ, ਲੈ ਵੀ ਤੇਜਪਾਲ ਕਰ ਫਤਿਹ ਸਾਂਝੀ ਮੱਲਾ, ਆਹ ਦੁਨੀਆਂ ਦਾ ਵੱਡਾ ਮੱਲ ਹੋਣਾ ਮੇਰੇ ਮਿੱਤਰੋ। ਤੇ ਪੱਗਿਆਂ ਵਾਲੇ ਤੁੱਲੇ ਨੇ ਜਾਂਦਿਆਂ ਆਖਿਆ ਕਿ ਮੈਨੂੰ ਮੇਰੇ ਵਰਗਾ ਹੀ ਲੱਗਦਾ ਹੈ, ਆਹ ਤੇਜਪਾਲ ਹੈ ਮੇਰੇ ਮਿੱਤਰੋ। ਇੱਧਰ ਹੋ ਜਾਣੇ, ਇੱਧਰ ਆ ਗਿਆ ਚੌੜੇ ਮਦਰੇ ਵਾਲਾ ਜਸ ਮੇਰੇ ਵੀਰੋ, ਨਾਲ ਵੇਖਾਂਗਾ ਕੁਲਦੀਪ ਕੀਪਾ ਆ ਗਿਆ ਖੇਡ ਮੈਦਾਨ ਦੇ ਵਿੱਚ, ਦੁਨੀਆਂ ਦੇ ਚੋਟੀ ਦੇ ਸਟਾਰ, ਸਾਂਪਰੇ ਦੀ ਧਰਤੀ ਦਾ ਘੋੜਾ ਮੇਰੇ ਵੀਰੋ, ਉਹ ਵੀ ਗਰਾਊਂਡ ਦੇ ਵਿੱਚ ਐਂਟਰੀ ਕਰ ਗਿਆ ਤੇ ਚੜ੍ਹਦੇ ਸੂਰਜ ਨੂੰ ਸਜਦਾ ਕਰਦੀ ਆ ਪੰਜਾਬ ਦੀ ਜਵਾਨੀ ਮੇਰੇ ਵੀਰੋ, ਮਾਣ ਵਾਲੀ ਗੱਲ ਆ ਖੇਡ ਮੈਦਾਨ ਦੇ ਵਿੱਚ। ਵੱਡੇ ਮੱਲ ਪੁੱਜ ਗਏ, ਸ਼ਿਕਾਰਾਂ ਵਾਲਾ ਕੁਲਦੀਪ ਮੇਰੇ ਮਿੱਤਰੋ ਪੁੱਜਿਆ, ਯੂਰਪ ਦੇ ਸੀਜ਼ਨ ਨੂੰ ਖੇਡਣਾ ਤੇ ਯੂਰਪ ਦੇ ਸੀਜ਼ਨ ਦੇ ਵਿੱਚ ਜੱਫੇ ਲਾਉਣੇ ਰੇਡਾਂ ਪਾਉਣੀਆਂ ਮਾਣ ਵਾਲੀ ਗੱਲ ਹੁੰਦੀ ਹੈ, ਤੇ ਉੱਥੇ ਫਿਰ ਸਾਰੇ ਸੀਜ਼ਨ ਦਾ ਬੈਸਟ ਕੱਢਿਆ ਜਾਂਦਾ ਹੈ ਕਿ ਸਭ ਤੋਂ ਵੱਧ ਜੱਫੇ ਕਿਹਦੇ ਹੈ, ਸਭ ਤੋਂ ਵੱਧ ਰੇਡਾਂ ਕਿਹਦੀਆਂ, ਤੇ ਲਗਾਤਾਰ 3 ਸੀਜ਼ਨ ਦਾ ਬੈਸਟ ਬਣਦਾ ਮਾਣ ਹਾਸਲ ਹੋਇਆ ਸਰਦਾਰ ਪ੍ਰੀਤਮ ਸਿੰਘ ਦੇ ਪੁੱਤ ਨੂੰ, ਸ਼ਿਕਾਰਾਂ ਵਾਲੇ ਕੁਲਦੀਪ ਨੂੰ, ਵੀ ਕੁਲਦੀਪ ਜਿਹਾ ਕਰ ਫਤਿਹ ਸਾਂਝੀ ਵੱਡਿਆ ਮੱਲਾ, ਆਹ ਮੱਲ ਹੈ ਮਿੱਤਰੋ 3 ਸਾਲ ਲਗਾਤਾਰ ਬੈਸਟ ਬਣਿਆ ਇਹਨਾਂ ਮੱਲਾਂ ਦੇ ਵਾਸਤੇ। ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ, ਤੁਸੀਂ ਚੇਚੇ ਤੌਰ 'ਤੇ ਪੁੱਛੇ ਹੋ, ਤੁਹਾਡਾ ਧੰਨਵਾਦ ਆਪਾਂ ਕਰਦੇ ਹਾਂ। ਪ੍ਰਭ ਮਛਾਣੇ ਪਿੰਡ ਵਾਲਾ ਪੁੱਜ ਗਿਆ, ਪਿੱਛੇ ਪਿੱਛੇ ਮੈਂ ਵੇਖਣਾ ਹੈ ਚੌਂਤਰੇ ਪਿੰਡ ਦਾ ਘੱਦਾ ਹੈ ਮਿੱਤਰੋ, ਜਿਹੜੇ ਇਸ ਮੱਲ ਦੇ ਵੱਡੇ ਚਰਚੇ ਹੈ, ਮਿਸ਼ਰਪੁਰੀਆ ਹਰਮਨ ਮੱਲ ਚੋਟੀ ਦਾ ਹੈ, ਦੁਨੀਆਂ ਭਰ 'ਚ ਚਰਚੇ ਹੋ ਗਏ ਹੈ। ਸਤਪਾਲ ਕੱਕਣਾ ਵਾਲਾ ਪੁੱਜ ਗਿਆ ਹੈ, ਸਰੰਗੜੇ ਵਾਲਾ ਕਰਲਾਲ ਮਾਣ ਕਰਦਾ ਹੈ, ਸ਼ਿਕਾਰਾਂ ਵਾਲਾ ਪਤੀਸਾ ਪੁੱਜ ਗਿਆ ਹੈ, ਇਹ ਮੱਲ ਦੇ ਵੀ ਚਰਚੇ ਵੱਡੇ ਪੱਧਰ 'ਤੇ ਹੈ। ਅਤੇ ਘੋੜਾ ਆਇਆ ਮੇਰੇ ਮਿੱਤਰੋ ਸ਼ਾਮਪੁਰੇ ਪਿੰਡ ਵਾਲਾ, ਅਤੇ 5-7 ਦਿਨ ਪਹਿਲਾਂ ਵੱਡੇ ਖੇਡ ਮੇਲੇ 'ਚ ਬੈਸਟ ਬਣਿਆ ਹੈ, ਅਤੇ ਸਾਡਾ ਬਿੱਠਮਾ ਵਾਲਾ ਸ਼ੇਬੂ ਵੀ ਬੈਸਟ ਬਣਿਆ ਹੈ। ਪ੍ਰਭ ਭਰਾ ਸਾਡਾ ਪੁੱਜਾ, ਇਹ ਭੈਣ ਦਾ ਮਾਣ ਸਨਮਾਨ ਕਰਿਓ ਜੀ ਸਾਰੇ, ਧੰਨਵਾਦ ਅਤੇ ਸਤਿਕਾਰ ਹੈ। ਰਹਿੰਦੇ ਪਲੇਅਰ ਆ ਜਾਣ, ਮੇਲਾ ਰਹਿੰਦੇ ਖਿਡਾਰੀ ਜਲਦੀ ਆ ਜਾਣੋ। ਮਿਸ਼ਰ ਪ੍ਰੀਆ ਹਰਮਨ ਵੀ ਗਰਾਊਂਡ ਦੇ ਵਿੱਚ ਐਂਟਰੀ ਕਰ ਰਿਹਾ ਹੈ, ਮੈਂ ਬੇਨਤੀ ਕਰਾਂਗਾ ਗਰਾਊਂਡ ਹੁਣ ਕਲੀਅਰ ਕਰ ਦਈਏ, ਜਿਹਨਾਂ ਦੀ ਗਰਾਊਂਡ ਦੇ ਵਿੱਚ ਕੋਈ ਐਕਟੀਵਿਟੀ ਨਹੀਂ ਨਾ, ਉਹ ਪਲੀਜ਼ ਇੱਕ ਸਾਈਡ ਤੇ ਆ ਜਾਈਏ ਮੇਰੇ ਵੀਰੋ। ਚੋਟੀ ਦਾ ਮੈਚ ਹੈ, ਸ਼ਰਾਵਾ ਮੇਰੇ ਵੀਰੋ, ਆ ਸ਼ਿਕਾਰ ਵਾਸੀਆਂ ਵਾਲਾ ਅੰਮ੍ਰਿਤ ਵੀ ਆ ਗਿਆ ਖੇਡ ਮੈਦਾਨ ਦੇ ਵਿੱਚ। ਜਸ ਭਲਵਾਨ ਹੁਣ ਵੇਖਿਆ ਮੈਂ, ਜਸ ਭਲਵਾਨ ਚੋੜੇ ਮਧਰੇ ਵਾਲਾ ਉਸਤਾਦ ਬੰਦਾ ਹੈ, ਕਿ ਉਹਨਾਂ ਸਮਿਆਂ 'ਚ ਅੱਤ ਕਰਵਾਤੀ ਬੱਲਿਆ, ਜਿਹਨਾਂ ਸਮਿਆਂ 'ਚ ਬੱਸ ਨੂੰ ਤੂੰ ਪੀ ਕਹਿੰਦਾ ਸੀ, ਪਾਣੀ ਗਰਾਊਂਡ ਦੇ ਵਿੱਚ ਪੁੱਜਦਾ ਕਰਦੀ ਹੈ ਪਾਣੀ ਫਤਿਹ ਕਰ ਸਾਂਝੀ, ਵੱਡਾ ਮੱਲ ਹੈ ਦੁਨੀਆਂ ਦਾ ਮਿੱਤਰ, ਇੱਕ ਵਾਰੀ ਤਾੜੀ ਮਾਰਿਓ, ਦੁਨੀਆਂ 'ਚ ਨਾਂ ਵੱਡਾ ਹੈ, ਹਰ ਮੁਲਕ 'ਚ ਖੇਡਣ ਦਾ ਮਾਣ ਇਸ ਮੱਲ ਨੂੰ ਹਾਸਲ ਹੋਇਆ ਹੈ, ਅਤੇ ਬਾਕੀ ਝੁੱਕ ਕੇ ਰਹਿਣ ਵਾਲਾ ਹੈ ਅਤੇ ਨਾਲ ਦੇ ਪਲੇਅਰਾਂ ਨੂੰ ਨਾਲ ਲੈ ਕੇ ਚੱਲਦਾ ਹੈ, ਦੁਨੀਆਂ 'ਚ ਨਾਂ ਵੱਡਾ ਹੈ। ਦੁਬਲੀ ਪਿੰਡ ਦਾ ਭਰਾ ਮੇਰੇ ਮੰਗੀ ਵੀ ਪੁੱਜ ਗਏ, ਮੰਗੀ ਸਾਹਿਬ ਤੂੰ ਵੀ ਕਰ ਫਤਿਹ ਸਾਂਝੀ ਮੱਲਾ, ਤੇਰੇ ਵੀ ਚਰਚੇ ਹੈ, ਆਪਣੇ ਪਿੰਡ ਵੱਡਾ ਖੇਡ ਮੇਲਾ ਕਰਾਇਆ, ਵੱਡੇ ਵੱਡੇ ਮੱਲ ਸੱਦੇ ਹੈ, ਜਿਸ ਮੇਲੇ 'ਚ ਤੇਜਪਾਲ ਦਾ ਨਾਂ ਸੁਨਹਿਰੀ ਅੱਖਰਾਂ 'ਚ ਸਾਹਮਣੇ ਆਇਆ ਹੈ, ਸੁਰ ਸਿੰਘ ਵਾਲਾ ਤੇਜਪਾਲ, ਅਤੇ ਗੱਲਾਂ ਕਹਿੰਦੇ ਹੋ ਜਾਣੀਆਂ ਹੈ। ਰਹਿੰਦੇ ਪਲੇਅਰ ਆ ਜਾਣ, ਮੇਲਾ ਸਿਰੇ ਦਾ ਹੋਣਾ ਹੈ, ਰਹਿੰਦੇ ਖਿਡਾਰੀ ਜਲਦੀ ਆ ਜਾਣ ਖੇਡ ਮੈਦਾਨ ਦੇ ਵਿੱਚ। ਦੁਨੀਆਂ ਦੀ ਕਰੀਮ ਆਈ ਹੈ ਕਿ ਛਿੜੀਆਂ ਮਾਵਾਂ ਦੇ ਸ਼ੇਰ ਬਣ ਕੇ, ਕੋਈ ਨਹੀਂ ਕਿਸੇ ਤੋਂ ਘੱਟ, ਦੇਖੋ ਕਿਸੇ ਨੇ ਦੌਲੇ ਤੇ ਸ਼ੇਰ ਬਣਾ ਲਿਆ,
ਜਿਹੜੇ ਪਰਤੇ ਸੱਪ ਵੇਖੋ ਆ ਰੇਡਰ ਕਹਿੰਦੇ ਮੱਖੀ ਨਹੀਂ ਬਹਿਣ ਦੇਣੀ, ਜਾਫੀ ਕਹਿੰਦੇ ਦਿਖਾਵਾਂਗੇ ਡੱਕ ਦੇਖੋ, ਆਓ ਤੱਕੀ ਅੱਜ ਦੇ ਕਬੱਡੀ ਕੱਪ ਦਾ ਕੌਣ ਚੱਕੂਗਾ ਸੋਹਣੇ ਰੰਗਾ ਕੱਪ ਦੇ ਕੱਪ ਦੇਖੋ। ਢਿੱਲੋਂ ਪਰਿਵਾਰ ਜ਼ਿਲ੍ਹੇ ਜਲੰਧਰ ਦਾ ਤਾਸ਼ਪੁਰਾ ਪਿੰਡ ਹੈ, ਕੌਰਾ ਪੁੱਜ ਗਿਆ ਲਵੀ ਭਲਵਾਨਾ ਕਰਖਾ ਫਤਿਹ ਸਾਂਝੀ ਆ ਮਲ ਤਕੜਾ ਮਿੱਤਰੋ, ਵੇਖਿਓ ਪਿੰਡ ਦਾ ਕੀ ਹੈ, ਭਲਵਾਨ ਵੇਖ ਕੇ ਰੀਝਾਂ ਦੀਆਂ ਲੈਂਦੀਆਂ। ਉੱਧਰ ਬੰਗਲਾ ਰਾਏ ਪਿੰਡ ਦਾ ਸ਼ਿੰਦੂ ਮਲ ਚੋਟੀ ਦਾ ਹੈ, ਭਲਵਾਨਾ ਤੂੰ ਵੀ ਤਕੜਾ ਹੈ, ਮਿਸ਼ਰਪੁਰੇ ਵਾਲਾ ਵੀ ਤਕੜਾ ਹੈ, ਉੱਧਰ ਚੰਜੂਆ ਪੁੱਜ ਗਿਆ, ਚੌਂਤਰੇ ਵਾਲਾ ਘੱਦਾ ਪੁੱਜ ਗਿਆ, ਮਲ ਸਾਰੇ ਚੋਟੀ ਦੇ ਹੈ, ਕਿਹਦਾ ਕਿਹਦਾ ਜ਼ਿਕਰ ਕਰੀਏ, ਹਰ ਇੱਕ ਸ਼ਖਸੀਅਤ ਨਾਮੀ ਹੈ, ਵੱਡਿਆ ਵੀਰਾ ਕੱਲੇ ਕੱਲੇ ਬਾਰੇ ਦੱਸਣਾ ਆਪਾਂ। ਦੁਨੀਆਂ ਦੇ ਸਟਾਰ ਆਏ ਹੈ, ਆਹ ਮੁੰਡਾ ਕਹਿੰਦੇ ਚੌਂਤਰੇ ਪਿੰਡ ਵਾਲਾ ਘੱਦਾ ਮੇਰੇ ਵੀਰੋ, ਗੱਲੜ ਗੱਲੜੀ ਦੇ ਲਾਗੋ ਹੈ, ਜਿੱਥੇ ਜਾ ਕੇ ਹਿੰਦੁਸਤਾਨ ਖਤਮ ਹੋ ਜਾਂਦਾ ਮੇਰੇ ਵੀਰੋ, ਆ ਬਿਲਕੁਲ ਉੱਥੋਂ ਆਇਆ, ਆ ਚੌਂਤਰੇ ਪਿੰਡ ਵਾਲਾ ਘੱਦਾ ਮੇਰੇ ਵੀਰੋ, ਇਸ ਨੌਜਵਾਨ ਦਾ ਨਾਂ ਦੁਨੀਆਂ ਭਰ ਦੇ ਵਿੱਚ ਗੂੰਜਦਾ, ਪ੍ਰਭ ਆਇਆ ਹੋਇਆ ਹੈ, ਮਸਾਣਿਆਂ ਵਾਲੇ ਮੰਨੂ ਦਾ ਵੀਰ, ਪ੍ਰਭ ਸਾਡਾ ਭਰਾ ਉਹ ਵੀ ਪਹੁੰਚਾ ਹੋਇਆ ਹੈ। ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗੇ, ਪ੍ਰਭ ਸਾਡੀ ਜ਼ਿੰਦਗੀ ਦਾ ਮਾਣ ਹੈ, ਉਸ ਭਰਾ ਨੂੰ ਵੀ ਵੈਲਕਮ ਜੀ ਆਖਾਂਗੇ। ਖੇਡ ਕਬੱਡੀ ਦੀ ਤਰਫੋਂ ਚੋਟੀ ਦਾ ਮੈਚ, ਚੋਟੀ ਦਾ ਮੁਕਾਬਲਾ ਹੈ, ਮੈਂ ਜਿਹੜੇ ਭਰਾਵਾਂ ਗਰਾਊਂਡ ਤਿਆਰ ਕੀਤੀ, ਬੜੀ ਵਧੀਆ ਗਰਾਊਂਡ ਤਿਆਰ ਕੀਤੀ ਹੈ, ਉਹ ਥੋੜ੍ਹੀ ਜਿਹੀ ਉੱਥੇ ਲੀਹ ਆ ਗਗਨ, ਉਹ ਮੇਰਾ ਭਰਾ ਥੋੜ੍ਹਾ ਜਿਹਾ ਲੀਹ ਨੂੰ ਆਪਾਂ ਸੈੱਟ ਕਰ ਦਈਏ, ਫੜ ਕੇ ਫੋੜਾ ਜਾਂ ਫੜ ਕੇ ਪਾਣੀ ਗਰਾਊਂਡ ਦੇ ਵਿੱਚ ਪੁੱਜਦਾ ਕਰਦੇ ਹੋ ਪਾਣੀ। ਸੋਜੀ ਵੱਡਾ ਭਰਾ ਸਾਡਾ ਵੀ ਆਇਆ, ਪਿਆਰ ਸਾਡੇ ਪ੍ਰਜੀਤ ਭਰਾ ਦੇ ਨਾਲ, ਸਾਡੇ ਸਰਬਜੀਤ ਭਰਾ ਦੇ ਨਾਲ ਨੇ, ਭਰਾਵਾਂ ਸਾਡੇ ਦੇ ਭਰਾ ਨੇ। ਉੱਧਰ ਵੱਡੇ ਮੱਲਾਂ 'ਚ ਕਹਿੰਦੇ ਚਰਚੇ ਵੱਡੇ ਮੱਲਦੇ ਆ ਮੇਰੇ ਮਿੱਤਰੋ, ਹਰਮੇਲ ਬਾਓ ਹਰਮੇਲ ਸਿੰਘ ਤੇਰੇ ਵੀ ਚਰਚੇ ਹੈ, ਮੱਲ ਬਾਕੇ ਸਿਰੇ ਦੇ ਹੈ, ਆ ਵੀ ਭਲਵਾਨ ਤਗੜਾ ਹੈ, ਪੁਰਾਣਾ ਲੱਗਦਾ ਹੈ, ਬਈ ਤਾੜੀ ਮਾਰਿਓ, ਗਰਾਊਂਡ ਦੇ ਵਿੱਚ ਕਿੱਟ ਲਾ ਕੇ ਆ ਜਾਣਾ, ਇਹ ਸੌਖੀ ਗੱਲ ਨਹੀਂ, ਕੁਝ ਕਰੇ ਨਾ ਕਰੇ ਨਹੀਂ ਉਮਰ ਦੇ ਵਿੱਚ, ਬਈ ਤਾੜੀ ਮਾਰੋ ਜ਼ੋਰਦਾਰ, ਮਜ਼ਾਕ ਨਾ ਕਰਿਓ, ਪਰ ਮਜ਼ਾਕ ਨਾ ਕਰਿਓ ਮੇਰੇ ਭਰਾ ਬਣ ਕੇ, ਇਹ ਬੜੇ ਕੰਮ ਔਖੇ ਨੇ, ਪਲਵਾਨ ਤਗੜਾ ਭਾਵੇਂ ਬਹਿ ਕੇ ਸਾਡੀਆਂ ਗਿਣਦਾ ਸਾਰੀਆਂ, ਬੰਦੇ ਦੇ ਸਰੀਰ 'ਚ 200 ਸੇ ਹੁੰਦੀਆਂ ਪੂਰੀਆਂ ਹੋ ਜਾਣਗੀਆਂ, ਐ ਚੋਟੀ ਦੇ ਮੱਲ ਆਏ ਹੈ, ਆਹ ਆ ਗਿਆ ਪ੍ਰੀਤ ਲੱਦੂ ਵਾਲੀਆ ਤੇ ਨਾਲ ਨਵੇਂ ਪਿੰਡ ਵਾਲਾ ਮਨਜੀਤ ਆ ਗਿਆ, ਲੱਦੂ ਵਾਲਾ ਪ੍ਰੀਤ ਆ ਗਿਆ, ਕਿ ਫੇਕ ਪੁਣਾ ਮਿੱਤਰਾ ਬਲੱਡ ਵਿੱਚ ਹੈ ਨੀ, ਜਿੰਨੇ ਜੋਗੇ ਹੈਗੇ ਲੋਕ ਚੰਗੀ ਤਰ੍ਹਾਂ ਜਾਣਦੇ ਹੋਣਗੇ, ਯਾਰਾਨੇ ਤੇਰੇ ਕਹਿੰਦਿਆਂ ਕਹਾਉਂਦਿਆਂ ਨਾ ਜਾਂ ਲੱਭ ਕੇ ਵਿਖਾਵੀ ਕਿਤੇ, ਬੰਦੇ ਸਾਡੇ ਹਾਣ ਦੇ, ਇਹ ਲੱਦੂ ਦਾ ਪ੍ਰੀਤ ਹੈ ਮੇਰੇ ਮਿੱਤਰੋ, ਯਾਰ ਯਾਰਾਂ ਦਾ ਜਿਹਨੂੰ ਭਰਾ ਕਹਿਤਾ ਤੇ ਘੁਲੇ ਬਣ ਕੇ ਵਿਖਾਉਂਦੇ ਹੈ, ਇਹ ਗੱਲਾਂ ਬਾਤਾਂ ਵਾਲੇ ਭਰਾ ਨੀ ਗੇ, ਜਿਹਨੂੰ ਦੁਨੀਆਂ ਦੇ ਸਟਾਰ ਆਏ ਆ, ਦੁਨੀਆਂ ਦੇ ਸਟਾਰ ਆਏ ਆ ਜਿਸ ਗਰਾਊਂਡ ਦੇ ਵਿੱਚ ਮੇਰੇ ਵੀਰੋ, ਮਾਣ ਵਾਲੀ ਗੱਲ ਹੈ, ਆ ਮੁੰਡਾ ਪ੍ਰੀਤ ਜਿਹਨੇ ਕਦੇ ਕੈਨੇਡਾ ਕਦੇ ਯੂਰਪ ਕਦੇ ਨਿਊਜ਼ੀਲੈਂਡ ਸਿਰਾ ਕਰਵਾਇਆ ਤੇ ਕੱਲ 7 ਜੱਫੇ ਲਾਏ ਮਾਗੇਸਰਾਂ ਦੀ ਧਰਤੀ ਦੇ ਤੇ ਕੈਂਠਾ ਜਿੱਤਿਆ ਮਾਗੇਸਰਾਂ ਵਾਲੇ ਘੁੱਲੇ ਦੇ ਪਿੰਡੋ ਮੇਰੇ ਵੀਰੋ, ਆ ਘੁੱਲੇ ਦੇ ਪਿੰਡੋ ਕੱਲ ਦਾ ਕੈਂਠੇ ਦਾ ਜੇਤੂ ਸਰਬਤੋਂ ਯਾਫੀ ਆ ਮੇਰਾ ਵੀਰ ਪ੍ਰੀਤ ਲੱਦੂ ਵਾਲੀਆ ਵੀ ਭਰਾ ਸੀਗਾ, ਉਹਦੇ 5 ਜੱਫੇ ਸੀਗੇ, ਇਹਦਾ 1 ਜੱਫਾ ਸੀਗਾ, ਹਾਫ ਹੋ ਗਿਆ ਸੀ ਘੁੱਲੇ ਵੀਰ ਤੈਨੂੰ ਪਤਾ ਹੈ, ਤੇ ਅਗਲੇ ਆਪ 'ਚ 6 ਜੱਫੇ ਲਾ ਕੇ 7 ਜੱਫੇ ਲਾ ਕੇ ਕੈਂਠਾ ਜਿੱਤ ਗਿਆ, ਇਹ ਪਾਦੀਆਂ ਪਲਟਣ ਵਾਲੇ ਹੈ, ਲੱਤੂ ਵਾਲਾ ਪ੍ਰੀਤ ਹੈ, ਇੱਧਰਲੇ ਪਾਸੇ ਵੱਡੇ ਮੱਲ ਸ਼ਿਕਾਰਾਂ ਵਾਲੇ ਕੁਲਦੀਪ ਵਰਗੇ ਹੈ, ਗੱਲਾਂ ਕਹਿੰਦੇ ਵੱਡੇ ਵੱਡੇ ਮੱਲਾਂ ਦੀਆਂ ਮੇਰੇ ਮਿੱਤਰੋ, ਦੁਨੀਆਂ ਭਾਰਤ ਦੇ ਵਿੱਚ ਹੋਈਆਂ,
ਹੋਣੀਆਂ ਵੀ ਬਣਦੀਆਂ ਕਿਉਂਕਿ ਜਿਹੜੀਆਂ ਮਿਹਨਤਾਂ ਕਰਕੇ ਭਰਾ ਮੇਰੇ ਉੱਠਦੇ ਹੈ ਉਹਨਾਂ ਦਾ ਜ਼ਿਕਰ ਤੇ ਆਪਣੇ ਆਪ ਕਰਨਾ ਬਣਦਾ। ਦੁਨੀਆਂ ਦੇ ਸਟਾਰ ਆਏ ਆ, ਦੁਨੀਆਂ ਦੇ ਸਟਾਰ ਆਏ ਆ ਮੇਰੇ ਵੀਰੋ, ਮਿਸਟਰ ਪ੍ਰਿਆ ਹਰਮਨ ਵੀ ਆਇਆ, ਹਰਸਾਲ ਸਿੰਘ ਮਨਜੀਤ ਸਾਲੂ ਮੇਰੇ ਵੀਰੋ ਨਾਲ ਵੇਖਾਂਗਾ ਆ ਚੌੜੇ ਮਦਰੇ ਵਾਲਾ ਜੱਸ ਜੱਫਾ ਹੁੰਦਾ ਕੀ ਜਿਹੜਾ ਦੁਨੀਆਂ ਨੂੰ ਦਿੰਦਾ ਦੱਸ। ਨਵੇਂ ਪਿੰਡ ਵਾਲਾ ਮਨਜੀਤ ਇਹ ਬੁਲਟਾਂ ਦਾ ਜੇਤੂ ਵਾ ਮੇਰੇ ਵੀਰੋ, ਇਹ ਬੁਲਟਾਂ ਦਾ ਜੇਤੂ ਵਾ। ਦੁਨੀਆਂ ਦੀ ਕਰੀਮ ਆਈ ਹੈ ਡੀਪੀ ਗੁਰਬਖਸ਼ੀ ਸਿੰਘ ਜੀ, ਤੋਤਾ ਸਿੰਘ ਵਾਲਾ ਮੋਗਾ ਮਾਲਵੇ ਦੀ ਟੀਮ ਲੈ ਕੇ ਪਹੁੰਚੀ ਹੈ। ਆ ਵੇਖਾਂਗਾ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਕੌੜਾ ਤਾਸਪੁਰੀਆ, ਸਰੀਰ ਤੇ ਟਾਟੂ ਬਣਾਏ ਆ ਮੇਰੇ ਵੀਰੋ ਤਾਸਪੁਰੀਏ ਕੌੜੇ ਦਾ ਨਾਮ। ਵੀਰ ਭਰਾ ਵੀ ਆਇਆ ਹੋਇਆ ਸਾਡਾ ਵੀ ਖੁਸ਼ ਹੈ, ਪ੍ਰੀਤ ਲੱਤੂ ਵਾਲੇ ਦੇ ਨਾਲ ਭਰਾ ਸਾਡੇ ਆਉਂਦੇ ਹੈ। ਇਹ ਭਰਾਵਾਂ ਦਾ ਵੀ ਸਤਿਕਾਰ ਤੇ ਧੰਨਵਾਦ ਹੈ ਵੀ ਭਲਵਾਨੋ ਹੋ ਜਾਓ ਤਗੜੇ, ਬੰਗਲਾ ਰੇ ਪਿੰਡ ਦਾ ਮੱਲ ਹੈ ਆ ਸ਼ਿੰਦੂ ਸਿੰਘ ਤਗੜੇ ਹੋ, ਬਾਬਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ, ਧਰਮਿੰਦਰ ਵਰਗੇ ਮੱਲ ਹੈ, ਹਰਮੇਲ ਵਰਗੇ ਮੱਲ ਹੈ, ਸਾਰੇ ਹੀ ਚੋਟੀ ਦੇ ਨੇ, ਸ਼ਾਕਾ ਦਿਆਲਪੁਰੇ ਵਾਲਾ ਹੈ, ਕਹਿਰੇ ਜਿਹੇ ਸਰੀਰ ਦਾ ਹੈ, ਪਤਾ ਜਦੋਂ ਰੇਡਰ ਨੂੰ ਲੱਗਦਾ ਨਾ ਵੱਡਿਆ ਵੀਰਾ ਫਿਰ ਰੇਡਰ ਹੀ ਦੱਸਦਾ ਵੀ ਸ਼ਾਕੇ ਦਾ ਭਾਰ ਕਿੰਨਾ ਹੈ, ਵਜਨ ਕਿੰਨਾ ਹੈ, ਸਰੀਰ 'ਤੇ ਛਾਂਟ ਵਾ ਸਾਡੇ ਲੱਤੂ ਵਾਲੇ ਪ੍ਰੀਤ ਦਾ ਵੀ ਹੈ। ਪਰ ਇਹ ਤੋਂ ਭੱਜਣ ਵਾਲਿਆਂ ਨੂੰ ਪੁੱਛੋ ਵੀ ਕਿੱਡੇ ਔਖੇ ਭੱਜਦੇ ਹੈ, ਜਾਂ ਤਾਂ ਭੱਜਦੇ ਨਹੀਂ ਜਾਂ ਫਿਰ ਦੱਸਦੇ ਆ ਵੀ ਲੱਤੂ ਵਾਲਿਆ ਛੱਡਦੇ, ਹੁਣ ਹੁਣ ਤਾਂ ਖੇੜਾ ਛੱਡਦੇ, ਮੱਲ ਚੋਟੀ ਦਾ ਹੈ ਬਾਬਾ ਚੜ੍ਹਦੀ ਕਲਾ ਦੇ ਵਿੱਚ ਰੱਖੇ, ਚੋਟੀ ਦਾ ਸੰਮੀ ਸਾਡਾ ਵੀਰ, ਸੰਮੀ ਸਾਹ ਤੇਜਵੀਰ ਸਾਹ ਸਾਡਾ ਵੀਰ, ਤੇ ਨਾਲ ਓਕਾਰ ਸਿੰਘ ਜੀ ਪੱਟੀ ਵਾਲੇ, ਰਘਵੀਰ ਸਿੰਘ ਜੀ ਰਾਜੂ ਮੇਰੇ ਵੀਰੋ ਵੱਡੇ ਪਿਆਰ ਹੈ, ਸੰਮੀ ਸਾਹ ਸਾਡੇ ਭਰਾ ਵੱਲੋਂ ਵੀ ਵੱਡਾ ਪਿਆਰ, ਪੰਜਾਬੀ ਮਾਂ ਬੋਲੀ ਦਾ ਵੀ ਪਹੁੰਚਾ ਮੈਂ ਦਿਲੋਂ ਧੰਨਵਾਦ ਕਰਾਂਗਾ। ਓਕਾਰ ਸਿੰਘ ਜੀ ਪੱਟੀ ਵਾਲੇ, ਰਘਵੀਰ ਸਿੰਘ ਜੀ ਰਾਜੂ ਮੇਰੇ ਵੀਰੋ ਮਰਾਦਪੁਰਾ, ਤੇ ਨਾਲ ਸਾਡਾ ਵੀਰ ਪਾਣੀ ਅਜੇ ਤੱਕ ਗਰਾਊਂਡ 'ਚ ਨਹੀਂ ਪੁੱਜਾ, ਆਓ ਆ ਗਿਆ ਪਾਣੀ, ਮੈਂ ਚਾਹਾਂਗਾ ਪਾਣੀ ਆ ਗਿਆ ਗਰਾਊਂਡ 'ਚ ਪਿੱਛੇ, ਪਾਣੀ ਹੋਰ ਪੁੱਜਦਾ ਕਰ ਦਿਓ ਵੀਰੇ, ਪਾਣੀ ਵੱਧ ਗਰਾਊਂਡ 'ਚ ਪੁੱਜਦਾ ਕਰਿਓ, ਤੁਹਾਡਾ ਧੰਨਵਾਦ ਕਰਾਂਗੇ। ਥੋੜ੍ਹਾ ਵੱਧ ਲੋੜ ਹੁੰਦੀ ਹੈ ਭਲਵਾਨਾਂ ਨੂੰ, ਇਹ ਭੱਜਣਾ ਨੱਠਣਾ ਪਾਣੀ ਜ਼ਰੂਰੀ ਹੈ, ਪਸੀਨਾ ਬਹੁਤ ਵਹਿੰਦਾ ਅਤੇ ਭਰਾ ਮੇਰੇ ਉਸੇ ਤਰ੍ਹਾਂ ਚਾਹੀਦਾ। ਲਓ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਸੱਤ ਪਲ ਕੱਕਣਾ ਵਾਲਾ ਤਿਆਰ ਹੈ, ਅਤੇ ਪਹਿਲੀ ਕਬੱਡੀ ਦੀ ਗੱਲ ਪਹਿਲੇ ਭਰਾ ਵੱਡੇ ਸਾਡੇ ਸਰਬਜੀਤ ਪ੍ਰਾਚਾ ਸਾਹਿਬ ਕਰਨਗੇ, ਸੱਤ ਪਲ ਕੱਕਣਾ ਵਾਲਾ ਤਿਆਰ ਹੈ, ਪਾਲ ਕੱਕੜਾਂ ਵਾਲਾ, ਤੇ ਇੱਕ ਧਰਤੀ ਮਾਂ ਨੂੰ ਮੱਥਾ, ਰੱਬ ਦਾ ਨਾਮ ਧਿਆ ਕੇ ਬਾਜੇ ਖਾਨੇ ਵਾਂਗੂ ਆ ਦੱਸ ਦੇ ਭੰਗੜੇ ਪਾ ਕੇ, ਉਰਲੀ ਕੰਨੀ ਦੇ ਕੌੜਾ ਤਾਸਪੁਰੀ ਹੈ, ਪਰਲੀ ਕੰਨੀ ਦੇ ਪ੍ਰੀਤ ਲੰਬੋਰਾਲੀਆ, ਤੇ ਨਾਲ ਹਰਚੰਦ ਹੈ ਲਾਖਣੇ ਦੀ ਧਰਤੀ ਦਾ, ਲੱਗਦਾ ਯੋਰ ਹੁੰਦੀ ਹੋਈ ਬੱਲੇ ਬੱਲੇ, ਆ ਕਰਤਾ ਕਹਿਰ ਚੋਪਰਾ ਜਿਵੇਂ ਫੌਜ ਕਿਲੇ ਨੂੰ ਢਾਉਂਦੀ, ਉਹ ਗੱਲ ਰਾਜੇ ਖੇਲੇ ਦੀ, ਉਹ ਤਿਆਲਪੁਰੇ ਛਾਕੇ ਦੀ, ਆ ਕੱਲ ਧੂ ਕਾਲ ਜੇ ਪਾਉਂਦੀ, ਆ ਪਰ ਸਾਹਮਣੇ ਬਾਹੋਏ ਕੱਕਣਾ ਵਾਲਿਆ, ਲਵੀ ਮਰਾਦਪੁਰੇ ਵਾਲਿਓ ਨੰਬਰ ਕਿੱਡਾ ਚੋਟੀ ਦਾ, ਪਰ ਆਪਾਂ ਚੁੱਪ ਹੈ, ਤਾੜੀ ਬਣਦੀ ਆ ਨੰਬਰ ਦੇ ਉੱਤੇ, ਵੇਖੋ ਮੁੰਡੇ ਨੇ ਕਿੱਡੀ ਵਧੀਆ ਕੋਸ਼ਿਸ਼ ਕਰਕੇ ਨੰਬਰ ਜੋੜਿਆ, ਵੱਡਿਆ ਸਾਹਮਣੇ ਕਬੱਡੀ ਫਿਰ ਪੈ ਗਈ ਹੈ। ਲਓ ਸਾਹਮਣੇ ਆ ਜਿਹੜਾ ਮੁੰਡਾ ਰੇਡ ਪਾਉਂਦਾ ਨਾ ਮੇਰੇ ਵੀਰੋ, ਇਹ ਭੰਗਵਾਂ ਵਾਲਾ ਪਿੱਕਾ ਔਰ ਰੇਡ ਪਾਉਂਦਾ ਹੋਇਆ, ਉਹਦੇ ਕੰਨੀ ਦੇ ਖਜਾਲੇ ਵਾਲਾ ਅਜਮੇਰ ਹੈ, ਆ ਇੱਕ ਕੰਨੀ ਦੇ ਕੁਲਦੀਪ ਹੈ, ਆ ਮੁੰਡਾ ਪਤੀਸ਼ਾ ਹੈ, ਇਹਦਾ ਸ਼ਿਕਾਰ ਮਾਸੀਆਂ ਪਿੰਡ, ਆ ਪਤੀਸ਼ਾ ਬੱਲੇ 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 ਕਰਦਾ ਹੋਇਆ, ਪਰ ਭੰਗਵਾਂ ਵਾਲਾ ਪਿੱਕਾ ਪੁਆਇੰਟ ਆਪਣੀ ਟੀਮ ਲਈ ਜੁੜ ਗਿਆ, ਰੇਡ ਪਾਉਣ ਦੇ ਲਈ ਵਿਸਾਲ ਮਿਸ਼ਰਪੁਰੀਆ ਹਰਮਨ ਆ ਗਿਆ ਸਾਹਮਣੇ, ਪੱਟਾਂ ਨਾ ਪੱਟ ਖੈਂਦੇ
ਡਾਉਣਿਆਂ ਨੂੰ ਕਿਤੇ ਹੱਥ ਪੈਂਦੇ ਹੈ। ਇਹ ਕਿਹੜੇ ਪਿੰਡ ਦਾ ਗੱਭਰੂ ਮਿੱਤਰੋ, ਲੋਕੀ ਉਂਗਲਾਂ ਕਰ ਕਰ ਪੁੱਛਦੇ ਹੈ। ਲੱਤੂ ਵਾਲੇ ਪ੍ਰੀਤ ਵਾਲੇ ਪਾਸੇ ਜਾਂਦਾ ਹੈ, ਲੱਤੂ ਵਾਲੇ ਪ੍ਰੀਤ ਵਾਲੇ ਪਾਸੇ ਜਾਂਦਾ ਹੈ, ਲੱਤੂ ਵਾਲੇ ਪ੍ਰੀਤ ਵਾਲੇ ਪਾਸੇ ਜਾਂਦਾ ਹੈ। ਪਰ ਤਾਸ਼ਪੁਰੀਏ ਕੋਰੇ ਬਾਰੇ ਇਹਨੂੰ ਨੌਲੇਜ ਘੱਟ ਲੱਗਦੀ ਹੈ। ਲਓ ਇੱਧਰਲੇ ਪਾਸੇ ਤੇਜਪਾਲ ਹੈ, ਇਹਦਾ ਸੁਰ ਸਿੰਘ ਪਿੰਡ ਹੈ ਮੇਰੇ ਮਿੱਤਰੋ। ਬਾਬਾ ਦਇਆ ਸਿੰਘ ਜੀ ਦੀ ਕਿਰਪਾ ਹੈ, ਮਹਾਂਪੁਰਸ਼ਾਂ ਦੀ ਕਿਰਪਾ ਹੈ, ਬਾਬਾ ਪਿਧੀ ਚੰਦ ਜੀ ਸ਼ੀਨਾ ਜੀ ਦੀ ਕਿਰਪਾ ਹੈ। ਸਾਹਮਣੇ ਪੈਂਦੀ ਇੱਕ ਵੱਡੀ ਮਿੱਤਰੋ, ਬੜੇ ਪੁਆਇੰਟ ਲਿਖਣ ਵਾਲਾ ਇੱਕ ਭਰਾ ਸਾਡੇ ਕੋਲ ਆ ਜਾਵੇ। ਤੇਜਪਾਲ ਤਿਆਰ ਹੈ, ਖਜਾਲੇ ਪਿੰਡ ਦਾ ਜਮੇਰ ਹੈ ਅਤੇ ਦੁਨੀਆ ਭਰ ਦਾ ਪੜ੍ਹ ਲੈਵਲ ਦਾ ਚੋਟੀ ਦਾ ਮਲਕ ਕੁਲਦੀਪ ਸ਼ਿਕਾਰਾਂ ਵਾਲਾ ਹੈ, ਸ਼ਿਕਾਰਾਂ ਵਾਲਾ ਪਤੀਸਾ ਹੈ, ਹੁਸੈਨ ਗੁੱਜਰ ਹੈ, ਅਜਮੇਰ ਖਜਾਲਾ, ਅਜਮੇਰ ਖਜਾਲਾ। ਤੇਜਪਾਲ ਸੁਰ ਸਿੰਘ ਨੰਬਰ ਆਪਣੀ ਟੀਮ ਦੇ ਖਾਤੇ ਜੋੜਦਾ ਹੈ। ਅਗਲੀ ਕਬੱਡੀ ਪਾਉਣ ਦੇ ਵਾਸਤੇ ਪਰਮਜੀਤ ਵਪਾਰੀ ਦਾ ਪੁੱਤ ਤਿਆਰ ਹੈ ਅਤੇ ਬੋਲ ਸਾਡੇ ਵੱਡੇ ਭਰਾ ਪ੍ਰਾਚੇ ਦੇ ਹੋਣਗੇ। ਆਓ ਸਾਹਮਣੇ ਰੇਡ ਸਾਮਪੁਰੀਆ ਘੋੜਾ ਪਾਉਣ ਦੇ ਲਈ ਵਾਧਾ ਹੋਇਆ, ਚਾਰ ਗੱਭਰੂ ਹੈ ਤਿਆਰੀ ਦੇ ਵਿੱਚ। ਕੌਣ ਗੁੱਟ ਫੜਦਾ ਹੈ, ਕੌਣ ਲੱਦੀ ਲੱਗਦਾ ਘੋੜਾ, ਪਰ ਇੱਕ ਪਾਸੇ ਇਹ ਸੀ ਨੌਜਵਾਨ ਕੌੜਾ ਤਾਸਪੁਰੀਆ, ਪੈਂਟ ਰੇਡਰ ਦੇ ਸੇ ਚੌਂਤਰੇ ਵਾਲਾ ਘੱਦਾ ਆ ਗਿਆ। ਲਓ ਘੱਦਾ ਚੌਂਤਰੇ ਵਾਲਾ ਸਾਹਮਣੇ ਕਬੱਡੀ ਪਾਉਂਦਾ, ਜੋਧੇ ਰਣ ਵਿੱਚ ਜੂਝਦੇ ਬਹੁਤੇ ਤਲਵਾਰਾਂ, ਉਸ ਟਾਡੇ ਦੇ ਹੱਥ ਹੁੰਦੀਆਂ ਚਿੱਤਾਂ ਤੇ ਹਾਰਾਂ। ਸ਼ਮੀ ਭਰਾ ਵੱਡੇ ਦਾ ਧੰਨਵਾਦ ਸਤਿਕਾਰ ਹੈ, ਵੱਡੇ ਮਾਣ ਵੱਡੇ ਭਰਾ ਦੇ ਵੱਲੋਂ ਪੁੱਜਦੇ ਹੋ ਗਿਆ। ਮੱਲ ਸਾਹਮਣੇ ਚੋਟੀ ਦੇ ਨੇ ਚਾਰ ਰੇ, ਉਹ ਵੀ ਤਿਆਰ ਰੇ, ਹੁਸੈਨ ਤਿਆਰ ਹੈ। ਟੱਕਰ ਸਾਹਮਣੇ ਮੇਰੇ ਮਿੱਤਰੋ, ਇੱਕ ਪਾਸੇ ਚੌਂਤਰੇ ਪਿੰਡ ਦਾ ਘੱਦਾ ਹੈ। ਆਹ ਟੱਕਰ ਦੀਆਂ ਗੱਲਾਂ, ਆਹ ਟੱਕਰ ਦੀਆਂ ਗੱਲਾਂ ਮਾਝੇ ਟੀਵੀ ਨੇ ਨੋਟ ਕੀਤੀਆਂ। ਇਹ ਕੱਟ ਹੋ ਜਾਣਾ, ਜੱਫਾ ਪੈਣਾ, ਰੀਲਾਂ ਚੜ੍ਹਦੀਆਂ ਮੇਰੇ ਮਿੱਤਰੋ ਇੰਸਟਾਗ੍ਰਾਮ ਤੇ ਰੌਲੇ ਪੈਣੇ ਕਿ ਹੁਸੈਨ ਹੈ ਚੌਂਤਰੇ ਵਾਲਾ ਘੱਦਾ ਟੱਕ ਲਿਆ। ਰੇਡ ਪਾਉਣ ਦੇ ਲਈ ਕੌਣ ਆਵੇਗਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ? ਉੱਧਰ ਸਾਡਾ ਭਰਾ ਗੋਰਾ ਸਾਹ ਡੇਰੇ ਵਾਲਾ ਮੇਰੇ ਵੀਰੋ, ਨਾਲ ਰਾਜਵੀਰ ਵਿਨੋਦ ਕਰਿਆਨਾ ਸਟੋਰ ਵਾਲੇ ਭਰਾਵਾਂ ਵੱਲੋਂ ਵੱਡੇ ਪਿਆਰ ਆਏ ਹੈ। ਪੰਜਾਬੀ ਮਾਂ ਬੋਲੀ ਨੇ ਅੰਮ੍ਰਿਤ ਆ ਗਿਆ। ਆਹ ਜਿਹੜਾ ਮੁੰਡਾ ਰੇਡ ਪਾਉਣ ਦੇ ਲਈ ਵਧੀਆ ਹੋਇਆ ਨਾ ਮੇਰੇ ਵੀਰੋ, ਇਹ ਬਹਿਰੀਨ ਖੇਡੀ ਹੈ, ਬਹਿਰੀਨ ਦੇ ਵਿੱਚ ਵੀ ਬੱਲੇ ਬੱਲੇ ਕਰਾ ਕੇ ਹੈ। ਤਿਆਰੀ ਦੇ ਵਿੱਚ ਹੰਧਿਆ 'ਚ ਖੜਾ ਮੁੰਡਾ ਕਹਿੰਦਾ ਸਤਿਗੁਰ ਮਿਹਰ ਕਰ, ਸਿਰ ਉੱਤੇ ਹੱਥ ਧਰ, ਹਰ ਵੇਲੇ ਲੈ ਕੇ ਆਵੀਂ ਸੁੱਖਾਂ ਦੀ ਬਰਸਾਤ, ਨਾਮ ਖੁਮਾਰੀ ਨਾਨਕਾ ਚਰੀ ਰਹੇ ਦਿਨ ਰਾਤ, ਨਾਮ ਖੁਮਾਰੀ ਨਾਨਕਾ ਚਰੀ ਰਹੇ ਦਿਨ ਰਾਤ। ਕੌਣ ਪਾਵੇਗਾ ਰੇੜ ਹੰਧਿਆ 'ਚ ਖੜਾ ਮੁੰਡਾ, ਅੰਮ੍ਰਿਤ ਟੇਕ ਧਰਤੀ ਮਾਂ ਨੂੰ ਮੱਥਾ, ਚੜ੍ਹਦੇ ਸੂਰਜ ਨੂੰ ਸੱਜਦਾ ਕਰਦਾ ਹੈ, ਇੱਕ ਕੰਨੀ 'ਚ ਸੱਕ ਹੈ, ਆਹ ਦੂਜੀ ਕੰਨੀ 'ਚ ਕੌੜਾ ਤਾਸਪੁਰੀ ਹੈ, ਤੇ ਨਾਲ ਨੌਜਵਾਨ ਲੱਦੂ ਵਾਲਾ ਪ੍ਰੀਤ ਹੈ, ਤੇ ਨਾਲ ਬੰਗਲਾ ਰਾਏ ਵਾਲਾ ਹਰਚੰਦ। ਪਰ ਸਾਹਮਣੇ ਟੱਕਰ ਕਿਹਦੇ ਨਾਲ ਹੋਵੇਗੀ ਮੇਰੇ ਵੀਰੋ? ਹੁਕਮ ਦੀ ਹੋਈ ਚੈਣ, ਇਸ ਵੇਲੇ ਬਹੁਤ ਹੀ ਸ਼ਾਨਦਾਰ ਚੈਣ ਦੇ ਵਿੱਚੋਂ ਕਦੇ ਸੱਜੇ ਕਦੇ ਖੱਬੇ, ਪਰ ਪਾਇੰਟ ਰੇਡਰ ਦੇ ਸੇ ਢਾਬੀ ਦੇ ਸੇ ਨਵੇਂ ਪਿੰਡ ਵਾਲਾ ਮਨਜੀਤ ਆ ਗਿਆ। ਮਨਜੀਤ ਤਿਆਰ ਹੈ, ਗਮਾਨ ਪ੍ਰੀਏ ਗਿੰਦੇ ਦਾ ਯਾਰ ਹੈ ਮੇਰੇ ਮਿੱਤਰੋ, ਜਿਹੜਾ ਸਾਹਮਣੇ ਕਬੱਡੀ ਪਾਉਣ ਦੇ ਵਾਸਤੇ ਤਿਆਰ ਹੈ। ਲੱਦੂ ਵਾਲੇ ਪ੍ਰੀਤ ਦਾ ਯਾਰ ਹੈ, ਆਹ ਦੁਨੀਆ ਭਰ 'ਚ ਚਰਚੇ ਸੰਭਾਲਦੇ ਹੋ ਗਏ ਹੈ। ਇੱਕ ਪਾਸੇ ਸ਼ਿਕਾਰਾਂ ਵਾਲਾ, ਨਾਲ ਸ਼ਿਕਾਰਾਂ ਵਾਲਾ ਪਤੀਸਾ ਹੈ, ਖਜਾਲੇ ਪਿੰਡ ਦਾ ਜਮੇਰ ਹੈ ਅਤੇ ਫਤਿਹਗੜ੍ਹ ਚੂੜੀਆਂ ਵਾਲਾ ਹੁਸੈਨ ਹੈ। ਟੱਕਰ ਸਾਹਮਣੇ ਵੇਖਾਂਗੇ, ਇਹ ਮੁਰਾਦਪੁਰਾ ਪਿੰਡ ਹੈ ਧੰਤਨ ਬਾਬਾ ਸ਼ਬੀਰ ਵਾਲਿਆਂ ਦੀ, ਆਹ ਕਿਰਪਾ ਵੱਡੀ ਮਿੱਤਰੋ। ਮੱਲ ਚੋਟੀ ਦੇ ਟੱਕਰ ਸਾਹਮਣੇ ਨਵੇਂ ਪਿੰਡੀਆਂ ਮਨਜੀਤ ਹੈ, ਟੱਕਰ ਵੇਖਾਂਗੇ ਸਾਹਮਣੇ ਹੁਸੈਨ ਹੈ, ਮਨਜੀਤ ਹੈ, ਨਵਾਂ ਪਿੰਡ ਹੈ। ਅਗਲੀ ਰੇਡ ਪਾਉਣ ਦੇ ਲਈ ਮੇਰੇ ਵੀਰੋ, ਆ ਮੁੰਡਾ ਦੁੱਲਾ ਨੰਗਲ ਪਿੰਡ ਹੈ, ਆ ਜਿਹਨੇ ਰੇਡ ਪਾ ਦਿੱਤੀ ਹੈ, ਤੰਮੇ ਦੁੱਲਿਆ ਨੰਗਲ ਦਾ
ਵੀਰ ਕਬੱਡੀ ਪਾਉਂਦਾ ਮੇਰੇ ਵੀਰੋ, ਇੱਕ ਕੰਨੀ ਦੇ ਉੱਤੇ ਲੱਦੂ ਵਾਲੀਆ ਪ੍ਰੀਤ ਹੈ, ਆ ਪ੍ਰੀਤ ਹੈ, ਇਹ ਲੱਦੂ ਵਾਲੀਆ, ਇਹਨੇ ਕੱਲ ਕੈਂਠਾ ਦਿੱਤੇ ਆ ਮਾਂਗੇਸਰਾਂ ਦੀ ਧਰਤੀ ਤੋਂ ਮੇਰੇ ਵੀਰੋ, ਪਰ ਨਹੀਂ ਜੱਫਾ ਲਾ ਸਕਿਆ। ਸ਼ੰਨਾ ਤੁਲਾ ਨੰਗਲ ਵਾਲਾ ਨੰਬਰ ਲੈ ਗਏ ਬਾਓਏ ਸ਼ੰਨਿਆ, ਇੱਦਾਂ ਦਿਆਂ ਨੂੰ ਭੱਜ ਟੱਚ ਲਾ ਲਾ ਕੇ ਤੇਰਾ ਨਾਂ ਵੇਖੀ ਬਣਦਾ ਮੱਲਾ, ਮਿਹਨਤਾਂ ਕਰ ਤਕੜਾ ਹੋ ਕੇ। ਹੁਣ ਲੱਦੂ ਵਾਲਾ ਪ੍ਰੀਤ ਬਾਬੇ ਦੀ ਕਿਰਪਾ ਦੇ ਨਾਲ ਉਸ ਰੇਂਜ 'ਚ ਪੁੱਜ ਗਿਆ ਮੇਰੇ ਮਿੱਤਰੋ, ਜਿਹੜਾ ਰੇਡਰੇ ਤੋਂ ਭੱਜੂਗਾ ਉਹਦਾ ਨਾਂ ਬਣ ਜਾਣਾ ਹੈ ਵੀ ਲੱਦੂ ਵਾਲੇ ਤੋਂ ਭੱਜਾ ਹੈ। ਪਰ ਇੱਧਰਲੇ ਪਾਸੇ ਸ਼ਿਕਾਰਾਂ ਵਾਲਾ ਹੈ, ਦੂਜੇ ਪਾਸੇ ਹਰਮੇਲ ਹੈ ਮਿੱਤਰੋ, ਸ਼ਿਕਾਰਾਂ ਵਾਲਾ ਕਹਿ ਕਹਿ ਕੇ ਡੱਕਦਾ ਹੈ, ਕਹਿ ਕਹਿ ਕੇ ਜੱਫੇ ਲਾਉਂਦਾ ਹੈ। ਮੈਂ ਆਖੀ ਜਾਂਦਾ ਕਿ ਕਹਿ ਕਹਿ ਕੇ ਡੱਕਦਾ ਹੈ, ਅਮੀਸ਼ਾ ਦੇ ਬਲਜਿੰਦਰ ਦਾ ਯਾਰ ਹੈ, ਵੇਖੋ ਸਾਹਮਣੇ ਵੇਖੋ ਸਾਹਮਣੇ ਵੇਖੋ ਸਾਹਮਣੇ ਪੱਲੇ 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 ਸਵਾਦ ਲਿਆ ਤਾ ਮੁੰਡੇ ਨੇ, ਤਾੜੀਆਂ ਭੇ ਵਜੀਆਂ, ਕਹਿਣਾ ਥੋੜਾ ਪੈਂਦਾ ਹੈ ਕਿ ਤਾੜੀਆਂ ਮਾਰ ਦਿਓ। ਬਾਵੇ ਮੱਲਾ ਸਵਾਦ ਲਿਆ ਤਾ, ਸੱਤ ਪਲ ਕੱਕੜ ਤਿਆਰ ਹੈ, ਜੇ ਟੱਕਰ ਕਦੇ ਛਾਕੇ ਤਿਆਲ ਪ੍ਰੀਏ ਨਾ ਹੋ ਜੇ, ਲੱਤੂ ਵਾਲੇ ਪ੍ਰੀਤ ਨਾ ਹੋ ਜੇ, ਤੇ ਕਹਿਣਾ ਹੀ ਕੀ ਹੈ ਵੱਡਿਆ। ਬੱਲੇ 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 ਹੋ ਰਹੀ ਹੈ। ਉਧਰ ਸਾਡੇ ਸਰਦਾਰ ਕੁਲਦੀਪ ਸਿੰਘ ਜੀ ਮਿੱਠੂ ਮੇਰੇ ਵੀਰੋ ਕਰਨਾਲ ਵਾਲੇ, ਉਹ ਭਰਾਵਾਂ ਦਾ ਵੱਡਾ ਸਹਿਯੋਗ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ, ਉਕਾਰ ਸਿੰਘ ਜੀ ਪੱਟੀ ਵਾਲੇ, ਰਘਵੀਰ ਸਿੰਘ ਜੀ ਰਾਜੂ ਮੁਰਾਦਪੁਰਾ, ਤੇ ਨਾਲ ਸਾਡੇ ਬਹੁਤੀ ਸਤਿਕਾਰਯੋਗ ਗੋਰਾ ਸਾਹ ਮੇਰੇ ਵੀਰੋ ਡੇਰੇ ਵਾਲੇ, ਤੇ ਰਾਜਵੀਰ ਵਿਨੋਦ ਕਰਿਆਨਾ ਸਟੋਰ ਵਾਲੇ ਭਰਾ ਦਾ ਦਿਲੋਂ ਧੰਨਵਾਦ ਹੈ। ਚੋਟੀ ਦਾ ਮੈਚ ਸਤਪਾਲ ਕੱਕੜ ਹੰਡਿਆਂ 'ਚ ਖੜਾ ਮੇਰੇ ਵੀਰੋ, ਤਿਆਰੀ ਦੇ ਵਿੱਚ ਹੈ ਕਿ ਸੂਰਜ ਵੀ ਅੱਗ ਵਿਖਾਏ, ਧੁੱਪਾਂ ਜੇੜ ਤੇ ਹਾਰਦੀਆਂ, ਤਪਦੀ ਜਿਵੇਂ ਤੰਦੂਰੀ ਰੋਟੀ, ਇਵੇਂ ਪਿੰਡਾਂ ਰਾੜਦੀਆਂ, ਤੋ ਮਾਗ ਦਾ ਫੰਡਿਆ ਯਾਰੋ ਨਿਗਰ ਜਾਈਆਂ ਦਾ ਪਿੰਡ ਪ੍ਰਾਚੇ ਵਾਲਿਆ, ਉਹ ਮੁੱਲ ਪੈਂਦਾ ਹੀ ਮਿਹਨਤਾਂ ਲਾਈਆਂ ਦਾ, ਅੱਜ ਮਿਹਨਤਾਂ ਲਾਈਆਂ ਦਾ ਬੰਗਲਾ ਰਾਏ ਵਾਲਾ, ਪਰ ਸੱਤ ਪਲ ਕੱਕਰ ਇੱਕ ਅੰਕ ਦਾ ਵੱਧ ਆਪਣੀ ਟੀਮ ਲਈ ਕਰਦਾ ਹੋਇਆ ਭੰਗਵਾਂ ਵਾਲਾ ਪਿੱਕਾ ਆ ਗਿਆ। ਵਸਾਓ ਸਾਹਮਣੇ ਪਿੱਕਾ ਆ ਗਿਆ ਮੇਰੇ ਮਿੱਤਰੋ, ਆਂਦਾ ਜਦੋਂ ਨਾ ਹੋਣ ਮੁਕਾਬਲੇ ਤਾਂ ਮਾੜਾ ਦੱਸਦੇ ਨੇ, ਮੂੰਹ ਤੇ ਬੋਲਣ ਜੋਗੇ ਨੀ ਪਿੱਠਾਂ ਤੇ ਹੱਸਦੇ ਨੇ, ਆ ਮੂੰਹ ਤੇ ਬੋਲਣ ਜੋਗੇ ਨੀ ਪਿੱਠਾਂ ਤੇ ਹੱਸਦੇ ਨੇ, ਆਉਣ ਵਾਲਾ ਕਪਰੂ ਦਾ ਆ ਟਾਈਮ ਦੱਸਦੇ ਨੇ। ਲਓ ਪਿੱਕਾ ਸਾਹਮਣੇ ਮਿੱਤਰੋ, ਚੋਟੀ ਦਾ ਨੰਬਰ ਮੇਰੇ ਕਹਿਣ ਤੇ ਨਹੀਂ ਜੁੜਨਾ, ਉਧਰੋਂ ਜੁੜਾਉਣਾ ਪੈਣਾ ਜੇ ਮੈਂ ਪਿਆਰ ਦੇ ਨਾਲ ਦੱਸੀ ਭਲਵਾਨਾ। ਇੱਕ ਇੱਕ ਪੁਆਇੰਟ ਇੱਕ ਇੱਕ ਅੰਕ ਖਾਤੇ ਦੇ ਵਿੱਚ ਜੁੜਨਾ, ਕਿਹੜੀ ਟੀਮ ਬਾਜੀ ਮਾਰਦੀ ਹੈ ਕਿਹੜੀ ਹਾਰਦੀ ਹੈ ਇਹ ਗੱਲਾਂ ਸਮੇਂ ਦੀ ਹੈ, ਮਾਣ ਹੈ। ਆ ਰੇਡ ਪਾਉਣ ਦੇ ਲਈ ਕੌਣ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਐਂਟਰੀ ਕਰੇਗਾ ਮੇਰੇ ਵੀਰੇ, ਉਹ ਪੁਆਇੰਟ ਰੈਫਰੀ ਦਾ ਫੈਸਲਾ ਅਟਲ ਹੋਵੇਗਾ, ਨੰਬਰ ਹੈ ਉਹਦਾ ਅਸਾਰਾ ਜੀ ਦੇ ਵੱਲ ਹੋਵੇਗਾ, ਇਸ਼ਾਰਾ ਜੀ ਦੇ ਵੱਲ ਹੋਵੇਗਾ। ਲਓ ਸਾਹਮਣੇ ਮਿਸ਼ਰ ਪੁਰ ਪਿੰਡ ਦੇ ਹਰਮਣ ਦੀ ਕੌਡੀ ਹੈ, ਤਾਸ਼ ਪ੍ਰਿਆ ਕੋਰਾ ਢੱਲੋਂ ਪਰਿਵਾਰ ਦਾ ਪੁੱਤ ਹੈ, ਜ਼ਿਲ੍ਹੇ ਜਲੰਧਰ ਦੇ ਵਿੱਚ ਗੱਲਾਂ ਹੋਈਆਂ ਮਿੱਤਰੋ, ਲੱਦੂ ਵਾਲੇ ਪ੍ਰੀਤ ਦੇ ਯਾਰ ਦੇ ਪਿੰਡ 4 ਤਰੀਕ ਨੂੰ ਰੌਣਕਾਂ, ਹਰਵਿੰਦਰ ਚੰਡ ਪਿੰਡ ਵਾਲਾ ਭਰਾ ਸਾਡਾ 4 ਤਰੀਕ ਨੂੰ ਚੰਡ ਪਿੰਡ ਰੌਣਕਾਂ ਨੇ, ਭਰਾਵਾਂ ਦੇ ਵੱਲੋਂ ਸੱਦੇ ਹੈ, ਹਰਵਿੰਦਰ ਚੰਡ ਵਾਲਾ ਸਾਡਾ 4 ਅਪ੍ਰੈਲ ਦੇ ਸੱਦੇ ਦੇ ਰਿਹਾ। ਇੱਧਰਲੇ ਪਾਸੇ ਤੇਜਪਾਲ ਹੈ, ਜਿਹਦਾ ਸੁਰ ਸਿੰਘ ਪਿੰਡ ਹੈ ਕਿ ਸੁਰ ਸਿੰਘ ਪਿੰਡ ਭਲਵਾਨਾਂ ਦਾ, ਆਹ ਸ਼ੂਰਵੀਰ ਜਵਾਨਾਂ ਦਾ, ਮਨੀ ਉਹ ਬਲੀ ਮਨੀ ਅਵਤਾਰਾਂ ਦਾ, ਨਿਹੰਗ ਸਿੰਘ ਸਰਦਾਰਾਂ ਦਾ, ਸਾਹਮਣੇ ਕਬੱਡੀ ਹੈ, ਉਹ ਚਮਾਰੇ ਅਜਮੇਰ ਖਜਾਲੇ ਪਿੰਡ ਵਾਲਾ ਹੈ, ਟੱਕਰ ਸਾਹਮਣੇ ਸ਼ਿਕਾਰਾਂ ਵਾਲੇ ਪਤੀਸੇ ਦੇ ਨਾਲ, ਦੱਸੀ ਬਿਕਰ ਵੀਰ ਜਾਫੀ ਦੇ ਹਿੱਸੇ ਜੁੜਦਾ ਹੋਇਆ, ਇੱਕ ਅੰਕ ਦਾ ਵਾਧਾ ਮੇਰੇ ਵੀਰੋ। ਇਸ ਵੇਲੇ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ
ਗੁਰਦਾਸਪੁਰ ਮਾਝੇ ਦੇ ਹਿੱਸੇ ਜੁੜਦਾ ਹੋਇਆ ਸਾਮਪੁਰੀਆ ਘੋੜਾ ਪਰਮ ਜੀ ਦਾ ਵਪਾਰੀ ਦਾ ਪੁੱਤ ਵਾਧਾ ਹੋਇਆ ਰੇਡ ਪਾਉਣ ਦੇ ਲਈ ਚਾਰ ਗੱਭਰੂ ਤਿਆਰੀ ਦੇ ਵਿੱਚ ਦਾਸੀਆਂ ਪੀਪੀ ਜਿਹੜੇ ਖੜਦੇ ਮੋੜਾਂ ਤੇ ਬਸ ਪਲਸਤਰ ਲੱਗਿਆ ਸਮਝੀ ਸਭ ਦੇ ਜੋੜਾਂ ਤੇ ਕਰਕੇ ਬੰਦ ਦੁਕਾਨਾਂ ਕਾਲਜ ਵਾਲੀ ਸੜਕ ਦੀਆਂ ਉਹ ਲੁਕਣ ਕਿਤੇ ਨੀ ਦੇਣੇ ਵੇਖੀ ਟਾਂਗਾ ਖੜਕਦੀਆਂ ਗਾਣਾ ਪੜਾ ਚੱਲਿਆ ਸੀ ਉਦੋਂ ਆਪਾਂ ਨਵੇਂ ਨਵੇਂ ਜੀ ਸੀਗੇ ਉਦੋਂ ਚੱਲਿਆ ਸੀ ਬਾਹਲੇ ਉਦੋਂ ਦੇ ਵੀ ਬੈਠੇ ਹੈ ਉਹਨਾਂ ਨੂੰ ਪਤਾ ਬਾਹਲਾ ਚੱਲਿਆ ਸੀ ਗਾਣਾ ਆਹ ਗੱਲਾਂ ਮੇਰੇ ਮਿੱਤਰੋ ਪ੍ਰੀਤ ਬਰਾੜ ਹੋਣਾ ਦੀਆਂ ਗੱਲਾਂ ਕਿਤੇ ਵੱਡੇ ਵੱਡੇ ਸਿੰਗਰਾਂ ਦੀਆਂ ਹੋਈਆਂ ਪਰ ਅੱਜ ਕੱਲ੍ਹ ਸਮਾਂ ਹੋਰ ਹੈ ਇੱਧਰ ਅੱਜ ਮੇਰ ਖਜਾਲੇ ਵਾਲਾ ਕਿ ਨੈੱਟ ਤੂੰ ਚਲਾਉਣ ਵਾਲਾ ਜਾਣਦੀ ਟਾਂਗ ਖੜਕਾਉਂਦਾ ਮੁੰਡਾ ਵੇਖਿਆ ਹੀ ਨਹੀਂ ਬੁੱਚੀਆਂ ਪਵਾਉਂਦਾ ਮੁੰਡਾ ਵੇਖਿਆ ਹੀ ਨਹੀਂ ਸਾਹਮਣੇ ਵੇਖੋ ਚੌਂਤਰੇ ਵਾਲਾ ਭੱਜੇ ਗੱਲ ਵੱਖਰੀ ਪਰ ਜਮੇਰ ਕਹਿੰਦਾ ਇਹਨੂੰ ਆਖ ਭੱਜ ਕੇ ਵੱਖਾ ਵੇ ਸਾਡਾ ਡੱਕਿਆ ਭੱਚੂ ਕਿੱਧਰ ਕੌਡੀ ਪੈਂਦੀ ਆ ਬੋਲ ਪੱਟੇ ਭਰਾ ਦੇ ਹੋਣੇ ਰੇਡ ਪਾਉਣ ਦੇ ਲਈ ਅੰਮ੍ਰਿਤ ਤਿਆਰ ਪਰ ਤਿਆਰ ਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰਿਓ ਕਹਿੰਦੇ ਦੁਸ਼ਮਣ ਦੀ ਥਾਲੀ ਵਿੱਚ ਖਾਣਾ ਕਦੇ ਖਾਈਏ ਨਾ ਭੈਣ ਯਾਰ ਦੀ ਨਾਲ ਯਾਰੀ ਕਦੇ ਲਾਈਏ ਨਾ ਯਾਰ ਸੱਪ ਦੀ ਨਹੀਂ ਸਰਦੀ ਬੰਦਾ ਮਾਰ ਮਕਾਉਂਦੀ ਹੈ ਪੈਂਦੇ ਦਿਸਣ ਪਟਾਕੇ ਪ੍ਰਾਚਾ ਜਦੋਂ ਜਵਾਨੀ ਆਉਂਦੀ ਹੈ ਅੱਜ ਜਦੋਂ ਜਵਾਨੀ ਆਉਂਦੀ ਹੈ ਇਹ ਲੋੜਿਆਂ ਦੀ ਜਵਾਨੀ ਹੈ ਪ੍ਰੀਤ ਵੇਖ ਮੁੰਡੇ ਦੇ ਸਰੀਰ 'ਚ ਕਿੰਨੇ ਕੁ ਜਾਣਾ ਘਰ ਚੈੱਕ ਇਹ ਲੱਦੂ ਵਾਲੀਆ ਪ੍ਰੀਤ ਹੈ ਕੱਲ੍ਹ ਨੌਜਵਾਨ ਨੇ ਕੈਂਠਾ ਜਿੱਤਿਆ ਇਹ ਬੁਲਟਾਂ ਦਾ ਜੇਤੂ ਆ ਇਹ ਲੰਡੀਆਂ ਜੀਪਾਂ ਦਾ ਜੇਤੂ ਟਰੈਕਟਰਾਂ ਦਾ ਜੇਤੂ ਮੱਲੇ ਟਰੈਕਟਰ ਚਿੱਤੇ ਹੋਏ ਮਲਣੇ ਕਹਿੰਦੇ ਦੁਨੀਆਂ 'ਚ ਨਾਂ ਵੱਡਾ ਹੈ ਬਾਬਾ ਮੇਰਾ ਰੱਖੇ ਤੰਦਰੁਸਤੀਆਂ ਰੱਖੇ ਤੇ ਪੱਟੇ ਬਜਟ ਦੀਆਂ ਟੀਮਾਂ ਦੇ ਜੇ ਵਿੱਚ ਜ਼ਿਕਰ ਇਸ ਪੱਟੇ ਮੱਲ ਦਾ ਹੁੰਦਾ ਹੈ ਬਾਬਾ ਤੰਦਰੁਸਤੀਆਂ ਰੱਖੇ ਭਰਾਵਾਂ ਸਾਡੀਆਂ ਇੱਧਰਲੇ ਪਾਸੇ ਨਵਾਂ ਪਿੰਡ ਹੈ ਮੇਰੇ ਮਿੱਤਰੋ ਮਨਜੀਤ ਤਿਆਰ ਹੈ ਸਾਹਮਣੇ ਵੇਖਾਂਗੇ ਟੱਕਣਾ ਕਿੰਨੇ ਹੈ ਇੱਕ ਪਾਸੇ ਚੱਸ ਭਲਵਾਨ ਹੈ ਨਾਲ ਸ਼ਿਕਾਰਾਂ ਵਾਲਾ ਪਤੀਸਾ ਹੈ ਨੰਬਰ ਦੱਸੋ ਕਿਹਦੇ ਖਾਤੇ ਹੈ ਬਿਕਰ ਭੰਧੇਰ ਪਧਾਰ ਦੇ ਇਸ਼ਾਰੇ ਹੈ ਕਿ ਨੰਬਰ ਰੇਡਰ ਦੇ ਖਾਤੇ ਹੈ ਅਗਲੀ ਕਬੱਡੀ ਪਾਉਣ ਦੇ ਵਾਸਤੇ ਸੁਖਵਿੰਦਰ ਸਿੰਘ ਦਾ ਪੁੱਤ ਤਿਆਰ ਹੈ ਦੋਲਾ ਨੰਗਲ ਦੇ ਧੰਮੇ ਦਾ ਰੇਡ ਪਾਉਣ ਦੇ ਲਈ ਆ ਵਾ ਨੌਜਵਾਨ ਜਿਹੜਾ ਰੇਡ ਪਾਉਣ ਆ ਗਿਆ ਨਾ ਮੇਰੇ ਵੀਰਿਓ ਬ੍ਰਹਮ ਗਿਆਨੀ ਸੰਤ ਬਾਬਾ ਹਿਆਰਾ ਸਿੰਘ ਜੀ ਕਬੱਡੀ ਕਲੱਬ ਗੁਰਦਾਸਪੁਰ ਮਾਝੇ ਦਾ ਧਾਵੀ ਰੇਡ ਪਾ ਰਿਹਾ ਤੇ ਮਾਲਵੇ ਦੀ ਧਰਤੀ ਦੇ ਚਾਰ ਜੱਫੀ ਆਓ ਵੇਖਾਂਗੇ ਤਿਆਰੀ ਦੇ ਵਿੱਚ ਪਰ ਪੁਆਇੰਟ ਮਾਝੇ ਦੇ ਹਿੱਸੇ ਜੁੜਦਾ ਹੋਇਆ ਮਾਣ ਵਾਲੀ ਗੱਲ ਹੈ ਦੁਨੀਆਂ ਦੇ ਸਟਾਰ ਖੇਡ ਰਹੇ ਆ ਅੱਜ ਇਸ ਗਰਾਊਂਡ ਦੇ ਵਿੱਚ ਧੰਨ ਧੰਨ ਸੰਤ ਬਾਬਾ ਸਬੀਲ ਵਾਲਿਆਂ ਦੀ ਸੱਚੀ ਤੇ ਮਿੱਠੀ ਯਾਦ ਦੇ ਵਿੱਚ ਸਾਂਦਰ ਸਲਾਨਾ ਜੋੜ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ ਮੁੱਖ ਸੇਵਾਦਾਰ ਸਾਡੇ ਬਾਬਾ ਰਾਮ ਸਿੰਘ ਜੀ ਜਿਨ੍ਹਾਂ ਦੀ ਸਰਪ੍ਰਸਤੀ ਹੇਠ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਪਰ ਪਤੀਸਾ ਲਾ ਜੱਫਾ ਬੱਲੇ 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 ਕਰਵਾ ਗਿਆ ਸਾਹਮਣੇ ਸੱਤ ਬਲ ਕੱਕੜਾਂ ਵਾਲਾ ਆ ਗਏ ਸਾਹਮਣੇ ਚਾਰ ਤਿਆਰ ਨੇ ਚਾਰ ਯੁੱਗ ਨੇ ਚਾਰ ਵੇਦ ਨੇ ਚਾਰ ਦਿਸ਼ਾਵਾਂ ਨੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਚਾਰ ਰਹੇ ਅਤੇ ਗੁਰੂ ਘਰ ਦਾ ਵਿਦੇਸ਼ ਵੀ ਚਾਹਾਂ ਪਰਨਾ ਨੂੰ ਸਾਂਝਾ ਮੇਰੇ ਵੀਰੋ ਸੱਤ ਪਰ ਕੱਕੜਾਂ ਵਾਲਾ ਹੈ ਜੇ ਕਦਰੇ ਤਾਸ਼ਪੁਰੀਏ ਕੋਰੇ ਦੇ ਨਾਲ ਦੋ ਹੱਥ ਹੋ ਜਾਣ ਅਤੇ ਫਿਰ ਬਾਤਾਂ ਹੀ ਕਿਆ ਨੇ ਅਤੇ ਛਾਕਾ ਦਿਆਲਪੁਰੇ ਵਾਲਾ ਟੁੱਟ ਟੁੱਟ ਕੇ ਪੈਂਦਾ ਅਤੇ ਲੱਤੂ ਵਾਲਾ ਪ੍ਰੀਤ ਮਿੱਤਰੋ ਮੇਲੇ ਲੁੱਟ ਕੇ ਲੈ ਜਾਂਦਾ ਮੇਲੇ ਲੁੱਟ ਕੇ ਲੈ ਜਾਂਦਾ ਪਰ ਦਿਆਲਪੁਰੀਆ ਕਰਦਾ ਟਰਾਈਆਂ ਦਿਆਲਪੁਰੀਆ ਸਾਕਾ ਨਹੀਂ ਅੱਫਾ ਲਾ ਸਕਿਆ ਤੇ ਪੁਆਇੰਟ ਰੇਡਰ ਦੇ ਹਿੱਸੇ ਅਗਲੀ ਰੇਡ ਭੰਗਮਾ ਵਾਲਾ ਵਿੱਕਾ ਪਾਉਂਦਾ ਹੈ ਸਾਹ ਪਿੰਡਰ ਕਨੇਡਾ ਹਰਜੀਤ ਗਿੱਲ ਡੈਨਮਾਰਕ ਹੈਰੀ ਮੁੰਡੀ ਕਰਾਲ ਯੂ ਐਸ ਏ ਮੋਪੀ ਮਹਿਤਾ ਕਨੇਡਾ ਉਹ ਮਾਣ ਕਰਦਾ ਆ ਭੰਗਮਾ ਵਾਲੇ ਵਿੱਕੇ ਤੇ ਪਰ ਹਸੈਨ ਗੁੱਜਰ ਨਹੀਂ ਜਫਾ ਲਾ ਸਕਿਆ ਪੁਆਇੰਟ ਰੇਡਰ ਦੇ ਹਿੱਸੇ
ਧਾਵੀ ਨਹੀਂ ਸੀ। ਰਮਨ ਕਲੇਰ ਜੁਕੇ, ਜੈਦੀਪ ਆਸਟ੍ਰੇਲੀਆ, ਜਗਦੀਪ ਜਟਰੇਲੀਆ, ਉਹਨਾਂ ਦਾ ਚਹੇਤਾ ਅੰਮ੍ਰਿਤਸਰ ਪ੍ਰੀਆ ਹਰਮਨ ਵਧੀਆ ਹੋਇਆ ਕਬੱਡੀ ਪਾਉਣ ਦੇ ਲਈ। ਚਾਰੇ ਤਿਆਰੀ ਦੇ ਵਿੱਚ ਪਰਲੀ ਦੇ ਪ੍ਰੀਤ ਹੈ, ਲੱਦੂ ਵਾਈਆ ਆ ਸਾਕਾ ਦਿਆਲ ਪ੍ਰੀਆ ਮੇਰੇ ਵੀਰੇ, ਇਹ ਦਿਆਲ ਪ੍ਰੀਆ ਸਾਕਾ ਜਦੋਂ ਜੱਫਾ ਲਾਉਂਦਾ ਫਿਰ ਪੌਣ ਗਾਉਂਦੀ ਗੀਤ ਹੁੰਦੀ ਹੈ। ਖਿਡਾਰੀਆਂ ਨੇ ਮਾਪੇ ਧੰਨ ਦੇ ਦਿਆਲ ਪ੍ਰੀਏ ਸਾਕੇ ਦੇ ਜੱਫਿਆਂ ਨੂੰ, ਲੋਕ ਮੰਨਦੇ ਲੋਕ ਮਨਾ ਦਿੱਤੇ ਆ ਮੁੰਡੇ ਨੇ। ਲਓ ਸਾਹਮਣੇ ਤੇਜਪਾਲ ਸੁਰ ਸਿੰਘ ਵਾਲਾ ਹੈ, 18 ਸਾਲ ਉਮਰ ਹੈ ਮੁੰਡੇ ਦੀ, ਸਾਹਮਣੇ ਤਿਆਰ ਹੈ ਮੇਰੇ ਮਿੱਤਰੋ। ਮਲ ਚੋਟੀ ਦਾ ਕਾਹਦਾ ਬਾਲਾ ਚੋਟੀ ਦਾ ਬੰਨਾ ਹੈ, ਇਹ ਲੱਦੂ ਵਾਲੇ ਪ੍ਰੀਤ ਦਾ ਚੇਲਾ ਹੈ। ਮੈਂ ਚਾਹੁੰਦਾ ਸੀ ਅੱਧ ਜੇ ਚ ਦੱਸਦੇ ਜਾ ਕੇ, ਪਰ ਮੁੰਡੇ ਦੀ ਖੇਡ ਵੇਖ ਕੇ ਪਹਿਲਾਂ ਹੀ ਨਾਂ ਸਾਹਮਣੇ ਆ ਗਿਆ ਕਿ ਲੱਦੂ ਵਾਲੇ ਪ੍ਰੀਤ ਦਾ ਚੇਲਾ। ਸਾਹਮਣੇ ਮਿੱਤਰੋ ਤੇਜਪਾਲ ਸੁਰ ਸਿੰਘ ਵਾਲਾ, ਦੂਜੇ ਪਾਸੇ ਬਿਠਵਾ ਪਿੰਡ ਦਾ ਸੇਬੂ ਹੈ, ਧੰਮੇ ਦਾ ਵੀਰ ਹੈ, ਮਨੂ ਮਛਾਣੇ ਵਾਲਾ ਦਾ ਵੀਰ ਹੈ, ਮੋਟਰਸਾਈਕਲ ਜਿੱਤਿਆ ਤੇਜਪਾਲ ਨੇ ਜਿੱਤਣੇ ਆ। ਆਹ ਲੱਦੂ ਵਾਲੇ ਪ੍ਰੀਤ ਦੇ ਚੇਲੇ ਨੇ ਮੋਟਰਸਾਈਕਲ ਜਿੱਤਣੇ, ਬਾਬਾ ਮੇਰਾ ਰੱਖੇ ਕੈਂਠੇ ਟਰੈਕਟਰ ਕਈ ਕੁਝ ਚਿੱਤਰ ਤੰਦਰੁਸਤੀਆਂ ਰੱਖੇ। ਘੋੜਾ 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 ਆ ਗਿਆ, ਕੌਣ ਘੋੜੇ ਤੇ ਕਾਠੀ ਪਾਵੇਗਾ। ਬਹੁਤੀ ਬਣੀ ਹੋਈ ਸੋਹਣੀ ਚੈਨ ਦੇ ਵਿੱਚੋਂ ਕੌਣ ਗੁੱਟ ਫਿਰਦਾ, ਕੌਣ ਲੱਤੀ ਲੱਗਦਾ, ਕੌਣ ਪੱਟੀ ਲੱਗਦਾ। ਦਿਆਲ ਪ੍ਰੀਏ ਸਾਕੇ ਦੀ ਇੱਕ ਝੱਥ ਲਾਇਆ ਮੁੰਡੇ ਨੇ, ਪਾਇੰਟ ਰੇਡਰ ਦੇ ਸੇ ਹੈ, ਚੌਂਤਰੇ ਵਾਲਾ ਘੱਦਾ, ਕੱਲਾ ਕੱਲਾ ਮਸਲ ਪਿੰਡੇ ਦੇ ਗੀਤ ਗਾਉਂਦਾ ਹੈ ਕਿ ਸੂਕਦੇ ਹੀ ਆਉਂਦੇ ਸੂਕਦੇ ਹੀ ਜਾਂਦੇ ਨੇ, ਲਾ ਲਾ ਕੇ ਸਾਲਾ ਜਦੋਂ ਵਾਰਮ ਅਪ ਹੁੰਦੇ ਵੀ ਖੇਡਦੇ ਕਬੱਡੀ ਨੇ ਪੰਜਾਬੀਆਂ ਦੇ ਮੁੰਡੇ, ਹੋ ਜਾਂਦੀ ਪੂਰੀ ਬੱਲੇ ਬੱਲੇ। ਆਹ ਮੁੰਡੇ ਦੇ ਕਹਿੰਦੇ ਮੰਨੂ ਕਲੇਰਾਂ ਵਾਲਾ ਆਸਟ੍ਰੇਲੀਆ ਰਹਿੰਦਾ, ਉਹ ਮਾਣ ਕਰਦਾ ਮੰਨੂ ਕਲੇਰ ਆਸਟ੍ਰੇਲੀਆ, ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਮੈਲਬੋਰਨ ਆਸਟ੍ਰੇਲੀਆ ਦਾ ਥੰਮ ਪ੍ਰਮੋਟਰ ਆ ਮੇਰੇ ਵੀਰੋ। ਪਾਲ ਢਿਲਵਾਂ ਵੱਲ ਦੇ ਨਾਲ ਯਾਰੀ ਹੈ ਜਿਹੜੇ ਪੱਕੇ ਤੌਰ ਤੇ ਆਸਟ੍ਰੇਲੀਆ ਜਾ ਵਸੇ ਹੈ। ਰੇਡ ਪਾਉਣ ਦੇ ਲਈ ਅੰਮ੍ਰਿਤ ਦਿਓਲ ਤਿਆਰ ਹੈ, ਸਾਹਮਣੇ ਕਾਜੀ ਨੰਗਲੀਏ ਮੰਨੇ ਦਾ ਕਹਿੰਦੇ ਸਾਹਮਣੇ ਭਰਾ ਕਬੱਡੀ ਪਾਉਂਦਾ ਮੇਰੇ ਮਿੱਤਰੋ। ਮਲ ਸਾਹਮਣੇ ਚੋਟੀ ਦੇ ਵੇਖਾਂਗੇ, ਸਾਰੇ ਹੀ ਚੋਟੀ ਦੇ ਨੇ, ਜੇ ਕਿਧਰੇ ਲੱਦੂ ਵਾਲਾ ਪ੍ਰੀਤ ਟੱਕਰ ਦੇਵੇ ਤੇ ਪਾਤਾਂ ਮੇਰੇ ਮਿੱਤਰੋ ਨਿਆਰੀਆਂ ਹੋ ਜਾਣੀਆਂ, ਤੇ ਜੇ ਕਿਧਰੇ ਸ਼ਾਕਾ ਤਿਆਲਪੁਰੀਆ ਹੱਥ ਛਡਾ ਕੇ ਲੱਤੀ ਲੱਗ ਗਿਆ, ਨੰਬਰ ਨੰਬਰ ਵੇਖਾਂਗੇ। ਪਰ ਪਿਆਰ ਦੇ ਨਾਲ ਸੋਹਣਿਓ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੀਰਿਓ, ਮੈਂ ਦਿਲੋਂ ਧੰਨਵਾਦ ਕਰਾਂਗਾ ਤਨ ਸੰਤ ਬਾਬਾ ਸਬੀਲ ਵਾਲਿਆਂ ਦੇ ਨਾਂ 'ਤੇ, ਔਰ ਬਹੁਤ ਵੱਡਾ ਪਿਆਰ ਸਤਿਕਾਰ ਜਿਹੜਾ ਸਰਦਾਰ ਓਕਾਰ ਸਿੰਘ ਜੀ ਪੱਟੀ ਅਤੇ ਸਰਦਾਰ ਰਘਵੀਰ ਸਿੰਘ ਜੀ ਰਾਜੂ ਮੁਰਾਦਪੁਰਾ ਉਹਨਾਂ ਵੱਲੋਂ ਵੱਡੇ ਮਾਣ ਸਨਮਾਨ ਪਹੁੰਚੇ, ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਾਂਗੇ। ਚੋਟੀ ਦਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ, ਮੈਂ ਦਿਲੋਂ ਧੰਨਵਾਦ ਕਰਾਂਗਾ। ਅਸੀਂ ਰਿੜੀ ਇਹਨਾਂ ਵੀਰਾਂ ਦੇ ਤੇਜਵੀਰ ਸਾਡੇ ਭਰਾ ਵੱਲੋਂ ਪਹਿਲਾਂ ਵੀ ਵੱਡਾ ਪਿਆਰ ਪੰਜਾਬੀ ਮਾਂ ਬੋਲੀ ਦਾ, ਅਤੇ ਫਿਰ ਵੱਡਾ ਮਾਣ ਜਿਹੜਾ ਹੈ ਪਹੁੰਚਿਆ ਮੈਂ ਰਿੜੀ ਇਹਨਾਂ ਵੀਰਾਂ ਦਾ। ਲਓ ਰੇਡ ਪਾਉਣ ਦੇ ਲਈ ਆ ਕੌਣ ਆ ਗਿਆ, ਨਵੇਂ ਪਿੰਡ ਵਾਲਾ ਮਨਜੀਤ ਘੁੰਮਦੀ ਹੋਈ ਚੈਨ ਹੈ, ਚਾਰ ਗੱਭਰੂ ਤਿਆਰੀ ਦੇ ਵਿੱਚ। ਕੁਲਦੀਪ ਵੇਖ ਮੁੰਡੇ ਦੇ ਸਰੀਰ 'ਚ ਕਿੰਨੀ ਕੁ ਜਾਨ ਆ, ਕਰ ਚੈੱਕ ਪਰ ਖਜਾਲੇ ਵਾਲਾ ਜਮੇਰ ਨਹੀਂ ਜਫਾ ਲਾ ਸਕਿਆ। ਮੈਗਾ ਸਿਟੀ ਸਪੋਰਟਸ ਕਬੱਡੀ ਕਲੱਬ ਵੱਲੋਂ ਖੇਡਿਆ ਕੈਨੇਡਾ ਦੀਆਂ ਗਰਾਊਂਡਾਂ ਦੇ ਵਿੱਚ, ਕੁਲਵੰਤ ਸਿੰਘ ਰੰਧਾਵੇ ਦੀ ਸਪੌਂਸਰ ਤੇ ਰਮਦਾਸ ਵਾਲਾ ਸੱਤਾ ਮਾਣ ਕਰਦਾ ਆ ਮੁੰਡੇ ਦੇ ਰੇਡ ਪਾਉਣ ਦੇ ਲਈ। ਆ ਗਿਆ ਪੱਟ ਵੇਖੋ ਮੁੰਡੇ ਦੇ,
ਪੱਟਾਂ ਦੀ ਤਿਆਰੀ ਵੇਖੋ, ਆਹ ਧੰਮੇ ਦਾ ਵੀਰ ਕੋਡੀ ਪਾਉਂਦਾ ਹੈ, ਮੱਛਾਂ ਨੇ ਵਾਲੇ ਮਨੂ ਦਾ ਵੀਰ ਕੋਡੀ ਪਾਉਂਦਾ ਹੈ, ਸ਼ਾਲੂ ਦਾ ਵੀਰ ਛੋਟਾ ਕਬੱਡੀ ਪਾਉਂਦਾ ਹੈ। ਮੇਰੇ ਮਿੱਤਰੋ ਆਹ ਮੱਲਾਂ ਦੇ ਚਰਜੇ ਹੈ, ਬਿੱਕਾ ਸਾਹਮਣੇ ਤਿਆਰ ਹੈ, ਅਤੇ ਜੇ ਕਦਰੇ ਬਿੱਠਵਾਂ ਵਾਲਾ ਸ਼ੇਬੂ ਡੱਕ ਜੇ ਤਾਂ ਮੇਰੇ ਮਿੱਤਰੋ ਗੱਲਾਂ ਬਣ ਜਾਣੀਆਂ। ਸ਼ਿਕਾਰਾਂ ਵਾਲੇ ਕੁਲਦੀਪ ਨੇ ਕਹਿੰਦੇ ਕਹਾਉਂਦੇ ਪੁੱਠੇ ਕੀਤੇ ਹੈ, ਅਜਮੇਰ ਇੰਗਲੈਂਡ ਖੇਡਿਆ ਅਤੇ ਗੱਲਾਂ ਕਹਿੰਦੇ ਬਟੇਨ 'ਚ ਹੋ ਗਈਆਂ, ਪਰ ਇੱਧਰਲੇ ਪਾਸੇ 26 ਤਰੀਕ ਨੂੰ ਹਰਪਾਲ ਸਿੰਘ ਭਾਲੇ ਹੋਣਾ ਦੋ ਮੋਟਰਸਾਈਕਲ ਬੈਸਟਾਂ ਨੂੰ ਰੱਖੇ ਪੇਰ ਕੇ ਆਹ ਮਰਨੇ ਇੱਕ ਜਿੱਤਿਆ ਹੈ। ਆਹ ਵੇਖੋ ਸਾਹਮਣੇ, ਆਹ ਪੱਲੇ 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 ਮਹਾਂਪੁਰਖਾਂ ਦੇ ਚੜ੍ਹਦੀ ਕਲਾ ਦੀ ਅਰਦਾਸ ਤੇ ਵੱਡੇ ਪਿਆਰ ਭੇਜੀ ਹੈ। ਸਤਪਾਲ ਕੱਕਰ ਰੇਡ ਪਾਉਣ ਦੇ ਲਈ ਵਾਧਾ ਹੋਇਆ, 4 ਗੱਭਰੂ ਹੈ, 1 ਕੰਨੀ ਤੇ ਪ੍ਰੀਤ ਹੈ। ਆਹ ਵੇਖਾਂਗੇ ਟੱਕਰ ਕਿਹਦੇ ਨਾਲ ਹੁੰਦੀ ਹੈ, ਘੁੰਮਦੀ ਹੋਈ ਚੈਨ ਹੈ ਮੈਨੂੰ ਲੱਗਦੀ ਗੱਲ, ਇਹ ਪ੍ਰੀਤ ਹੈ। ਆਹ ਟੱਕਰ ਤੇ ਚੱਕਰ ਕਦੇ 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 ਦੇਖਣ ਨੂੰ ਮਿਲਦੇ ਆ, ਪਰ ਪੁਆਇੰਟ ਰੇਡਰ ਦਾ ਪੁਆਇੰਟ ਧਾਵੀ ਦਾ, ਧਾਵੀ ਦੇ ਖਾਤੇ ਜਾ ਜੁੜੇ। ਵਾਹ ਪ੍ਰੀਤ ਪਿਆਰ ਦਿੱਤਾ, ਪ੍ਰੀਤ ਨੇ ਕਿਹਾ ਨੰਬਰ 13 ਲਾ ਸਾਹਮਣੇ। ਲਾ ਵੀ ਦਰਸ਼ਕ ਵੀਰੋ ਜੇ ਆਹ ਮੁੰਡੇ ਦੀ ਖੇਡ ਪਾਕੇ ਪਿਆਰੀ ਲੱਗਦੀ, ਦਿਲੋਂ ਤੜੀ ਮਾਰਿਓ ਮੇਰੇ ਭਰਾ ਬਣ ਕੇ, ਹੌਸਲਾ ਦੇ ਦਿਓ। ਨਵਾਂ ਜਿਹਾ ਮੁੰਡਾ ਹੈ, ਨਵਾਂ ਜਿਹਾ ਮੁੰਡਾ ਲੱਤੂ ਵਾਲੇ ਪ੍ਰੀਤ ਦਾ ਚੇਲਾ ਹੈ, ਜੰਡ ਪਿੰਡ ਦੇ ਸੱਦੇ 4 ਤਰੀਕ ਨੇ, ਹਰਵਿੰਦਰ ਜੰਡ ਭਰਾ ਸੱਦੇ ਦਿੰਦਾ ਹੈ। ਸਾਹਮਣੇ ਵੇਖੋ ਮੱਲਾਂ ਦੇ ਨਾਲ ਟੱਕਰ, ਆਹ ਛੋਟੇ ਜਿਹੇ ਕੱਦ ਵਾਲਾ ਜਿਗਰਾ ਵੇਖੋ ਮੁੰਡੇ ਦਾ, ਜੀਦਾਰੀ ਵੇਖੋ ਮੁੰਡੇ ਦੀ, ਆਹ ਤਿਆਰੀ ਵੇਖੋ ਮੁੰਡੇ ਦੀ। ਨਹੀਂ ਉਹ ਰੀਸਾ ਸਰਦਾਰ ਕੁਲਦੀਪ ਸਿੰਘ ਜੀ ਭੁੱਲਰ ਸਾਹਿਬ ਬਹੁਤ ਵੱਡੇ ਪਿਆਰ ਸਤਿਕਾਰ ਜਿਹੜੇ ਹੈ, ਔਰ ਬਾਬਾ ਰਾਮ ਸਿੰਘ ਜੀ ਦੀ ਚੜ੍ਹਦੀ ਕਲਾ ਦੇ ਲਈ ਉਹਨਾਂ ਵੱਲੋਂ ਪਹੁੰਚੇ ਆਪਾਂ ਦਿਲੋਂ ਧੰਨਵਾਦ ਕਰਾਂਗੇ। ਵੱਡਾ ਮੈਚ ਕਬੱਡੀ ਦਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ, ਵੱਡਾ ਮੈਚ ਖੇਡਿਆ ਜਾ ਰਿਹਾ ਥੋੜਾ ਪਿਆਰ ਦੇ ਨਾਲ। ਉਧਰ ਸਾਜੂ ਅਮਰੀਕਾ ਤੋਂ, ਸਾਜੂ USA ਰਹਿੰਦਾ, USA ਯੂਨਾਈਟਿਡ ਸਟੇਟ ਆਫ ਅਮਰੀਕਾ, ਜੇ ਰੱਬ ਤੋਂ ਪਰੇ ਕਿਸੇ ਦੀ ਚੱਲਦੀ ਹੈ ਨਾ ਉਹ ਅਮਰੀਕਾ ਦੀ ਚੱਲਦੀ ਹੈ, ਸਾਰਿਆਂ ਦੇਸ਼ਾਂ ਦਾ ਸਰਪੰਚ ਦੇਸ ਅਮਰੀਕਾ, ਤੇ ਸਾਜੂ ਸਾਡਾ ਭਰਾ ਪੱਕੇ ਤੌਰ ਤੇ ਅਮਰੀਕਾ ਜਾ ਵਸਿਆ। ਵੱਡੇ ਪਿਆਰ ਪਹੁੰਚੀ ਹੈ ਪੰਜਾਬੀ ਮਾਂ ਬੋਲੀ ਲਈ, ਪਰ ਸਾਹਮਣੇ ਆ ਰੇਡ ਪਾਉਣ ਦੇ ਲਈ ਆ ਨੌਜਵਾਨ ਜਿਹੜਾ ਕਬੱਡੀ ਪਾਉਂਦਾ ਮਿਸ਼ਰ ਪਰੀਆ ਹਰਮਨ, ਆ ਵੇਖਾਂਗੇ ਇੱਕ ਪਾਸੇ ਉਹ ਨਹੀਂ ਉਹ ਰੀਸਾ, ਵਾਹ ਮਿਸ਼ਰਪੁਰੇ ਵਾਲੇ ਸੋਹਣੀ ਖੇਡ ਦਾ ਮਾਲਕ ਹੈ ਮੱਲ, ਬਾਕੀ ਕਮਾਲ ਦੀ ਖੇਡ ਵਿਖਾ ਰਿਹਾ ਹੈ। ਇੱਧਰਲੇ ਪਾਸੇ ਚੌਂਤਰੇ ਪਿੰਡ ਦਾ ਕੱਦ ਹੈ, ਪੜਤੇ ਥਾਪੀ ਮਾਰਤੀ ਹੈ ਮੁੰਡੇ ਨੇ, ਹੁਸੈਨ ਸਿਆਂ ਹੋ ਜਾ ਤਕੜਾ ਮੱਲਾ, ਲਾ ਜੱਫਾ ਕਰਾ ਬੱਲੇ ਬੱਲੇ, ਦੱਸੀ ਮੁਰਾਦਪੁਰੇ ਪਿੰਡ ਵਾਲਿਆਂ ਨੂੰ ਕਿ ਤੇਰੇ ਚਰਚੇ ਹੁਣ ਹੋ ਗਏ ਹੈ, ਤੂੰ ਪ੍ਰਮੋਟਰਾਂ ਦੀ ਨਿਗਾਹ 'ਚ ਚੜ੍ਹ ਗਿਆ, ਤੇਰੇ ਪਾਸਪੋਰਟ ਦੀਆਂ ਵੈਰੀਫਿਕੇਸ਼ਨਾਂ ਮੱਲਾ ਹੋ ਗਈਆਂ ਨੇ, ਜੇ ਰੱਬ ਨੇ ਚਾਹਿਆ ਤੇ ਜਹਾਜ਼ ਦੀ ਬਾਰੀ ਨੂੰ ਕਾਹਦਾ ਸੀਟਾਂ 'ਤੇ ਹੀ ਬਹਿਣਾ ਹੈ ਸਿੱਧਾ, ਬਾਰੀਆਂ ਨੂੰ ਹੱਥ ਉਹਨਾਂ ਦੇ ਪੈਂਦੇ ਹੈ ਜਿਹੜੇ ਭੁੱਲ ਭੁਲੇਖੇ ਜਾਂਦੇ ਹੈ, ਅਤੇ ਜਿਹੜੇ ਹਿੱਕ ਦੇ ਜ਼ੋਰਾਂ ਨਾਲ ਜਾਂਦੇ ਹੈ ਉਹ ਸੀਟਾਂ 'ਤੇ ਬਹਿ ਕੇ ਜਾਂਦੇ ਹੈ। ਸਾਹਮਣੇ ਪੈਂਦੀ ਕਬੱਡੀਆਂ ਮੇਰੇ ਮਿੱਤਰੋ, ਵੇਖੋ ਸਾਹਮਣੇ ਘੋੜਾ ਤਿਆਰ ਹੈ, ਆਹ ਮੱਲ ਦੇ ਚਰਚੇ ਸਾਹਮਣੇ ਵੇਖਾਂਗੇ, ਇੱਕ ਪਾਸੇ ਚੋਟੀ ਦੇ ਮੱਲਾਂ ਦੇ ਵਿੱਚ ਚਿੱਕਰ ਮੱਲ ਦਾ ਹੁੰਦਾ, ਵੇਖੋ ਸਾਹਮਣੇ ਘੋੜਾ ਟੱਕਰ ਨੰਬਰ। ਉਧਰ ਸਾਡੇ ਸਰਦਾਰ ਕੁਲਦੀਪ ਸਿੰਘ ਜੀ ਮੇਰੇ ਵੀਰੇ ਮਿੱਠੂ ਅੰਮ੍ਰਿਤਸਰ ਤੋਂ, ਔਰ ਬੜੀ ਕਿਰਪਾ ਹੈ, ਔਰ ਸਿਮਰਨ ਸੰਘੇੜਾ ਪੱਕੇ ਤੌਰ 'ਤੇ USA ਜਾ ਵਸਿਆ, ਅਤੇ ਗੋਪੀ ਸੰਘੇੜਾ USA ਰਹਿੰਦੇ ਨੇ, ਅਮਰੀਕਾ ਰਹਿੰਦੇ ਨੇ, ਕਿ ਜੱਟ ਕੋਲੋਂ ਘਾਟ ਨਹੀਂ ਹੋ
ਪੈਸੇ ਧੇਲੇ ਦੀ ਉੱਚੀ ਆ ਹਵੇਲੀ ਅਮਰੀਕਾ ਵਾਲੇ ਦੀ ਬੜੀ ਕਿਰਪਾ ਅੱਜ ਸਾਡੇ ਭਰਾ ਸਿਮਰਨ ਸੰਘੇ ਰਾਜੂ ਐਸੇ ਤੇ ਗੋਪੀ ਸੰਘੇ ਰਾਜੂ ਐਸੇ ਨਵੇਂ ਪਿੰਡ ਵਾਲਾ ਮਨਜੀਤ ਇੱਕ ਇੱਕ ਦਾ ਵੱਧ ਆਪਣੀ ਟੀਮ ਦੇ ਕਰਦਾ ਹੋਇਆ ਉੱਧਰ ਲੱਤੂ ਵਾਲਾ ਪ੍ਰੀਤ ਜੱਫਾ ਲਾ ਦੇਵੇ 500 ਰੁਪਇਆ ਸਾਡੇ ਤੇਜਾ ਸਿੰਘ ਜੀ ਉਹਨਾਂ ਦੇ ਪੋਤੇ ਵੱਲੋਂ ਹੋਣਾ ਹੈ ਵੀ ਲੱਤੂ ਵਾਲਿਆ 500 ਮੇਰੇ ਕੋਲੇ ਆ ਗਿਆ ਮੱਲਾ ਲਾ ਜੱਫਾ ਕਰਾ ਦੇ ਧੰਨ ਧੰਨ ਨਾ ਮੰਨਾ ਵੇਖੋ ਸਾਹਮਣੇ ਮੇਰੇ ਮਿੱਤਰੋ ਇੱਕ ਪਾਸੇ ਲੱਤੂ ਵਾਲਾ ਪ੍ਰੀਤ ਹੈ ਨਾਲ ਦਿਆਲਪੁਰੀਆ ਇਸ਼ਾਕ ਹੈ ਨਾਲ ਕਹਿੰਦੇ ਪਗਲਾ ਰਾਏ ਪਿੰਡ ਦਾ ਸ਼ਿੰਦੂ ਹੈ ਤੇ ਤਾਸ਼ਪੁਰੀਆ ਕੋਰਾ ਹੈ ਲੱਤੂ ਵਾਲੇ ਪ੍ਰੀਤ ਦੇ ਗੱਲਾਂ ਹੋਣੀਆਂ ਹੈ ਲੱਤੂ ਵਾਲੇ ਪ੍ਰੀਤ ਤੇ ਮੇਲਾ ਮੁੱਕਣਾ ਹੈ ਲੱਤੂ ਵਾਲੇ ਪ੍ਰੀਤ ਤੇ ਗੱਲਾਂ ਲਓ ਸਾਹਮਣੇ ਏ ਪੱਚ 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 ਪੱਲੇ ਪਾਵੇ ਅੰਮ੍ਰਿਤ ਸਿੰਘ ਨਹੀਂ ਤਾਂ ਪੱਟ ਤੋਂ ਚਗਾਰ ਜੱਟੀਏ ਭੰਗਵਾਂ ਵਾਲਾ ਬਿੱਕਾ ਆ ਗਿਆ ਉਧਰ ਸਾਡਾ ਭਰਾ ਮਨਪ੍ਰੀਤ ਮੰਗਾ ਵੀਰ ਵੱਡੇ ਪਿਆਰ ਭੇਜੀ ਹੈ ਸੰਤਾਂ ਮਹਾਂਪੁਰਖਾਂ ਦੀ ਚੜ੍ਹਦੀ ਕਲਾ ਦੇ ਲਈ ਮੇਰੇ ਵੀਰੋ ਮੁੱਖ ਸੇਵਾਦਾਰ ਬਾਬਾ ਰਾਮ ਸਿੰਘ ਜੀ ਦੀ ਚੜ੍ਹਦੀ ਕਲਾ ਦੇ ਲੈਣਾ ਤੇ ਆ ਟੱਕਰ ਕੁਲਦੀਪ ਕੀਪੇ ਨਾਲ ਕਿ ਤੇਰੇ ਕੀ ਲੱਗਦੇ ਜਿਹੜੇ ਚਿੱਟੇ 500 ਰੁਪਇਆ ਮੇਰੇ ਕੋਲੇ ਤੇਜਾ ਸਿੰਘ ਜੀ ਦਾ ਪੁੱਜਾ ਹੈ ਜਦੋਂ ਲੱਤੂ ਵਾਲਾ ਪ੍ਰੀਤ ਜੱਫਾ ਲਾਵੇਗਾ 500 ਰੁਪਇਆ ਆਪਾਂ ਦੇਵਾਂਗੇ ਮੇਲਾ ਬੜਾ ਸੋਹਣਾ ਚੱਲ ਰਿਹਾ ਹੈ ਦਰਸ਼ਕ ਵੀਰਾਂ ਦਾ ਧੰਨਵਾਦ ਤੇ ਸਤਿਕਾਰ ਹੈ ਬਈ ਨੰਬਰਾਂ ਦਾ ਵੇਰਵਾ ਆਪਾਂ ਦੱਸੀਏ ਵੀ ਕਿੰਨੇ ਕਿੰਨੇ ਨੰਬਰ ਹੈ ਟੀਮਾਂ ਦੋਵੇਂ ਤਕੜਾ ਖੇਡੀਆਂ ਮਰਾਦਪੁਰੇ ਪਿੰਡ ਦਾ ਮੇਲਾ ਧੰਨ ਧੰਨ ਬਾਬਾ ਸ਼ਬੀਲ ਵਾਲਿਆਂ ਦੀ ਵੱਡੀ ਕਿਰਪਾ ਹੈ ਮਹਾਂਪੁਰਸ਼ ਬਾਬਾ ਰਾਮ ਸਿੰਘ ਜੀ ਮੁੱਖ ਸੇਵਾਦਾਰ ਨੇ ਉਹਨਾਂ ਦਾ ਸਤਿਕਾਰ ਹੈ ਉੱਧਰ ਤੋਤਾ ਸਿੰਘ ਵਾਲੇ ਦੇ ਨੰਬਰ ਸੁਣਿਓ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲੇ ਦੇ ਨੰਬਰ 18 ਨੇ ਅਤੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਨੜਾਂਵਾਲੀ ਦੇ ਨੰਬਰ 24.5 ਨੇ ਇੱਕ ਹੋਲਡ ਹੈ ਉਹਦਾ ਲੇਖਾ ਜੋਖਾ ਬਾਅਦ ਵਿੱਚ ਕੀਤਾ ਜਾਵੇਗਾ ਤਕੜਾ ਮੈਚ ਉੱਧਰ ਗਗਨ ਸੋਲ ਸਾਡਾ ਭਰਾ ਮੇਰੇ ਵੀਰੋ ਬਹੁਤ ਵੱਡਾ ਪਿਆਰ ਜਿਹੜਾ ਉਹ ਵੱਡਾ ਮਾਣ ਪੰਜਾਬੀ ਮਾਂ ਬੋਲੀ ਦੇ ਲਈ ਆਇਆ ਸੰਤਾਂ ਮਹਾਂਪੁਰਖਾਂ ਦੀ ਚੜ੍ਹਦੀ ਕਲਾ ਦੇ ਨਾਂ ਤੇ ਮੁੱਖ ਸੇਵਾਦਾਰ ਬਾਬਾ ਰਾਮ ਸਿੰਘ ਜੀ ਬੜੀ ਪਾਰ ਕਿਰਪਾ ਧੰਨ ਧੰਨ ਸੰਤ ਬਾਬਾ ਸਬੀਲ ਵਾਲਿਆਂ ਦੀ ਮੇਰੇ ਵੀਰਿਓ ਸੰਤਾਂ ਮਹਾਂਪੁਰਖਾਂ ਦੇ ਬੜੀ ਅਪਾਰ ਕਿਰਪਾ ਔਰ ਸਾਡੇ ਮੁੱਖ ਸੇਵਾਦਾਰ ਬਾਬਾ ਰਾਮ ਸਿੰਘ ਜੀ ਕਿ ਜੰਗਲਾਂ ਵਿੱਚ ਮੰਗਲ ਕਰ ਦਿੰਦੇ ਜਿੱਥੇ ਹੋਵੇ ਬਾਦਸ਼ਾਹ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਹੈ ਕੀਤਾ ਅਰਦਾਸਾ ਸੰਤਾਂ ਦਾ ਬੜੀ ਪਾਰ ਕਿਰਪਾ ਸੰਤਾਂ ਮਹਾਂਪੁਰਖਾਂ ਦੀ ਮੇਰੇ ਵੀਰਿਓ ਇਸ ਇਲਾਕੇ ਦੇ ਉੱਪਰ ਬੜੀ ਪਾਰ ਕਿਰਪਾ ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਇਹ ਚਰਨ ਸੋ ਪ੍ਰਾਪਤ ਧਰਤੀ ਗੱਦੀ ਨਸੀਰ ਬਹੁਤ ਪਾਰ ਕਿਰਪਾ ਅੱਜ ਇਸ ਧਰਤੀ ਤੇ ਅਸੀਂ ਦਿਲੋਂ ਧੰਨਵਾਦ ਕਰਾਂਗੇ ਆ ਰੇੜ ਪਾਉਣ ਦੇ ਲਈ ਵਿਸਾਲ ਤੇਜਪਾਲ ਸੁਰ ਸਿੰਘੀਆ ਆ ਗਏ ਆ ਤੇਜਪਾਲ ਸੁਰ ਸਿੰਘੀਆ ਆ ਗਏ ਤੇਜਪਾਲ ਸੁਰ ਸਿੰਘੀਆ ਤੇਜਪਾਲ ਸੁਰ ਸਿੰਘੀਆ ਤੇਜਪਾਲ ਸੁਰ ਸਿੰਘ ਪਿੰਡ ਵਾਲਾ ਹੈ ਇਹਦਾ ਨਾਮ ਹੈ ਤਾਂ ਲਿਆ ਮੁੰਡਿਆ ਤਗੜਾ ਹੋ ਜਾ ਆ ਤੇਰੇ ਨਾਂ ਤੇ ਗੱਲ ਚੇਲਾ ਪ੍ਰੀਤ ਦਾ ਹਰਪ੍ਰੀਤ ਸਿੰਘ ਜੀ ਮੇਰੇ ਵੀਰੇ ਪੱਟੀ ਤੋਂ ਨਿਊਜ਼ੀਲੈਂਡ ਜਾ ਵਸਿਆ ਭਰਾ ਮੇਰੇ ਵੀਰੇ ਨਿਊਜ਼ੀਲੈਂਡ ਦਾ ਆਕਲੈਂਡ ਸ਼ਹਿਰ ਬੜਾ ਪਿਆਰਾ ਸ਼ਹਿਰ ਹੈ ਉੱਥੇ ਰਹਿੰਦਾ ਸਾਡਾ ਭਰਾ ਮਾਣ ਵਾਲੀ ਗੱਲ ਹੈ ਪਰ ਸਾਹਮਣੇ ਸਰਨ ਆ ਕਬੱਡੀ ਸੰਨਾ ਪਾਉਂਦਾ ਇਹ ਧੰਮੇ ਦਾ ਵੀਰ ਤੇ ਲੱਦੂ ਵਾਲਿਆ ਪ੍ਰੀਤ ਪਰ ਟੱਕਰ ਕਿਹਦੇ ਨਾਲ ਵਿਕਰਮਜੀਤ ਪੰਧੇਰ ਪੁਆਇੰਟ ਰੇਡਰ ਦਾ ਤੇ ਪੁਆਇੰਟ ਹੋਲਡ ਕਰ ਦਿੱਤਾ ਰੇਡ ਪਾਉਣ ਦੇ ਲਈ ਚੌਂਤਰੇ ਵਾਲਾ ਘੱਦਾ ਮੇਰੇ ਵੀਰੋ ਮੁੱਲ ਪੈਣ ਸਰੀਰਾਂ ਦੇ ਜਿਹੜੇ ਲਾਉਂਦੇ ਮਿਹਨਤ ਉੱਠ ਕੇ ਧੰਨ ਜ਼ੋਰ ਜਵਾਨਾਂ ਦਾ ਆਹ ਲੈਜਣ ਭਰਿਆ ਮੇਲਾ ਲੁੱਟ ਕੇ ਇਹ ਅੜੀਅਲ ਘੋੜੇ ਨੇ ਕਰ ਹੀ ਜਾਂਦੇ ਨੇ ਮਨਮਾਨੀ ਰਾਜੇ ਖੇਲੇ ਹੱਟ ਪਿੱਛੇ
ਲੱਡੀਆਂ ਪਾਉਂਦੀ ਫਿਰੇ ਜਵਾਨੀ। ਥੋੜਾ ਪਿਆਰ ਨਾਲ ਸੁਣਿਓ, ਬੜੇ ਪੱਟੇ ਵੱਡੇ ਮੱਲ ਅੱਜ ਦੇ ਵੱਡੇ ਖੇਡ ਮੇਲੇ ਦੇ ਨਾਲ ਜੁੜੇ। ਉੱਧਰ ਵੱਡਾ ਧੰਨਵਾਦ ਸੰਨੀ ਬਾਸੀ ਸਾਡਾ ਦੇ ਨਾਲ, ਮਲਕੀਤ ਕਵੈਤ ਵਾਲਾ ਭਰਾ ਸਾਡਾ, ਯਾਰ ਪੁਰਾਣੇ ਨੇ, ਕਹਿੰਦਾ ਯਾਰੀਆਂ ਪੁਰਾਣੀਆਂ ਨੇ, ਦਿਲੋਂ ਨੇ ਕਮਾਈਆਂ, ਘਾਟੇ ਵੀ ਝੱਲੇ ਨੇ, ਬਸ ਫਾਇਦਿਆਂ ਨੂੰ ਨਹੀਂ ਲਾਈਆਂ। ਇਹ ਯਾਰੀਆਂ ਪੁਰਾਣੀਆਂ ਨੇ, ਦਿਲੋਂ ਨੇ ਕਮਾਈਆਂ, ਘਾਟੇ ਵੀ ਝੱਲੇ ਨੇ, ਬਸ ਫਾਇਦਿਆਂ ਨੂੰ ਨਹੀਂ ਲਾਈਆਂ। ਸੰਨੀ ਬਾਸੀ ਸਾਡਾ ਅਤੇ ਮਲਕੀਤ ਕਵੈਤ ਹਵੇਲੀਆਂ ਵਾਲਾ, ਯਾਰੀਆਂ ਜਿੰਨਾ ਭਰਾਵਾਂ ਦੀਆਂ ਪੁਰਾਣੀਆਂ ਨੇ। ਪਰ ਉੱਧਰਲੇ ਪਾਸੇ ਵੇਖੋ, ਸਤਪਾਲ ਕੱਕਣਾ ਵਾਲਾ ਹੈ, ਲੱਤੂ ਵਾਲਾ ਪ੍ਰੀਤ ਹੈ, ਪੱਟੇ ਮੱਲਾਂ 'ਚ ਚਰਚੇ ਹੁੰਦੇ ਹੈ, ਕਬੱਡੀ ਪਾਉਣ ਲਈ ਨਵੇਂ ਪੰਡੀਆ ਮਨਚੀਤ ਤਿਆਰ ਹੈ, ਗਮਾਨਪੁਰੀਏ ਗਿੰਦੇ ਦਾ ਚਹਿਤ ਹੈ। ਲਾ ਨਵੇਂ ਪਿੰਡ ਵਾਲਾ ਮਨਜੀਤ ਤਿਆਰ ਬਰ ਤਿਆਰ ਹੈ, ਮਾਣ ਵਾਲੀ ਗੱਲ ਹੈ। ਆ ਵਾ ਨਵੇਂ ਪਿੰਡ ਵਾਲਾ ਮਨਜੀਤ, ਨਿੱਕੇ ਜਾਲ ਦਾ ਟੋਰਾਂਟੋ ਸ਼ਹਿਰ ਬੋਲਦਾ ਤੇ ਖੇਡੀ ਹੋਈ ਕਬੱਡੀ ਬੋਲਦੀ, ਪਾਸਾ ਵੱਟ ਕੇ ਨੀ ਰਾਜਾ ਖੇਲਾ ਲੰਘਦਾ। ਉਹ ਮਿੱਤਰਾਂ ਦੇ ਪਿੰਡ ਕੋਲ ਦੀ, ਮਿੱਤਰਾਂ ਦੇ ਪਿੰਡ ਕੋਲ ਦੀ, ਨਵੇਂ ਪਿੰਡ ਵਾਲਿਆ ਪਾ ਕਬੱਡੀ। ਮਨਜੀਤ ਤਿਆਰੀ ਦੇ ਵਿੱਚ, ਨਵੇਂ ਪਿੰਡ ਵਾਲਾ ਮਨਜੀਤ ਤਿਆਰੀ ਦੇ ਵਿੱਚ ਕਿ ਸਾਨੂੰ ਸਮਝੀ ਨਾ, ਅੱਜ ਕੱਲ ਦੇ ਨਿਆਣੇ ਬਲੀਏ ਅਸੀਂ ਖੁੰਗ ਹਾਂ, ਪੁਰਾਣੇ ਬਲੀਏ। ਆ ਵੇਖਾਂਗਾ ਅਰਸਾਲ ਸਾਲੋ ਇੱਕ ਕੰਨੀ ਤੇ ਹੈ ਐਚ ਜੀ ਪੀ ਸੀ ਵੱਲੋਂ ਪੰਜਾਬ ਦੇ ਵੱਡੇ ਵੱਡੇ ਕਬੱਡੀ ਕੱਪਾਂ ਦੇ ਵਿੱਚ ਬੱਲੇ ਬੱਲੇ ਕਰਾਉਣ ਵਾਲਾ ਰਮਨ ਕਲੇਰ ਜੁੱਕੇ ਵਾਲਾ ਮਾਣ ਕਰਦਾ ਹੈ, ਪਰ ਸਾਹਮਣੇ ਅੱਖ ਜਾਲੇ ਵਾਲਾ ਜਮੇਰ ਨਹੀਂ ਜੱਫਾ ਲਾ ਸਕਿਆ। ਪੁਆਇੰਟ ਰੇਡਰ ਦਾ ਰੇਡ ਪਾਉਣ ਲਈ ਮਿਸਰਪੁਰੀਆ ਹਰਮਨ ਸਾਹਮਣੇ ਫਿਰ ਤਿਆਰ ਹੈ ਮੇਰੇ ਮਿੱਤਰੋ। ਉੱਧਰ ਵੱਡਾ ਧੰਨਵਾਦ ਹੈ ਸਾਡੇ ਸਾਰੇ ਭਰਾਵਾਂ ਦਾ, ਮਹਾਂਪੁਰਸ਼ ਬਾਬਾ ਰਾਮ ਸਿੰਘ ਦੀ ਚੜ੍ਹਦੀ ਕਲਾ ਦੇ ਵਾਸਤੇ ਸਾਰੇ ਸਤਿਕਾਰ ਤੇ ਦੁਆਵਾਂ ਦੇ ਰਿਹਾ ਹੈ। ਲਓ ਸਾਹਮਣੇ ਮਿਸ਼ਰਪੁਰ ਪਿੰਡ ਹੈ, ਆਹ ਮੁੰਡੇ ਦਾ ਮੇਰੇ ਮਿੱਤਰੋ ਤਲਵੀਰ ਸਿੰਘ ਧੀਰੇ ਦਾ ਚੇਲਾ ਹੈ। ਇੱਧਰਲੇ ਪਾਸੇ ਭੰਗਵਾਂ ਵਾਲਾ ਬਿੱਕਾ ਤਿਆਰ ਹੈ, ਇਹ ਮਲਵੀ ਚੋਟੀ ਦਾ ਹੈ। ਸਾਹਮਣੇ ਰਸਾਲ ਸਿੰਘ ਗਰਾਂ ਹੈ, ਜਗੀਰ ਸਿੰਘ ਦਾ ਪੁੱਤ ਹੈ, ਅਤੇ ਖਜਾਲੇ ਵਾਲਾ ਜਮੇਰ ਹੈ, ਅਤੇ ਨਾਲ ਪ੍ਰੀਤਮ ਸਿੰਘ ਦਾ ਪੁੱਤ, ਉਹ ਕੀਪਾ ਸ਼ਿਕਾਰਾਂ ਵਾਲਾ ਹੈ, ਬਿੱਠਵਾਂ ਵਾਲਾ ਸੇਪੂ ਹੈ। ਮਾੜੀ ਪਰਮਾ ਦੀ ਧਰਤੀ 'ਤੇ ਬੁੱਟ ਮੋਟਰਸਾਈਕਲ ਰਮਨ ਕਲੇਅਰ ਹੋਣਾ ਦਿੱਤਾ ਹੈ, ਪਰ ਟੱਕਰ ਸਾਹਮਣੇ ਸ਼ਿਕਾਰਾਂ ਵਾਲਾ, ਉਹ ਕੰਤੇ ਦਾ ਵੀਰ ਛੋਟਾ, ਅਮੀਸ਼ਾ ਦੇ ਬਲਜਿੰਦਰ ਦਾ ਵੀਰ ਪੱਲੇ ਪੱਲੇ ਕਰਾਉਂਦਾ ਮੇਰੇ ਮਿੱਤਰੋ। ਵੇਖੋ ਸਾਹਮਣੇ, ਹੁਣ ਤਾਂ ਤਾੜੀ ਬਣਦੀ ਹੈ, ਹੁਣ ਤਾਂ ਤਾੜੀ ਬਣਦੀ ਹੈ। ਟੱਕਰ ਵੇਖੋ ਸਾਹਮਣੇ, ਟੱਕਰ ਵੇਖੋ ਸਾਹਮਣੇ, ਪੱਲੇ 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 ਬਈ, ਤਾੜੀ ਮਾਰ ਦੋ ਜ਼ੋਰਦਾਰ, ਪੱਲੇ ਪੱਲੇ। ਉੱਧਰ ਸਿਮਰਨ ਸੰਘੇੜਾ ਯੂਐਸਏ, ਗੋਪੀ ਸੰਘੇੜਾ ਯੂਐਸਏ, ਤੇ ਨਾਲ ਸਾਡਾ ਵੀਰ ਹਰਪ੍ਰੀਤ ਸੰਘੇੜਾ, ਵੱਡੇ ਸਹਿਯੋਗ ਆ। ਮੈਂ ਦਿਲੋਂ ਧੰਨਵਾਦ ਕਰਾਂਗਾ ਬਾਬਾ ਪ੍ਰੇਮ ਸਿੰਘ ਜੀ, ਵੀਰ ਜੀ ਹੁਣਾਂ ਦੀ ਅਪਾਰ ਕਿਰਪਾ। ਟੱਕਰ ਕਿਹਦੇ ਨਾਲ ਹੁੰਦੀ ਹੈ? ਆ ਘੋੜੇ ਨੇ ਟੱਚ ਮਾਰਿਆ, ਪੁਆਇੰਟ ਰੇਡਰ ਦੇ ਸੀ ਹੈ। ਮੈਂ ਦਿਲੋਂ ਧੰਨਵਾਦ ਕਰਾਂਗਾ ਸਾਡਾ ਭਰਾ ਤੇਜਵੀਰ ਸਾਹ, ਵੱਡਾ ਰੋਲ ਹੈ, ਵੱਡੀ ਦੇਣ ਹੈ। ਉੱਧਰ ਸੰਮੀ ਸਾਹ ਖੇਡ ਮੈਦਾਨਾਂ ਦੇ ਵਿੱਚ, ਵੱਡੇ ਪਿਆਰ ਹੈ ਇਹਨਾਂ ਵੀਰਾਂ ਦੇ, ਬਾਬਾ ਜੀ ਹੁਣਾਂ ਨਾਲ ਬੜਾ ਪਿਆਰ ਹੈ। ਪਰ ਟੱਕਰ ਕਿਹਦੇ ਨਾਲ ਹੁੰਦੀ ਹੈ? ਇੱਕ ਕੰਨੀ 'ਤੇ ਬਿੱਠਵਾਂ ਵਾਲਾ ਸੇਬੂ ਆ, ਪਰਲੀ ਕੰਨੀ 'ਤੇ ਹਰਸਾਲ ਸਾਲੂ ਆ, ਪਰ ਟੱਕਰ ਤੇ ਚੱਕਰ ਕਿਤੇ ਕਿਤੇ ਦੇਖਣ ਨੂੰ ਮਿਲਦੇ ਆ। ਇਹ ਰਸਾਲ ਸਾਲੂ ਆ ਵਿੱਚ ਗਲੀ ਦੇ ਹੋ ਗਏ ਟੱਕਰੇ, ਖੜ ਗਿਆ ਬਹੁ ਫੜ ਕੇ, ਪਾਣੀ ਪਾਣੀ ਹੋ ਗਈ ਮਿੱਤਰਾ, ਤੱਕ ਤੱਕ ਸੀਨਾ ਧੜਕੇ, ਭੱਜ ਜਾ ਵੇਹਣ ਮਿੱਤਰਾ, ਟਕੂਆ ਦੇ ਟਕੂਆ ਖੜ ਗਏ। ਭੱਜਣ ਦਿੰਦੇ ਨੀ, ਭੱਜਣ ਦਿੰਦੇ ਨੀ, ਬੈਲੀ ਪਣਦੇ ਉਹ ਗੱਲਾਂ ਟੁੱਕੀਆਂ ਮਲ ਤੇ। ਬਾ ਹੋਏ ਜਗੀਰ ਸਿੰਘ ਦਾ ਪੁੱਤਾ,
ਤੇਰੇ ਪਾਕੇ ਚਰਚਿਆ ਮੱਲਾ। ਇਹ ਰਸਾਲ ਸਿੰਘ ਸ਼ਾਲੂ ਹੈ ਮੇਰੇ ਮਿੱਤਰੋ, ਨੜਾਮੜੀ ਪਿੰਡ ਵਾਲਾ ਹੈ। ਇਹ ਉਹ ਡੱਕਦਾ ਜਿਹੜੇ ਟੱਕੇ ਨਹੀਂ ਆਉਂਦੇ, ਇੱਕੋ ਹੀ ਇਹਦਾ ਲੱਖ ਵਰਗਾ ਹੁੰਦਾ ਹੈ, ਇੱਕੋ ਡੱਕੇ ਅਤੇ ਉਹਨੂੰ ਡੱਕਦਾ ਮਿੱਤਰੋ ਜਿਹੜੇ ਟੱਕੇ ਨਹੀਂ ਆਉਂਦੇ। ਉੱਧਰ ਤੇਜਾ ਸਿੰਘ ਜੀ ਦੇ ਵੱਲੋਂ 500 ਰੁਪਇਆ ਪੁੱਜਾ ਲੱਤੂ ਵਾਲੇ ਪ੍ਰੀਤ ਦੇ ਵਾਸਤੇ, ਚੱਫਾ ਲਾਵੇ ਅਤੇ ਮਾਲ ਨੂੰ ਦੇਵਾਂਗੇ। ਤਾਂ ਤਾਸ਼ਪੁਰੀਆ ਕੋਰਾ ਸਾਹਮਣੇ ਨਾਲ ਮੈਂ ਵੇਖਣਾ ਬਗਲਾ ਰਹੇ ਪਿੰਡ ਵਾਲਾ ਸ਼ਿੰਦੂ ਹੈ, ਸ਼ਿੰਦੂ ਦੇ ਚਰਚੇ ਮੇਰੇ ਮਿੱਤਰੋ, ਨਾਲੇ ਸ਼ੱਕ ਹੈ ਦਿਆਲਪੁਰਾ ਪਿੰਡ ਹੈ, ਡੀਪੀ ਸਾਹਿਬ ਦੀ ਟੀਮ ਹੈ ਸਾਹਮਣੇ ਵੇਖੋ ਇੱਕ ਪਾਸ ਤੇ ਸਾਹਮਣੇ 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 ਆ ਆ ਦੁਨੀਆ ਦੇ ਸਟਾਰਾਂ ਦੇ ਵਿੱਚ ਨਾ ਵੱਡਾ ਕੌੜਾ ਤਾਸਪੁਰੀਆ ਨਾ ਜੱਫਾ ਲਾ ਸਕਿਆ। ਹਰ ਰੇਡ ਪਾਉਣ ਦੇ ਲਈ ਕੌਣ ਆ ਗਿਆ ਹੈ? ਚੌਂਤਰੇ ਵਾਲਾ ਘੱਦਾ ਹਸੈਨ ਗੁੱਜਰ ਇੱਕ ਕੰਨੀ 'ਚ ਹੈ, ਹੋਰਨੀ ਕੰਨੀ 'ਤੇ ਬਿੱਠਵਾ ਵਾਲਾ ਸੇਬੂ ਆ, ਨਾਲ ਪਤੀਸਾ, ਨਾਲ ਖਜਾਲੇ ਵਾਲਾ ਜਮੇਰ, ਦੁਨੀਆ ਦੀ ਮੰਨੀ ਪ੍ਰਮੰਨੀ ਚੈਣ ਆ, ਪਰ ਚੌਂਤਰੇ ਵਾਲੇ ਘੱਦੇ ਦੇ ਨਾਲ ਟੱਕਰ ਹੋ ਗਈ ਆ, ਹੱਥ ਘੁੱਟ ਕੇ ਫੜਨਾ। ਅਜੇ ਸਾਡੀ ਉਮਰ ਨਿਆਣੀ ਨਾ ਸੁਣਿਆ ਮੇਲੇ 'ਚੋਂ ਆ ਪਿਛੜ ਕੇ ਕਈ ਰੂਹਾਂ ਦੇ ਹਾਣੇ ਟੱਕਰ ਆ, ਇੱਥੇ ਰੱਖ ਓਏ ਕੁੰਡਾ ਖੋਲ ਦੇ, ਨੇਤਾ ਪੱਟ ਦੂੰ ਚਗਾੜ ਜੱਟੀਏ ਪੁਆਇੰਟ ਜਾਫੀ ਦਾ। ਵਾਹ ਓਏ ਬਿਠਮਾ ਵਾਲਿਆ ਨੰਬਰ ਤੇਰੇ ਖਾਤੇ ਹੈ। ਲਓ ਇੱਧਰਲੇ ਪਾਸੇ ਧੰਮੇ ਦਾ ਵੀਰ ਸਾਹਮਣੇ ਤਿਆਰ ਹੈ, ਦੂਲਾ ਨੰਗਲ ਪਿੰਡ ਸੁਖਵਿੰਦਰ ਸਿੰਘ ਦਾ ਪੁੱਤ ਹੈ। ਆਹ ਮੁੰਡੇ 'ਤੇ ਆਸਾਂ ਵਾਲੀਆਂ, ਪਰ ਸਾਹਮਣੇ ਵੇਖੋ ਮਿੱਤਰੋ ਧਰਮਿੰਦਰ ਦਾ ਮੇਰੇ ਮਿੱਤਰੋ, ਤੋਤਾ ਸਿੰਘ ਵਾਲਾ ਪਿੰਡ ਹੈ ਜ਼ਿਲ੍ਹੇ ਮੋਗੇ ਦੇ ਵਿੱਚ, ਪਰ ਜਿਹੜਾ ਪੰਪ ਜੇ ਮਾਰਦਾ ਜ਼ਿਲ੍ਹੇ ਗੁਰਦਾਸਪੁਰ ਵਾਲਾ ਧੰਮੇ ਦਾ ਵੀਰ ਛੰਨਾ ਛੰਨਾ ਉਹ ਪੱਲੇ ਪੱਲੇ। ਹੁਣ ਤਾਂ ਤੜੀ ਬਣਦੀਆਂ ਮੱਲੋ, ਆਹ ਸਵਾਦ ਹੁੰਦੇ, ਇਹਨੂੰ ਕਬੱਡੀ ਕਹਿੰਦੇ ਹੈ, ਇਹਨੂੰ ਮਿਹਨਤ ਕਹਿੰਦੇ ਆ, ਇਹਨੂੰ ਤਰੱਕੀ ਕਹਿੰਦੇ। ਹਰ ਰੇਡ ਪਾਉਣ ਦੇ ਲਈ ਆ ਗਿਆ ਨੌਜਵਾਨ ਮੇਰੇ ਵੀਰੋ, ਆਵਾ ਆਵਾ ਨੌਜਵਾਨ ਇਸ ਵੇਲੇ ਨਵੇਂ ਪਿੰਡ ਵਾਲਾ ਮਨਜੀਤ ਕਬੱਡੀ ਕਬੱਡੀ ਕਰਦਾ ਹੋਇਆ, ਪਾਈਆਂ 57 ਰੇਡਾਂ, ਜੱਫੇ ਸੇ ਲੱਗੇ, ਪੁਰਾਣੇ ਰਿਕਾਰਡ ਸਭ ਸੁੱਖੀ ਪੱਡੇ ਨੇ ਤੋੜ ਦਿੱਤੇ। ਇੱਕ ਮੈਚ ਵਿੱਚ 11 ਲਾ ਜੱਫੇ, ਮੋਤਾਵੀਆਂ ਦੇ ਬੱਗਿਆਂ ਦੇ ਮੰਗੀ ਨੇ ਮੋੜ ਦਿੱਤੇ। 1.5 ਮਿੰਟ ਵਿੱਚ ਫਿਰ ਦੋ ਲਾ ਪਕੜਾ, 2 ਲੱਖ ਸੋਹਣੀ ਸਨੇਤ ਨੇ ਆਪਣੇ ਨਾਂ ਜੋੜ ਦਿੱਤੇ। ਪ੍ਰੋਫੈਸਰ ਐਵੇਂ ਨਹੀਂ ਕਬੱਡੀ ਦੀ ਬਿਨਿੰਗ ਲਿਖਦਾ, ਇਹਦੇ ਇਨਾਮ ਲੱਖਾਂ ਤੇ ਕਰੋੜ ਦਿੱਤੇ, ਲੱਖਾਂ ਤੇ ਕਰੋੜ ਦਿੱਤੇ, ਇਹ ਗੱਲ ਸੱਚੀ ਹੈ। ਅਭੀ ਧਰਮਿੰਦਰਾ ਹੁਣ ਨਾ ਛੱਡੀ ਜਿਹਨੂੰ ਡੱਕੇਗਾ, ਫੜ ਫੜ ਕੇ ਨਾ ਛੱਡ, ਛੱਡ ਛੱਡ ਕੇ ਫੜ, ਵੇਖੀ ਤਾੜੀਆਂ ਵੱਜਦੀਆਂ। ਪਰ ਇੱਧਰ ਲੱਤੂ ਵਾਲਾ ਪ੍ਰੀਤ ਹੈ, ਬੰਗਲਾ ਰਾਏ ਪਿੰਡ ਦਾ ਸ਼ਿੰਦੂ ਹੈ, ਆਹ ਪਲਕਾਰੇ ਬਣਦਾ ਚੇਲਾ, ਵੇਖੋ ਬਾਜ਼ੀਆਂ ਪਾਉਂਦਾ, ਵੇਖੋ ਬਾਜ਼ੀਆਂ ਪਾਉਂਦਾ, ਪਰ ਜਿਹੜਾ ਛੁੱਟ ਛੁੱਟ ਕੇ ਛੁੱਟ ਛੁੱਟ ਕੇ ਭੱਜਦਾ, ਇਹਦਾ ਨਾਂ ਸਤਪਾਲ ਹੈ, ਇਹਦਾ ਕੱਕੜ ਪਿੰਡ ਨਰਮਲ ਲੋਪੋਕੇ ਦੇ ਇਲਾਕੇ ਦਾ ਮੱਲ ਹੈ। ਪਾ ਹੋਏ ਝੁੱਟਿਆ ਸਵਾਦ ਹੀ ਲਿਆ ਦਿੱਤਾ ਮੱਲਾ ਸਾਹਮਣੇ ਕਬੱਡੀ ਵੀਰਾ ਜੀ। ਹਰ ਰੇਡ ਪੰਗਵਾਂ ਵਾਲੇ ਬਿੱਕੇ ਨੇ ਪਾ ਦਿੱਤੀ ਹੈ, ਘੜੀਆਂ ਟਾਈਮ ਦੱਸਦੀਆਂ, ਹਾਦਸੇ ਨਹੀਂ ਡਿੱਗੀਆਂ ਥੱਲੇ ਗੋਲੇ ਲੱਗਦੇ ਆ, ਉਹ ਬਾਦਸੇ ਨਹੀਂ ਇਹ ਚੌੜੇ ਮਦਰੇ ਵਾਲਾ ਜੱਸ, ਜੱਫਾ ਹੁੰਦਾ ਕੀ ਆ ਦੇਵੇ ਦਰਸ਼ਕਾਂ ਨੂੰ ਦੱਸ, ਇਹ ਕਬੂਤਰਾਂ ਦਾ ਸੌਂਕੀ ਆ, ਇਹ ਚੌੜੇ ਮਦਰੇ ਵਾਲਾ ਜੱਸ ਥੱਲੇ ਪੱਲੇ ਕਰਵਾ ਗਿਆ ਮੇਰੇ ਮਿੱਤਰੋ। ਭਾਵੇਂ ਮੱਲਾਂ ਦਾ ਉਹਨਾਂ ਸਮਿਆਂ 'ਚ ਅੱਤ ਕਰਵਾਈ ਹੋਈ ਹੈ, ਜਿੰਨਾ ਸਮਿਆਂ 'ਚ ਸਾਡੇ ਵਰਗੇ ਬੱਸਾਂ ਨੂੰ ਪੀ ਕਹਿੰਦੇ ਸੀ ਮਿੱਤਰੋ, ਪਰ ਅੱਜ ਵੀ ਪੱਲੇ ਪੱਲੇ ਕਰਵਾ ਰਿਹਾ ਮੱਲ। ਲਓ ਸਾਹਮਣੇ ਮਿਸ਼ਰਪੁਰੇ ਵਾਲਾ, ਦੂਜੇ ਪਾਸੇ ਧਰਮਿੰਦਰ ਹੈ ਜਿਹਦਾ ਤੋਤਾ ਸਿੰਘ ਵਾਲਾ ਪਿੰਡ ਹੈ, ਹਰਮਨ ਭੱਜਦਾ ਹੈ, ਮਿਸ਼ਰਪੁਰਾ ਪਿੰਡ ਹੈ, ਇਹ ਤਲਬੀਰ ਧੀਰੇ ਦਾ ਚੇਲਾ, ਪਰ ਟੱਕਿਆ ਜਿੰਨੇ ਉਹਨੇ ਬਣਾਤਾ ਮੇਲਾ, ਉਹਦਾ ਨਾਂ ਧਰਮਿੰਦਰ ਹੈ, ਡੀਪੀ ਸਾਹਿਬ ਦਾ ਚੇਲਾ ਹੈ, ਅਤੇ ਲੱਤੂ ਵਾਲੇ ਪ੍ਰੀਤ ਦਾ ਚੇਲਾ, ਬਣਾਉਣ ਨੂੰ ਫਿਰਦਾ ਮੇਲਾ, ਬਣਾਉਣ ਨੂੰ ਫਿਰਦਾ। ਉਧਰ ਸਾਹਿਬ ਵੀਰ ਸਿੰਘ ਜੀ ਮੇਰੇ ਵੀਰੋ,
USA ਤੋਂ ਲਾਈਵ ਜੁੜਿਆ, ਵੱਡੀਆਂ ਸਕਰੀਨਾਂ ਲਾ ਕੇ ਭਰਾ ਸਾਹਿਬ ਵੀਰ ਸਿੰਘ ਜੀ ਅੱਜ USA ਤੋਂ ਅਮਰੀਕਾ ਤੋਂ ਲਾਈਵ ਜੁੜਿਆ। ਪੈਸਾ ਲੋਕਾਂ ਨੇ ਕਮਾਇਆ ਤਾਂ ਕਮਾਇਆ ਹੋਊ, ਅਸੀਂ ਯਾਰਾਂ ਦੀਆਂ ਯਾਰੀਆਂ ਕਮਾਈਆਂ। ਮੈਂ ਦਿਲੋਂ ਧੰਨਵਾਦ ਕਰਾਂਗਾ ਸਾਡੇ ਭਰਾ ਤੇਜਵੀਰ ਦਾ, ਦਿਲ ਦਰਿਆ ਵਾ ਅੱਜ ਸਮੁੰਦਰੋਂ ਡੂੰਘੇ ਦਿਲ ਦਰਿਆ ਨੇ ਯਾਰਾਂ ਦੇ, ਤੇ ਕੌਣ ਦਿਲਾਂ ਦੀਆਂ ਜਾਣੇ ਜਾਣੇ ਕੌਣ ਦਿਲਾਂ ਦੀਆਂ ਜਾਣੇ। ਅਮਰੀਕਾ ਵਾਲੇ ਭਰਾ ਜਦੋਂ ਆਏ ਸੀਗੇ, ਭਰਾ ਕਹਿੰਦੇ ਅਮਰੀਕਾ ਵਾਲਿਆਂ ਤੇ ਸੁਣਾਉਣਾ ਕੁਝ, ਕਹਿੰਦਾ ਪੈਂਟ ਤਾਂ ਨਹੀਂ ਆਏ ਤਾਂ ਵੀ ਆ ਗਏ ਅਮਰੀਕਾ। ਉਹ ਕਿਵੇਂ ਛਪਦੇ ਆ ਡਾਲਰ, ਸਿੱਖੀ ਬੈਠੇ ਆ ਤਰੀਕਾ, ਸੁੱਚੀਆਂ ਨੀਤਾਂ ਨੂੰ ਭਾਗਲਾ ਤੇ ਰੱਬ ਨੇ, ਤਾਂ ਹੀ ਪਿੰਡ ਬੈਠਾ ਮਾਂਡ ਸਾਰਾ ਉਹ ਕਰਦਾ ਸ਼ਰੀਕਾ। ਬੈਂਡ ਤਾਂ ਨਹੀਂ ਆਏ ਤਾਂ ਵੀ ਆ ਗਏ ਅਮਰੀਕਾ। ਅਮਰੀਕਾ ਵਾਲੇ ਦਾ ਧੰਨਵਾਦ ਸਵੀਕਾਰ ਕਰਦੇ ਹੋ, ਜਿਉਂਦੇ ਰਹਿਣ ਭਰਾ ਸਾਡੇ ਸਾਹਮਣੇ ਚੌਂਤਰੇ ਪਿੰਡ ਦਾ ਕੱਦਾ ਹੈ, ਚੌਂਤਰੇ ਪਿੰਡ ਵਾਲਾ ਕੱਦਾ ਆ ਗਿਆ ਹੈ। ਚਾਰ ਗੱਭਰੂ ਕੁਲਦੀਪ, ਖਜਾਲੇ ਵਾਲਾ ਜਮੇਰ, ਫਰਦਾ ਗੁੱਟ ਲੱਗਦਾ ਯੋਰ, ਹੁੰਦੀ ਹੋਈ ਬੱਲੇ ਬੱਲੇ ਇੱਥੇ ਰੱਖ ਵੇ ਕੰਗਣਾ, ਅਸਾਂ ਤੈਨੂੰ ਨਹੀਂ ਛੱਡਣਾ। ਹੰਦਿਆਂ ਕੋਲ ਆ ਕੇ ਮੁੰਡੇ ਨੇ ਟੱਚ ਮਾਰਿਆ, ਜਦੋਂ ਹੰਦਿਆਂ ਕੋਲ ਆਉਣਾ ਫਿਰ ਪੂਰਾ ਪੂਰਾ ਜ਼ੋਰ ਲਗਾਉਣਾ, ਬਹੁਤ ਲੰਮੀ ਕਰਕੇ ਦੇਣਾ ਹੱਥ ਮਾਰ ਹੰਦਿਆਂ ਨੂੰ, ਸਿਰ ਧਰਤੀ ਬਾਜੀ ਲਾ ਕੇ ਕਰਨਾ ਪਾਰ ਹੰਦਿਆਂ ਨੂੰ, ਕਰਨਾ ਪਾਰ ਹੰਦਿਆਂ ਨੂੰ। ਪ੍ਰੀਤ ਸਿਆਂ 500 ਮੇਰੇ ਕੋਲੇ ਆ ਮੱਲਾ, ਉਹ ਤੈਨੂੰ ਦੇਣਾ ਨਾ ਮੰਨਾ। ਤੇਜਾ ਸਿੰਘ ਜੀ ਫੜਾ ਕੇ ਗਏ ਆ 500 ਰੁਪਇਆ, ਲਓ ਸਾਹਮਣੇ ਅੰਮ੍ਰਿਤ ਸਿੰਘ ਦਿਓਲ ਤਿਆਰ ਹੈ, ਜਿਹਦਾ ਸ਼ਿਕਾਰ ਮੱਛਿਆ ਪਿੰਡ ਹੈ, ਇਹ ਕੁਲਦੀਪ ਦਾ ਚੇਲਾ ਮੇਰੇ ਮਿੱਤਰੋ, ਇਹ ਕੰਤੇ ਹੁਣਾਂ ਦਾ ਚੇਲਾ ਹੈ, ਸ਼ਿਕਾਰਾਂ ਵਾਲਾ ਅੰਮ੍ਰਿਤ ਹੈ। ਦੂਜੇ ਪਾਸੇ ਵੇਖਾਂਗੇ ਲੱਤੂ ਵਾਲਾ ਪ੍ਰੀਤ ਹੈ, ਆਹ ਮੱਲਾਂ ਦੇ ਚਰਚੇ ਸਾਹਮਣੇ ਲਾਡ ਚੌਲ ਦਾ ਚਹਿਤਾ ਹੈ, ਲਾਡ ਚੌਲ ਦਾ ਚਹਿਤਾ ਹੈ, ਅਤੇ ਜਿਹਨੂੰ ਲਾਡ ਨੇ ਭਰਾ ਕਹਿਤਾ, ਸਮਝ ਲਓ ਗੱਲਾਂ ਸਿਖਰ ਲਾਡ ਲਾਡ ਜ਼ੌਲ ਦਾ ਚਹੇਤਾ ਤਾਂ ਲਾਡ ਦੀ ਯਾਰੀ। ਔਰ ਹਰਜੀਤ ਗਿੱਲ ਡੈਨਮਾਰਕ ਦੇ ਨਾਲ ਆ, ਹਰਜੀਤ ਦੇ ਨਾਲ ਭਰਾਵਾਂ ਵਾਲਾ ਪਿਆਰ ਆ, ਆ ਮਾਣ ਕਰਦਾ ਜਿੱਤੇ ਹਰਜੀਤ ਸਾਹ ਭਿੰਡਰ ਕਨੇਡਾ ਗੁੱਡੂ ਸੇਠ ਦੇ ਨਾਲ ਭਰਾਵਾਂ ਵਾਲਾ ਪਿਆਰ ਆ ਮੇਰੇ ਵੀਰੋ। ਸਾਹਮਣੇ ਰੇਡ ਨਵੇਂ ਪਿੰਡ ਵਾਲੇ ਮਨਜੀਤ ਦੀ ਪੈ ਗਈ ਹੈ ਕਿ ਕਹਦੇ ਲੋਕਾਂ ਨੂੰ ਗੱਭਰੂ ਇੱਕ ਤਣ ਗਿਆ ਨੀ, ਰੌਲਾ ਤਾਂ ਪਹਿਲਾਂ ਸੀ ਹੁਣ ਮਸਲਾ ਬਣ ਗਿਆ ਨੇ। ਆਹ ਕੁਲਦੀਪ ਕੀਪਾ ਖੜ ਗਿਆ ਚੀਣ ਦੀ ਕੰਧ ਬਣ ਕੇ, ਪਰ ਪੁਆਇੰਟ ਰੇਡਰ ਦਾ ਪੁਆਇੰਟ ਧਾਵੀ ਦਾ ਧਾਵੀ ਦੇ ਖਾਤੇ ਆ। ਨਵੇਂ ਪਿੰਡੀਆਂ ਮਨਜੀਤ ਹੈ ਕਿ ਮਾਂ ਦੇ ਟੇਕੇ ਮੱਥਿਆਂ ਨੇ, ਬਾਪੂ ਦੇ ਖਾਧੇ ਧੱਕਿਆਂ ਨੇ, ਸਾਡਾ ਮੁੱਲ ਪਵਾਇਆ ਏ, ਲੋਕਾਂ ਭਾਣੇ ਤਾਂ ਯਾਰ ਤੁੱਕਿਆਂ ਨਾਲ ਅੱਗੇ ਆਇਆ ਏ, ਮਾਂ ਦੇ ਟੇਕੇ ਮੱਥਿਆਂ ਨੇ, ਬਾਪੂ ਦੇ ਖਾਧੇ ਧੱਕਿਆਂ ਨੇ, ਉਹ ਸਾਡਾ ਮੁੱਲ ਪਵਾਇਆ ਏ। ਸਾਹਮਣੇ ਪਿੱਕਾ ਤਿਆਰ ਏ ਕਬੱਡੀ ਪਾਉਣ ਦੇ ਲਈ, ਜੇ ਕਿਤੇ ਬਿੱਠਵਾਂ ਵਾਲਾ ਸ਼ੇਬੂ ਚਾਫਾ ਲਾ ਦੇ ਵੱਡਿਆ, ਫਿਰ ਸਵਾਦ ਆਉਣਾ ਹੈ, ਫਿਰ ਸਵਾਦ ਆਉਣਾ ਹੈ। ਫੋਕਾ ਵਾਅਦਾ ਨਹੀਂ ਕਰੀਦਾ ਤਾਰੇ ਤੋੜਨ ਦਾ, ਸਾਤੀ ਦੇ ਵਿੱਚ ਬਲ ਰੱਖੋ, ਉਹ ਭਾਜੀਆਂ ਮੋੜਨ ਦਾ ਸਾਥੀ ਦੇ ਵਿੱਚ ਬਲ ਰੱਖੋ, ਆ ਪਤੀਸਾ। ਪਰ ਦੂਜੇ ਪਾਸੇ ਮਾਂਗੇ ਸਰਾਂ ਵਾਲਾ ਕੁੱਲਾ, ਇਹਨੂੰ ਕਬੱਡੀ 'ਚ ਖਾਲਿਸਤਾਨੀ ਕਹਿੰਦੇ ਹੈ, ਕੱਲ 1 ਲੱਖ ਦਿੱਤਾ, 1 ਲੱਖ ਦੇ ਨਾਲ ਵੱਡਾ ਮਾਨ ਸਨਮਾਨ ਕੁੱਲੇ ਦਾ ਕੱਲ ਮਾਂਗੇ ਸਰਾਂ ਦੇ ਖੇਡ ਮੇਲੇ ਦੇ ਵਿੱਚ ਹੋਇਆ ਮੇਰੇ ਵੀਰੋ। ਆ ਰੇਡ ਪੈ ਗਈ ਵਿਸਾਲ ਸਿਆ, ਲਓ ਸਾਹਮਣੇ ਮਿਸ਼ਰਪੁਰੀਆ ਤੇ ਪ੍ਰੀਤ ਦੇ ਨਾਲ ਟੱਕਰ ਹੋਈ ਹੈ। ਬਈ ਪਾਣੀ ਪੁੱਜਦਾ ਕਰ ਦਿਓ ਗਰਾਊਂਡ ਦੇ ਵਿੱਚ ਮੇਰੇ ਭਰਾ ਬਣ ਕੇ ਪਾਣੀ, ਕਰਨ ਨੂੰ ਭਾਂ ਪਿੰਡ ਵੱਡੀਆਂ ਰੌਣਕਾਂ ਹੈ, 3 ਤਰੀਕ ਸੁਲਤਾਨ ਅਮਿਰ ਦੀ ਧਰਤੀ ਹੈ, ਵੱਡਾ ਖੇਡ ਮੇਲਾ, ਵੱਡਾ ਸ਼ੋ ਮੈਚ ਹੈ, ਲੱਤੂ ਵਾਲੇ ਪ੍ਰੀਤ ਹੁਣਾਂ ਦੀ ਟੀਮ ਖੇਡਣੀ ਹੈ, ਪਰਉਪਕਾਰੀ ਭਾਈ ਲੱਦਾ ਜੀ ਦੇ ਨਾਂ 'ਤੇ ਬਣੀ ਹੋਈ ਟੀਮ ਹੈ ਸਾਡੇ ਭਰਾ ਦੀ, ਨਾਲ ਕਮੇਰਾ ਕਰੇ ਤੰਦਰੁਸਤੀਆਂ ਰੱਖੇ, ਪਿੱਠਵਾਂ ਵਾਲਾ ਸੁਰ ਸਿੰਘ ਵਾਲਾ ਤੇਜਪਾਲ ਸ਼ੇਪੂ ਟੱਕਰ ਨੰਬਰ ਤੇਜਪਾਲ ਦਾ ਵੱਡੀ ਘੋੜੇ ਦੀ ਬੋਲ ਪੱਟੇ ਭਰਾ ਦੀ, ਲਓ ਘੋੜਾ ਆ ਗਿਆ ਮੇਰੇ ਵੀਰੋ। ਬੜੀ ਪਾਰ ਕਿਰਪਾ
ਕਿ ਜੰਗਲਾਂ ਵਿੱਚ ਮੰਗਲ ਕਰ ਦਿੰਦੇ, ਜਿੱਥੇ ਹੋਵੇ ਬਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਕਿ ਧਰਦਾਸਾ ਸੰਤਾਂ ਦਾ ਮੁੱਖ ਸੇਵਾਦਾਰ ਬਾਬਾ ਰਾਮ ਸਿੰਘ ਜੀ ਗੁਰੂ ਘਰ ਦੇ ਵਜ਼ੀਰ ਆ ਮੇਰੇ ਵੀਰਿਓ, ਕਿਉਂਕਿ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਮਾਂ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ। ਪਰ ਟੱਕਰ ਘੋੜੇ ਦੀ ਆ ਘੋੜਾ ਤਾਂ ਫਿਰ ਘੋੜਾ ਹੀ ਹੈ ਬਾਵੇ ਘੋੜਿਆ, ਸਵਾਦ ਹੀ ਲਿਆਤਾ ਮੁੰਡਿਆ, ਸਵਾਦ ਹੀ ਲਿਆ ਦਿੱਤਾ ਕਿ ਕਿਸੇ ਨੂੰ ਨੀਵਾਂ ਵਿਖਾ ਕੇ ਆਪਣੇ ਆਪ ਨੂੰ ਉੱਚਾ ਦਿਖਾਉਣਾ, ਇਹਦੇ ਤੋਂ ਵੱਡਾ ਨੀਚਪਣਾ ਕੋਈ ਨਹੀਂ। ਬੱਟੇ ਪਾਪਾ ਕਿਰਪਾ ਕਰੇ, ਜਿੱਦਾਂ ਸਾਡਾ ਵੱਡਾ ਭਰਾ ਸਰਬਜੀਤ ਪ੍ਰਾਚਾ ਵੱਡਾ ਹੈ ਅਤੇ ਭਰਾ ਮੇਰੇ ਆਪਣੇ ਨਾਲਦਿਆਂ ਨੂੰ ਨਾਲ ਲੈ ਕੇ ਤੁਰਿਆ, ਤਾਂ ਕਰਕੇ ਵੱਡਾ ਭਰਾ ਵੱਡਾ ਹੈ। ਸਾਹਮਣੇ ਚੌਂਤਰੇ ਪਿੰਡ ਵਾਲਾ ਹੈ, ਨਾਲ ਹੁਸੈਨ ਦੇ ਟੱਕਰ ਹੈ, ਧਾਮੇ ਦਾ ਵੀਰ ਤਿਆਰ ਆ, ਅਤੇ ਇੱਧਰ ਮੇਰਾ ਵੀਰ ਵੀ ਬੋਲਾਂ ਲਈ ਤਿਆਰ ਹੈ। ਲਓ ਰੇੜ ਪਾਉਣ ਦੇ ਮੇਰੇ ਵੀਰੋ, ਸਰ ਨੂੰ ਗੱਜ ਚੌੜੀ ਸਾਤੀ ਹੈ, ਸਰੀਰ ਵੇਖ ਲਓ। ਇਸੇ ਤਰ੍ਹਾਂ ਕਹਿੰਦੇ ਧਾਰੋ ਵਾਲੀਆ ਸਭਾ ਗੁੰਦਿਆ ਹੁੰਦਾ ਸੀ, ਜਿੱਦਾਂ ਗੁੰਦਿਆ ਮੁੰਡਾ ਪਰ ਦੂਜੇ ਪਾਸੇ ਸਾਕਾ ਦਿਆਲ ਪ੍ਰੀਆ। ਲਾ ਜੱਫਾ ਬੱਲੇ ਬੱਲੇ ਕਰਾਉਣ ਦੀ ਜ਼ਰੂਰਤ ਰੱਖਦਾ ਕਿ ਅੱਧਾ ਪਿੰਡ ਕਰਦਾ ਮਾਣ ਜੱਟ ਤੇ, ਤੇ ਅੱਧਾ ਪਿੰਡ ਜੱਟ ਉੱਤੇ ਮੱਚਿਆ ਪਿਆ। ਸਾਹਮਣੇ ਵੇਖੋ ਮੇਰੇ ਮਿੱਤਰੋ, ਆਹ ਨਵੇਂ ਪਿੰਡੀਆਂ ਮਨਜੀਤ ਹੈ, ਆਹ ਗੱਲਾਂ ਹੋ ਗਈਆਂ ਸਾਹਮਣੇ। ਬਿੱਠਮਾ ਵਾਲਾ ਹੈ, ਛਕਾਣਾ ਵਾਲਾ ਹੈ, ਫਤਿਹਗੜ੍ਹ ਵਾਲਾ ਹੈ, ਖਜਾਲੇ ਵਾਲਾ ਹੈ, ਅਜਮੇਰ ਹੈ, ਹੁਸੈਨ ਹੈ, ਪਤੀਸਾ ਹੈ, ਸੇਪੂ ਹੈ, ਪਰ ਨੰਬਰ ਮਨਜੀਤ ਦੇ ਖਾਤੇ ਹੈ ਜਿਹਦਾ ਨਵਾਂ ਪਿੰਡ ਹੈ ਮੇਰੇ ਮਿੱਤਰੋ, ਮਲ ਦੇ ਚਰਚੇ ਹੈ। ਵੱਡਿਆ ਵੀਰਾ ਵੇਖ, ਕੱਕੜ ਮੱਝ ਪਿੰਡ ਦਾ ਸਤਪਾਲ ਸਾਹਮਣੇ ਤਿਆਰ ਹੈ। ਸਤਪਾਲ ਕੱਕੜ ਆ ਗਿਆ ਮੇਰੇ ਵੀਰੋ, ਸਤਪਾਲ ਕੱਕੜ ਆ ਗਿਆ ਕਿ ਬੈਰ ਤਕਦੀਰ ਨਾਲ ਰਿਹਾ ਸਾਡਾ ਮੁੱਢ ਤੋਂ, ਸੱਪ ਬਾਹਰ ਕੱਢ ਲੈਣੇ ਪੂਸੋਂ ਫੜ ਖੁੱਟ ਚੋ, ਸਿਰੀ ਨੱਪ ਕੇ ਚੁੱਲ੍ਹੇ ਤੇ ਦਿੱਤੀ ਚਾੜ ਬੱਲਿਆ। ਉਹ ਤੇਰੀ ਉਮਰ ਨਿਆਣੀ, ਮਾੜਾ ਅਸੀਂ ਵੀ ਨਹੀਂ ਕਰਦੇ ਸ਼ਿਕਾਰ ਬੱਲਿਆ। ਭਾਵੇਂ ਸਾਹਮਣੇ ਨਵੇਂ ਬੰਨਾ, ਇਧਰਲੇ ਪਾਸੇ ਪਿੱਕਾ ਤਿਆਰ ਹੈ, ਮਲ ਸਾਹਮਣੇ ਚੋਟੀ ਦੇ ਚਾਰ ਰੇ, ਕਬੱਡੀ ਮਾਂ ਖੇਡੇ ਮੇਰੇ ਮਿੱਤਰੋ, ਇਹ ਪਵਿੱਤਰਤਾ ਭਾਲਦੀ ਹੈ, ਇਹ ਪੂਚੀ ਜਾਂਦੀ ਹੈ ਗਰਾਊਂਡ। ਸਾਹਮਣੇ ਵੇਖੋ, ਸਾਹਮਣੇ ਬਾ ਆਓ ਪਾਵੇ ਖਜਾਲੇ ਵਾਲੇ ਹੈ, ਪਰ ਨੰਬਰ ਪਿੱਕੇ ਦੇ ਖਾਤੇ ਹੈ। ਸਾਹਮਣੇ ਕੋਡੀ ਪੈਣੀ ਹੈ ਮੇਰੇ ਮਿੱਤਰੋ, ਅਭੀ ਕਿੱਥੇ ਆ ਲੱਤੂ ਵਾਲਾ ਤੇਰੇ ਵਾਸਤੇ 500 ਦੇ ਮਾਣ ਸਾਡੇ ਤੇਜਾ ਸਿੰਘ ਜੀ ਦੇ ਵੱਲੋਂ ਹੈ, ਉਹ ਤੇਰੇ ਵਾਸਤੇ ਆ ਮੱਲਾ। ਸਾਹਮਣੇ ਭੇਜੀ ਕਿਸੇ ਭਰਾ ਨੂੰ, ਰੇੜ ਮਿਸਰਪੁਰੀ ਹਰਮਨ ਪਾਉਣ ਦੇ ਲਈ ਵਧੀਆ ਹੋਇਆ। ਚਾਰ ਗੱਭਰੂ ਤਿਆਰੀ ਦੇ ਵਿੱਚ, ਆਹ ਵੇਖਾਂਗੇ ਕੌਣ ਜੱਫਾ ਲਾਵੇਗਾ। ਆਵਾ ਆਵਾ ਨੌਜਵਾਨ ਕੌੜਾ ਤਾਸ ਪ੍ਰੀਆ, ਪਰ ਮਿਸਰ ਪ੍ਰੀਆ ਹਰਮਨ ਲੱਖਾਂ ਵਰਗਾ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜਦਾ ਹੋਇਆ। ਲੱਤੂ ਵਾਲੇ ਪ੍ਰੀਤ ਵਾਸਤੇ ਜੱਫੇ ਦੇ ਭਰਾਵਾਂ ਨੇ ਦਿੱਤੇ, ਪਰ ਪਹਿਲਾਂ ਜੱਫਾ ਭਲਵਾਨ ਨੇ ਲਾ ਦਿੱਤਾ ਹੈ, ਆਪਾਂ ਭਰਾ ਤੱਕ ਪੁੱਜਦੇ ਕਰ ਦਿੱਤੇ, ਬਾਅਦ 'ਚ ਨਹੀਂ ਲੱਗਾ, ਪਰ ਇਹ ਪੈਸੇ ਉਸ ਭਰਾ ਦੇ ਤੇਜਾ ਸਿੰਘ ਜੀ ਆਪਾਂ ਪੁੱਜਦੇ ਕਰ ਦਿੱਤੇ, ਤੁਹਾਡਾ ਧੰਨਵਾਦ ਅਤੇ ਸਤਿਕਾਰ ਹੈ। ਬਾਬਾ ਰਾਮ ਸਿੰਘ ਜੀ ਦੀਆਂ 'ਤੇ ਕਿਰਪਾ ਵੱਡੀ ਹੈ, ਮਾਲਕ ਤੰਦਰੁਸਤੀਆਂ ਰੱਖੇ, ਵੱਡੇ ਮਾਣ ਵੱਡੇ ਭਰਾ ਦੇ ਵੱਲੋਂ ਹੈ, ਸੱਚੇ ਪਾਤਸ਼ਾਹ ਮੇਰਾ ਰੱਖੇ, ਚੜ੍ਹਦੀ ਕਲਾ ਰੱਖੇ। ਅਤੇ ਨਾਲ ਮੈਂ ਬੇਨਤੀ ਕਰਨਾ ਉੱਧਰ ਸਾਰੇ ਭਰਾਵਾਂ ਦਾ ਸਤਿਕਾਰ ਅਤੇ ਧੰਨਵਾਦ ਭਰਾਵਾਂ ਦੇ ਵੱਲੋਂ, ਬੜੀ ਪਾਰ ਕਿਰਪਾ ਬਾਬਾ ਸ੍ਰੀ ਚੰਦ ਜੀ ਦੀ, ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲੇ ਦੇ ਵੱਲੋਂ 3500 ਉੱਧਰ ਭਰਾ ਨੇ ਨਾਲੇ ਪੈਸੇ ਫੜਾਤੇ ਤੇ 3500 ਆ ਗਿਆ ਸਾਹਮਣੇ, ਇਹ ਪੈਸੇ ਦਾ ਰੌਲਾ ਵੀ ਬਾਹਲਾ ਹੈ, ਬਾਕੀ ਇਹ ਤੋਂ ਪਾਸੇ ਰਹਿਣਾ ਚਾਹੀਦਾ ਹੈ। ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲੇ ਦੇ ਨੰਬਰ 35 ਨੇ, ਅਤੇ ਮਹਾਂਪੁਰਸ਼ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਨਣਾਵਾਲੀ ਦੇ ਨੰਬਰ 41 ਨੇ, ਅਤੇ ਟੀਮ ਨਣਾਵਾਲੀ ਦੀ ਜੇਤੂ ਹੈ, ਰਸਾਲ ਸਿੰਘ ਗਰਾਈ ਨੂੰ ਵੱਡੀਆਂ ਮੁਬਾਰਕਾਂ ਹੈ।
ਚੜ੍ਹਦੀ ਕਲਾ ਰਵੇ ਤੇਜਾ ਸਿੰਘ ਭਰਾ ਦਾ ਧੰਨਵਾਦ। ਵੱਡੇ ਮਾਣ ਸਨਮਾਨ 1100 ਦੇ ਵੱਡੇ ਭਰਾ ਰੇ ਪੁੱਜੇ ਕੀਤੇ ਬਾਬਾ ਚੜ੍ਹਦੀ ਕਲਾ ਦੇ ਵਿੱਚ ਰੱਖੇ, ਚਾਹੁੰਦਾ ਰਵੇ ਤੇ ਵਸਦਾ ਰਹੇ। ਬੜੀ ਪਾਰ ਕਿਰਪਾ ਬਾਬਾ ਸ੍ਰੀ ਚੰਦ ਜੀ ਦੀ ਮੁਰਾਦਪੁਰ ਨਗਰ ਦੇ ਉੱਪਰ ਮੇਰੇ ਵੀਰੇ ਉਹ ਆਹ ਇਲਾਕੇ ਦੇ ਉੱਪਰ ਬੜੀ ਪਾਰ ਕਿਰਪਾ ਹੈ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੀ ਮੇਰੇ ਵੀਰੇ ਉਹ ਸਾਡੇ ਮੁੱਖ ਸੇਵਾਦਾਰ ਬਾਬਾ ਰਾਮ ਸਿੰਘ ਜੀ ਗੁਰੂ ਘਰ ਦੇ ਵਜ਼ੀਰ ਹੈ। ਧੰਨ ਧੰਨ ਬਾਬਾ ਸੁਬੀਲ ਵਾਲਿਆਂ ਦੀ ਸੱਚੀ ਅਤੇ ਮਿੱਠੀ ਯਾਦ ਦੇ ਵਿੱਚ ਹਰ ਸਾਲ ਜਿਹੜਾ ਸਲਾਨਾ ਜੁੜ ਮੇਲਾ ਕਰਵਾਇਆ ਜਾਂਦਾ ਨਾ ਉਹ ਸਾਰੇ ਨਗਰ ਵੱਲੋਂ ਲਾਕਾ ਨਿਵਾਸੀ ਵੀਰ ਅਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾਂਦਾ ਹੈ। ਬੜੀ ਪਾਰ ਕਿਰਪਾ ਹੈ ਬਾਬਾ ਸ੍ਰੀ ਚੰਦ ਮਹਾਰਾਜਾ ਦੇ ਔਰ ਜੰਗਲਾਂ ਵਿੱਚ ਮੰਗਲ ਕਰ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ। ਰੱਬ ਨੂੰ ਵੀ ਮੰਨਣਾ ਪੈਂਦਾ ਹੈ ਕਿ ਧਰਦਾਸਾ ਸੰਤਾਂ ਦਾ ਕਿ ਸਾਧੂ ਰਹਿੰਦੇ ਜੱਗ 'ਚ ਬਗਾਨੇ ਬਣ ਕੇ, ਸਾਧੂ ਰਹਿੰਦੇ ਜੱਗ 'ਚ ਬਗਾਨੇ ਬਣ ਕੇ ਮਾਣ ਵਾਲੀ ਗੱਲ ਹੈ ਸੰਤਾਂ ਮਹਾਂਪੁਰਖਾਂ ਦੇ। ਮੈਂ ਚਾਹਾਂਗਾ ਹੁਣ ਮੇਲਾ ਸਮਾਪਤ ਅਤੇ ਅੰਕਾਂ ਦੀ ਜਿਹੜੀ ਡਿਟੇਲ ਆ ਚੱਲਦੇ ਹੋਏ ਮੈਚ ਦੇ ਵਿੱਚੋਂ ਮਾਝੇ ਦੀ ਟੀਮ ਵਸਾਲ ਉਹ ਜੇਤੂ ਹੋ ਗਈ ਹੈ। ਵੱਡੇ ਮਾਣ ਤੇ ਸਤਿਕਾਰ ਭਰਾਵਾਂ ਦੇ ਹੈ, ਸ਼ਮੀ ਭਰਾ ਦਾ ਧੰਨਵਾਦ ਹੈ। ਮਹਾਂਪੁਰਸ਼ ਧੰਨ ਧੰਨ ਬਾਬਾ ਸ਼ਬੀਰ ਵਾਲਿਆਂ ਦੀ ਵੱਡੀ ਕਿਰਪਾ ਹੈ, ਮਹਾਂਪੁਰਸ਼ ਬਾਬਾ ਰਾਮ ਸਿੰਘ ਜੀ ਉਹਨਾਂ ਦਾ ਸਤਿਕਾਰ ਹੈ। ਮੁੱਖ ਸੇਵਾਦਾਰ ਨੇ ਔਰ ਜਿੰਨੇ ਵੀ ਭਰਾਵਾਂ ਨੇ ਸਿੱਖੇੜ ਮੇਲੇ ਲਈ ਸਹਿਯੋਗ ਦਿੱਤੇ ਹੈ, ਵੱਡੇ ਭਰਾ ਨੇ ਇਕੱਲੇ ਇਕੱਲੇ ਭਰਾ ਦਾ ਜ਼ਿਕਰ ਕੀਤਾ ਹੈ, ਸਾਰਿਆਂ ਦਾ ਧੰਨਵਾਦ ਸਤਿਕਾਰ। ਬੋਲਦਿਆਂ ਚੱਲਦਿਆਂ ਕੋਈ ਗਲਤੀ ਹੋ ਗਈ ਹੋਵੇ ਛੋਟੇ ਭਰਾ ਸਮਝ ਕੇ ਮਾਫ਼ੀ ਦੇ ਦਿਓ। ਕੱਲ ਨੂੰ ਮਿਲਦੇ ਹਾਂ ਭਰਾ ਮੇਰੇ, ਉਹ ਭਾਵੜੀ ਦੀ ਧਰਤੀ ਹੈ, ਸਾਡੇ ਪਿੰਡ ਹੈ, ਪਰਸੋਂ ਸੁਲਤਾਨਪਿੰਡ 4 ਨੂੰ ਜੰਡ। ਸਾਡੇ ਵੀਰ ਕਹਿੰਦੇ ਹੈ ਬੜੀ ਅਪਾਰ ਕਿਰਪਾ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਸਾਡੇ ਨਗਰ ਨੂੰ ਕਦੇ ਤੱਤੀ ਵਾਹ ਵੀ ਨਾ ਲੱਗੇ, ਤੱਤੀ ਵਾਹ ਵੀ ਨਾ ਲੱਗੇ। ਬੜੀ ਅਪਾਰ ਕਿਰਪਾ ਹੈ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ ਔਰ ਧੰਨ ਧੰਨ ਬਾਬਾ ਸਬੀਲ ਵਾਲਿਆਂ ਦੇ ਮੁੱਖ ਸੇਵਾਦਾਰ ਬਾਬਾ ਰਾਮ ਸਿੰਘ ਜੀ ਮੇਰੇ ਵੀਰੇ ਹੋ ਕਿ ਸਾਧੂ ਰਹਿੰਦੇ ਜੱਗ 'ਚ ਬਗਾਨੇ ਬਣ ਕੇ, ਹੁੰਦੇ ਹੀਰਿਆਂ ਤੋਂ ਮਹਿੰਗੇ ਪਰ ਰਹਿੰਦੇ ਆਨੇ ਬਣ ਕੇ, ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹ 'ਚੋਂ ਬਾਕ ਨਿਕਲ ਗਏ ਉਹ ਬਿਰਥੇ ਨਹੀਂ ਜਾਣੇ ਕਿ ਉਹ ਬਿਰਥੇ ਨਹੀਂ ਜਾਣੇ। ਧੰਨਵਾਦ ਜੀ।